ਬੀ ਸੋਸ਼ਲ ਦੀ ਬਿਹਤਖਾਸ ਪ੍ਰੋਗਰਾਮ ਸਿਗਨੇਚਰਸ ਵਿੱਚ ਸਾਡੇ ਨਾਲ ਹੋਣਗੇ ਫਿਲਮ ਹਦਾਇਤਕਾਰ ਕਥਾਨਕ ਲਿਖਾਰੀ ਖੁਜਾਰਤੀ ਕਲਮਨਵੀਸ ਜਤਿੰਦਰ ਮੋਹਰ ਜਤਿੰਦਰ ਮੋਹਰ ਜ਼ਿਲ੍ਹਾ ਫਤਿਹਗੜ ਦੇ ਪਿੰਡ ਪੁੱਟਾ ਤੋਂ ਹਨ ਜੇ ਵਿੱਚ ਪੜ੍ਹਦਿਆਂ ਜਤਿੰਦਰ ਹੁਰਾ ਨੇ ਪਿੰਡ ਚ ਵਾਪਰੀ ਕਿਸੇ ਘਟਨਾ ਤੇ ਅਧਾਰਿਤ ਪਹਿਲਾ ਨਾਟਕ ਲਿਖਿਆ ਇਹਨਾਂ ਦੇ ਲੇਖਕ ਬਣਨ ਚ ਇਹਨਾਂ ਦੀ ਨਾਨੀ ਦਾ ਵੱਡਾ ਯੋਗਦਾਨ ਰਿਹਾ ਜੋ ਆਪਣੇ ਦੋਤੇ ਦੇ ਪੜਨ ਲਈ ਸਾਲ ਪਰ ਅਖਬਾਰਾਂ ਅਤੇ ਰਸਾਲੇ ਇਕੱਠਿਆਂ ਕਰਕੇ ਰੱਖਦੇ ਜਿਥੋਂ ਪੜ੍ਹਨ ਅਤੇ ਲਿਖਣ ਚ ਰੁਚੀ ਹੋਰ ਵੀ ਵਧਣ ਲੱਗੀ ਨੀਟਿੰਗ ਟੈਕਨੋਲੋਜੀ ਦੀ ਪੜ੍ਹਾਈ ਕਰਨ ਅਤੇ ਦੋ ਸਾਲ ਨੌਕਰੀ ਕਰਨ ਮਗਰੋਂ ਜਤਿੰਦਰ ਮੋਹਰ ਹੁਰਾ ਨੇ ਬੰਬੇ ਤੋਂ ਫਿਲਮ ਡਾਇਰੈਕਸ਼ਨ ਚ ਡਿਪਲੋਮਾ ਕੀਤਾ ਇਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸੰਗੀਤਕ ਵੀਡੀਓ ਹਦਾਇਤਕਰ ਵਰਜੋਂ ਕੀਤੀ ਜਤਿੰਦਰ ਮੋਹਰ ਦੀ ਬਤੌਰ ਫਿਲਮ ਹਦਾਇਤਕਰ ਅਤੇ ਲੇਖਕ ਪਹਿਲੀ ਫਿਲਮ ਮਿੱਟੀ 2010 ਚ ਰਿਲੀਜ਼ ਹੋਈ 2013 ਚ ਆਈ ਸਰਸਾ ਜੋ ਬਾਅਦ ਦੇ ਵਿੱਚ ਸਿਕੰਦਰ ਦੀ ਸਰਲੀਖ ਨਾ ਰਿਲੀਜ਼ ਹੁੰਦੀ ਹੈ ਅਤੇ 2015 ਚ ਆਈ ਕਿੱਸਾ ਪੰਜਾਬ ਪੰਜਾਬੀ ਸਿਨੇਮਾ ਦੀਆਂ ਸ਼ਾਕਰ ਫਿਲਮਾਂ 'ਚ ਸ਼ਾਮਲ ਹਨ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਗੁਰਦੀਪ ਕੀ ਹਾਲ ਚਾਲ ਨੇ ਮੈਂ ਬਿਲਕੁਲ ਠੀਕ ਹਾਂ ਜੀ ਇੱਕ ਹਦਾਇਤਕਾਰ रिसर्चर 칼ਮनवीस ਅਤੇ ਖੋਜਾਰਤੀ ਤੋਂ ਬਾਅਦ ਹੁਣ ਤੁਸੀਂ ਅਦਾਕਾਰ ਵੀ ਹੋਣ ਜਾ ਰਹੇ ਹੋ ਗੁਰਵਿੰਦਰ ਸਿੰਘ ਹਰਾਂ ਦੀ ਫਿਲਮ ਅਧ ਚਾਨਣੀ ਰਾਤ ਦੇ ਵਿੱਚ ਤੁਸੀਂ ਮੁੱਖ ਕਿਰਦਾਰ ਦੇ ਵਿੱਚ ਹੋ ਇਹ ਕਿਵੇਂ ਸੰਭਵ ਹੋਇਆ ਇਹ ਖਦਾਕਾਰੀ ਅਸਲ ਦੇ ਵਿੱਚ ਮੇਰਾ ਮਨ ਲੱਗਦਾ ਖੇਤਰ ਨਹੀਂ ਹੈਗਾ ਕਿਉਂਕਿ ਮੈਨੂੰ ਸਭ ਤੋਂ ਵੱਡਾ ਜਿਹੜਾ ਉਹ ਅਦਾਕਾਰੀ ਤੋਂ ਹੀ ਲੱਗਦਾ ਮੈਨੂੰ ਲੱਗਦਾ ਕਿ ਜਿਹੜੇ ਅਦਾਕਾਰ ਹੁੰਦੇ ਨੇ ਉਹ ਉਹ ਕਾਫੀ ਔਖਾ ਅਦਾਕਾਰੀ ਕਰਨੀ ਮਤਲਬ ਮੈਂ ਉਹਦੇ ਨਾਲੋਂ ਮੁਕਾਬਲ ਤਨ ਜਿਹੜੀ ਹਿਦਾਇਤਕਾਰੀ ਆ ਜਾਂ ਲੇਖਣੀਆਂ ਉਹਨੂੰ ਮੈਂ ਜ਼ਿਆਦਾ ਸੌਖਾ ਮੇਰੇ ਲਈ ਸੌਖਾ ਮਤਲਬ ਮੈਂ ਸਮਝਦਾ ਪਰ ਅਦਾਕਾਰੀ ਮੈਨੂੰ ਬਹੁਤ ਔਖੀ ਲੱਗਦੀ ਆ ਤੇ ਇਹ ਗੁਰਵਿੰਦਰ ਸਿੰਘ ਜੀ ਉਹਨਾਂ ਦੇ ਜਿਹੜੀ ਇਹ ਫਿਲਮ ਚੰਨੀ ਰਾਤ ਤੇ ਹੈ ਗੁਲਰਿਆਲ ਸਿੰਘ ਉਹਨਾਂ ਦੇ ਨਾਵਲ ਦੇ ਉੱਤੇ ਹੈਗੀ ਆਧਾਰਿਤ ਆ ਅਸਲ ਦੇ ਵਿੱਚ ਉਹਨਾਂ ਦਾ ਜਿਹੜਾ ਮੁੱਖ ਅਦਾਕਾਰ ਸੀ ਜਿਹੜੇ ਉਸ ਫਿਲਮ ਦੇ ਉਹ ਉਹ ਕੁਝ ਬਿਮਾਰ ਹੋ ਗਏ ਇਸ ਕਰਕੇ ਉਹ ਮਤਲਬ ਉਹਨਾਂ ਨੇ ਮੈਨੂੰ ਕਿਹਾ ਕਿ ਬਸ ਮੈਂ ਮਤਲਬ ਹੋ ਗਿਆ ਦਾਖਲ ਜਦੋਂ ਉਹ ਹੈ ਨਹੀਂ ਸੀ ਉੱਥੇ ਜਿਹੜੇ ਉਹਦੇ ਮੁੱਖ ਅਦਾਕਾਰ ਸੀ ਕਿਸੇ ਤਰ੍ਹਾਂ ਤਾਂ ਫਿਰ ਇੱਕ ਉਸ ਤੋਂ ਪਹਿਲਾਂ ਇੱਕ ਵਾਰੀ ਉੱਥੋਂ ਲਗਭਗ ਸਾਲਕ ਪਹਿਲਾਂ ਗੁਰਵਿੰਦਰ ਹੁਣੀ ਮੈਨੂੰ ਮਿਲੇ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਤੂੰ ਯਾਰ ਮੇਰੀ ਫਿਲਮ ਚ ਰੋਲ ਕਰੇਗਾ ਤੋਂ ਮੈਨੂੰ ਲੱਗਿਆ ਕਿ ਰੋਲ ਵੀ ਮੈਂ ਕਿਵੇਂ ਕਰੂੰਗਾ ਤੇ ਮੈਂ ਕਿਹਾ ਨਹੀਂ ਨਹੀਂ ਭਾਜੀ ਮੈਂ ਤਾਂ ਸਿਰਫ ਮਤਲਬ ਅਦਾਕਰ ਆਪਣੇ ਹਦਾਇਤਕਾਰੀ ਜਾਂ ਉਹਦੇ ਵਿੱਚ ਹੀ ਦਿਲਚਸਪੀ ਹੈ ਮੇਰੀ ਤਾਂ ਉਦੋਂ ਉਹਨਾਂ ਨੇ ਮਤਲਬ ਸਾਡਾ ਸੁਭਬ ਬਣ ਨਹੀਂ ਸਕਿਆ ਹੈਗਾ ਤਾਂ ਬਾਅਦ ਵਿੱਚ ਜਦੋਂ ਉਹ ਮੈਂ ਉਹਨਾਂ ਨੇ ਮੈਨੂੰ ਕਿਹਾ ਇਹਦੇ ਲਈ ਰੋਲ ਕਰਨ ਲਈ ਤਾਂ ਉਹਨਾਂ ਨੇ ਮਤਲਬ ਮੈਨੂੰ ਇਹ ਦੱਸਿਆ ਵੀ ਹਾਂ ਮੈਂ ਤੈਨੂੰ ਕਿਹਾ ਸੀ ਪਰ ਤੂੰ ਜਵਾਬ ਦਿੱਤਾ ਸੀ ਤੇ ਫਿਰ ਉਹ ਮੈਨੂੰ ਯਾਦ ਆਇਆ ਹਾਂ ਉਹ ਮਿਲੇ ਸੀ ਵੀ ਸਾਡੀ ਗੱਲ ਹੋਈ ਸੀ ਸੋ ਇਸ ਤਰ੍ਹਾਂ ਮਤਲਬ ਮੈਂ ਉਸ ਫਿਲਮ ਦੇ ਵਿੱਚ ਦਾਖਲ ਹੋ ਗਿਆ ਜਦੋਂ ਤੁਸੀਂ ਖੁਦ ਅਦਾਕਾਰੀ ਕਰ ਰਹੇ ਸੀਗੇ ਤੰਬ ਤੌਰ ਹਦਾਇਤਕਰ ਤੁਹਾਨੂੰ ਆਪਣੇ ਅਦਾਕਾਰ ਚਿੱਤੇ ਆਏ ਉਦੋਂ ਤੁਹਾਡੀਆਂ ਫਿਲਮਾਂ ਦੇ ਅ ਕਈ ਵਾਰ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਅਦਾਕਾਰਾਂ ਨਾਲ ਕਿੰਨੀ ਜ਼ਿਆਦਤੀ ਕਰ ਰਹੇ ਹੋ ਇਹ ਤੁਹਾਨੂੰ ਖੁਦ ਅਦਾਕਾਰ ਬਣ ਕੇ ਹੀ ਪਤਾ ਲੱਗਦਾ ਹੈ ਨਹੀਂ ਤਾਂ ਤੇ ਉਹ ਪਰਮੈਨੈਂਟ ਲੱਗਦਾ ਕਿ ਉਹ ਜਿਹੜੇ 37 38 ਦਿਨ ਸੀ ਉਸ ਫਿਲਮ ਦੇ ਉਹ ਮੇਰੇ ਹੁਣ ਤੱਕ ਦੇ ਸਭ ਤੋਂ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਸਭ ਤੋਂ ਚੰਗੇ ਦਿਨ ਸੀ ਕਿਉਂਕਿ ਮੇਰੇ ਉੱਤੇ ਕੋਈ ਉਸ ਤਰ੍ਹਾਂ ਦਾ ਭਾਰ ਨਹੀਂ ਸੀ ਨਾ ਅਧਿਕਾਰੀ ਦਾ ਨਾ ਨਾ ਕੋਈ ਹੋਰ ਕਿ ਪੈਸਾ ਜ਼ਿਆਦਾ ਜਾ ਰਿਹਾ ਹੈ ਜਾਂ ਸਾਰਾ ਉਹ ਕੋਈ ਇਸਰ ਮੈਂ ਉਸ ਵੇਲੇ ਅਦਾਕਾਰੀ ਕਰ ਰਿਹਾ ਸੀ ਤੇ ਉਹ ਉਹਦੇ ਲਈ ਹੀ ਮੈਂ ਆਉਂਦਾ ਸੀ ਸੈੱਟ ਦੇ ਉੱਤੇ ਤੇ ਚਲੇ ਜਾਂਦਾ ਸੀ ਤੇ ਪਰ ਉਹ ਜਿੰਨਾ ਮਤਲਬ ਮੈਂ ਮੈਨੂੰ ਉਸ ਉਹ ਕਰਨ ਦੇ ਵਿੱਚ ਜਿੰਨਾ ਸਵਾਦ ਆਇਆ ਜਿੰਨਾ ਮੈਨੂੰ ਚੰਗਾ ਲੱਗਿਆ ਮੈਨੂੰ ਲੱਗਿਆ ਕਿ ਇਹ ਜਿਹੜੇ 35 37 ਦਿਨ ਜਿੰਨੇ ਵੀ ਸੀ ਉਹ ਮਤਲਬ ਮੇਰੇ ਲਈ ਬਹੁਤ ਮਤਲਬ ਬਹੁਤ ਚੰਗੇ ਸੀ ਉਹ ਇਹ ਕਿਹੋ ਜਿਹਾ ਅਹਿਸਾਸ ਹੁੰਦਾ ਜਦੋਂ ਇੱਕ ਇੱਕ ਹਦਾਇਤਕਰ ਜਿਹੜਾ ਕਿ ਬਹੁਤ ਉਮਦਾ ਹਦਾਇਤਕਾਰ ਅਸੀਂ ਕਹਿ ਸਕਦੇ ਹਾਂ ਗੁਰਵਿੰਦਰ ਸਿੰਘ ਹੋਰਾਂ ਨੂੰ ਅਤੇ ਜਦੋਂ ਫਿਰ ਅਸੀਂ ਤੁਹਾਡੀਆਂ ਫਿਲਮਾਂ ਦੇਖਦੇ ਆਂ ਤਾਂ ਤੁਹਾਡਾ ਨਾਂ ਵੀ ਉਹਨਾਂ ਹਦਾਇਤਕਾਰਾਂ ਦੇ ਵਿੱਚ ਆਉਂਦਾ ਜਿਨ੍ਹਾਂ ਨੇ ਅਵਲ दर्जे ਦੀਆਂ ਫਿਲਮਾਂ ਪੰਜਾਬੀ ਸਿਨੇਮਾ ਨੂੰ ਦਿੱਤੀਆਂ ਇੱਕ ਹਦਾਇਤਕਾਰ ਹੋ ਕੇ ਦੂਜੇ ਹਦਾਇਤਕਾਰ ਨੂੰ ਡਾਇਰੈਕਸ਼ਨਸ ਦੇਣੀਆਂ ਤਾਂ ਫਿਰ ਉਹ ਮੰਨਣੀਆਂ ਉਹ ਚੀਜ਼ਾਂ ਇਹ ਕਿਹੋ ਜਿਹਾ ਅਨੁਭਵ ਸੀਗਾ ਜਾਂ ਕਿਹੋ ਜਿਹਾ ਅਹਿਸਾਸ ਹੁੰਦਾ ਇੱਕ ਡਾਇਰੈਕਟਰ ਦੇ ਲਈ ਇਕਤੇ ਹੈ ਕਿ ਉਹ ਮੇਰੇ ਕੰਟੈਂਪੋਰੀਰੀ ਨੇ ਮੇਰੇ ਸਮਕਾਲੀ ਨੇ ਉਹ ਉਸ ਵੇਲੇ ਉਹ ਆਪਣੇ ਫਿਲਮਾਂ ਬਣਾ ਰਹੇ ਨੇ ਉਸੇ ਹੀ ਸਮਿਆਂ ਦੇ ਵਿੱਚ ਮੈਂ ਫਿਲਮਾਂ ਬਣਾ ਰਿਹਾ ਤਾਂ ਇੱਕ ਅਸੀਂ ਦੋਵੇਂ ਸਮਕਾਲੀ ਹਾਂ ਸਭ ਤੋਂ ਪਹਿਲਾਂ ਤਾਂ ਤੇ ਦੂਜਾ ਇਹ ਹੈ ਕਿ ਮੈਂ ਆਪਣੇ ਆਪ ਨੂੰ ਬਿਲਕੁਲ ਉਹਨਾਂ ਦੇ ਸਾਹਮਣੇ ਇਹ ਕਹਿੰਦਾ ਵੀ ਜੋ ਤੁਸੀਂ ਕਰਾਉਣਾ ਮੇਰੇ ਤੋਂ ਕਰਾ ਲਓ ਮਤਲਬ ਮੈਂ ਕੋਈ ਆਪਣੀ ਉੱਥੇ ਕੋਈ ਆਪਣੀ ਹਦਾਇਤਕਾਰੀ ਨਹੀਂ ਸੀ ਦਿਖਾ ਰਹਾ ਜਾਂ ਮਤਲਬ ਮੈਂ ਸੋਚ ਵੀ ਨਹੀਂ ਜੀ ਰਿਹਾ ਮੇਰੇ ਦਿਮਾਗ 'ਚ ਵੀ ਨਹੀਂ ਸੀ ਕੋਈ ਗੱਲ ਜੋ ਉਹ ਮੈਨੂੰ ਕਹਿ ਰਹੇ ਸੀ ਕਿ ਆਹ ਡਾਇਲਗ ਨੇ ਆ ਬੋਲਣਾ ਇੱਥੋਂ ਤੁਰ ਕੇ ਆਉਣਾ ਉਹ ਜੋ ਉਹ ਚਾਹੁੰਦੇ ਸੀ ਮਤਲਬ ਮੈਨੂੰ ਲੱਗਿਆ ਕਿ ਮੈਂ ਉਹਨਾਂ ਨੂੰ ਉਹੀ ਮੈਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਅਦਾਕਾਰੀ ਦੇ ਉਹਦੇ ਵਿੱਚ ਦੂਜਾ ਇਹ ਕਿ ਜਦੋਂ ਤੁਸੀਂ ਜਿਹੜੇ ਗੁਰਵਿੰਦਰ ਸਿੰਘ ਨੇ ਉਹ ਬਿਲਕੁਲ ਹੀ ਇੱਕ ਵੱਖਰੀ ਮਤਲਬ ਜੋ ਮੈਂ ਫਿਲਮਾਂ ਬਣਾਉਂਨਾ ਉਸ ਤਰ੍ਹਾਂ ਦੀਆਂ ਫਿਲਮਾਂ ਉਹ ਨਹੀਂ ਬਣਾਉਂਦੇ ਹੈਗੇ ਉਹ ਬਹੁਤ ਮਤਲਬ ਅਲੱਗ ਸਿਨੇਮਾ ਬਣਾਉਂਦੇ ਨੇ ਤਾਂ ਪਰ ਤੁਹਾਨੂੰ ਪਤਾ ਲੱਗਦਾ ਕਿ ਉਹ ਕਿਵੇਂ ਬਣਾ ਰਹੇ ਨੇ ਇੰਨਾ ਤੁਹਾਨੂੰ ਉਹਨਾਂ ਦੇ ਸਾਹਮਣੇ ਕਿ ਉਹ ਕਿਸ ਤਰ੍ਹਾਂ ਆਪਣੇ ਅਦਾਕਾਰਾਂ ਤੋਂ ਕੰਮ ਲੈ ਰਹੇ ਨੇ ਕਿਸ ਤਰ੍ਹਾਂ ਉਹ ਆਪਣੇ ਕੈਮਰਾਮੈਨ ਤੋਂ ਕੰਮ ਲੈ ਰਹੇ ਨੇ ਜਾਂ ਵੱਖਰੇ-ਵੱਖਰੇ ਜਿਹੜੇ ਮਹਿਕਮੇ ਹੁੰਦੇ ਨੇ ਉਹਨਾਂ ਤੋਂ ਕੰਮ ਲੈ ਰਹੇ ਨੇ ਸੋ ਉਹ ਇੱਕ ਸਿੱਖਣ ਦਾ ਵੀ ਉਹ ਹੁੰਦਾ ਪਰ ਮੇਰੇ ਲਈ ਇਹ ਜ਼ਿਆਦਾ ਸੀ ਕਿ ਮੈਂ ਜਿਹੜਾ ਕੰਮ ਜ਼ਿੰਦਗੀ ਚ ਕਦੇ ਕੀਤਾ ਹੀ ਨਹੀਂ ਹੈਗਾ ਮੇਰਾ ਕੋਈ ਤਜਰਬਾ ਹੀ ਨਹੀਂ ਹੈਗਾ ਉਹਦੇ ਵਿੱਚ ਤੇ ਦੂਜਾ ਇਹ ਹੈ ਕਿ ਉਹ ਉਹਦੇ ਵਿੱਚ ਤੁਹਾਡਾ ਮੁੱਖ ਰੋਲ ਹੋਵੇ ਤਾਂ ਇੱਕ ਦਿਨ ਵੀ ਛੁੱਟੀ ਨਹੀਂ ਸੀ ਮਤਲਬ ਹਰ ਰੋਜ਼ ਮੇਰਾ ਉਹਦੇ ਵਿੱਚ ਰੋਲ ਹੁੰਦਾ ਸੀ ਤਾਂ ਉਹ ਤਾਂ ਬਿਲਕੁਲ ਹੀ ਤੁਹਾਨੂੰ ਲੱਗਦਾ ਕਿ ਇਹ ਸਭ ਮੇਰੇ ਮੋਢਿਆਂ ਦੇ ਉੱਤੇ ਆ ਪਰ ਹਾਲਾਂਕਿ ਉਹ ਮੇਰੇ ਮੋਢਿਆਂ ਤੇ ਨਹੀਂ ਫਿਲਮ ਉਹ ਤਾਂ ਗੁਰਵਿੰਦਰ ਸਿੰਘ ਉਹਨਾਂ ਦੇ ਮੋਢਿਆਂ ਤੇ ਫਿਲਮਾਂ ਕਿਉਂਕਿ ਹਿਦਾਇਤਕਾਰੀ ਹੁੰਦਾ ਜਿਹੜਾ ਉਹ ਪਰ ਤੁਹਾਡੇ ਤੇ ਇੱਕ ਪ੍ਰੈਸ਼ਰ ਆਉਂਦਾ ਕਿ ਕਿ ਤੁਸੀਂ ਜਿਹੜਾ ਕੰਮ ਕੀਤਾ ਨਹੀਂ ਜ਼ਿੰਦਗੀ ਦੇ ਵਿੱਚ ਤੁਸੀਂ ਸਮਝਾਇਆ ਹੋ ਕਿਸੇ ਨੂੰ ਅਦਾਕਾਰੀ ਬਾਰੇ ਪਰ ਆਪ ਜਦੋਂ ਕਰਨਾ ਪੈਂਦਾ ਫਿਰ ਤੁਹਾਨੂੰ ਪਤਾ ਲੱਗਦਾ ਕਿ ਕਿੰਨਾ ਔਖਾ ਕੰਮ ਹੈ ਤੇ ਬਾਕੀ ਜਿਹੜਾ ਉਹਨਾਂ ਨੂੰ ਗੁਰਵਿੰਦਰ ਸਿੰਘ ਉਹਨਾਂ ਨੂੰ ਦੇਖਣਾ ਸੀ ਇੱਕ ਕਿ ਉਹ ਕਿਸ ਤਰ੍ਹਾਂ ਜਿਹੜੀ ਫਿਲਮਾਂ ਆ ਰਹੇ ਨੇ ਉਹ ਮੈਨੂੰ ਲੱਗਦਾ ਕਿ ਤੁਸੀਂ ਇੱਕ ਨਵਾਂ ਰਾਹ ਤੁਹਾਡੇ ਲਈ ਖੁੱਲਦਾ ਦੂਜੇ ਹਦਾਇਤਕਾਰ ਨੂੰ ਦੇਖ ਕੇ ਮੈਂ ਕੋ ਮੈਂ ਸੋਚਿਆ ਨਹੀਂ ਸੀਗਾ ਕਿ ਇਸੇ ਸਵਾਲ ਨਾਲ ਇੰਟਰਵਿਊ ਸ਼ੁਰੂ ਕਰੂੰਗੀ ਪਰ ਮੈਨੂੰ ਲੱਗਦਾ ਇੰਟਰਵਿਊ ਦੇ ਪਹਿਲੇ 4 ਤੋਂ 5 ਸਵਾਲ ਏਸੇ ਰਿਲੇਟਡ ਹੋਣਗੇ ਅ ਬਈ ਜੀ ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਤੁਹਾਡੀਆਂ ਫਿਲਮਾਂ ਜਾਂ ਤੁਹਾਡਾ ਹੁਣ ਤੱਕ ਜੋ ਵੀ ਐਕਸਪੀਰੀਅੰਸ ਰਿਹਾ ਮਿੱਟੀ ਸਰਸਾ ਕਿੱਸਾ ਪੰਜਾਬ ਦੇ ਜ਼ਰੀਏ ਤਾਂ ਉਹ ਪ੍ਰੋਜੈਕਟ ਕਿਸ ਕਿਵੇਂ ਨਾ ਕਿਵੇਂ ਆ ਕੇ ਉਹ ਕਲੈਸ਼ ਦੀ ਪੇਂਟ ਚੜ ਜਾਂਦੇ ਨੇਗੇ ਤਾਂ ਇਹ ਫਿਲਮ ਕਰਨਾ ਤੁਹਾਡੇ ਲਈ ਕੁਝ ਸਿਖਾਵਾ ਅਨੁਭਵ ਸੀਗਾ ਕਿਹੜਾ ਇਹ ਚੰਨ ਨਹੀਂ ਮੈਂ ਕਹਿ ਰਿਹਾ ਨਾ ਕਿ ਮੇਰੇ ਤਾਂ ਸਭ ਤੋਂ ਜ਼ਿੰਦਗੀ ਦੇ 37 ਦਿਨ ਜਾਂ 35 ਜਿੰਨੇ ਵੀ ਦਿਨ ਸੀ ਮੈਂ ਇੰਨਾ ਮਤਲਬ ਖੁਸ਼ ਸੀ ਵੀ ਕੋਈ ਮੇਰੇ ਤੇ ਉਹ ਨਹੀਂ ਸੀ ਹੁੰਦਾ ਕਿ ਮੈਂ ਜਾਂ ਮੇਰੇ ਜਿਹੜੇ ਸਹਿ ਜਿਹੜੇ ਅਦਾਕਾਰ ਸੀ ਸੰਮੁਲ ਭਾਜੀ ਸੀ ਰਾਜ ਸਿੰਘ ਚੰਜਰ ਹੋਣੀ ਸੀ ਤੇ ਇਹ ਸੀ ਆਪਣੇ ਜਿੱਥੇ ਹੋਰ ਜਿੰਨੇ ਵੀ ਸੀ ਉਹ ਇੰਨਾ ਅਸੀਂ ਹੱਸਦੇ ਖੇਡਦੇ ਜਾਂਦੇ ਹੁੰਦੇ ਸੀ ਤੇ ਇੱਕ ਦੂਜੇ ਦੀ ਉਹ ਜਿੰਨੀ ਮਦਦ ਕਰ ਰਹੇ ਸੀ ਕਿ ਅੱਛਾ ਮਤਲਬ ਮਿਲ ਕੇ ਤੁਸੀਂ ਰਿਹਰਸਲ ਕਰ ਲਈ ਜਾਂ ਮਤਲਬ ਉਹ ਉਹ ਹੈ ਹੀ ਉੱਥੇ ਮੇਰੇ ਲਈ ਕੁਝ ਮਤਲਬ ਕੁਝ ਕਲੈਸ਼ ਕਰਨ ਵਾਲਾ ਜਾਂ ਕੁਝ ਦੁੱਖ ਦੇਣ ਵਾਲੀ ਕੋਈ ਚੀਜ਼ ਹੀ ਨਹੀਂ ਸੀ ਉੱਥੇ ਉਹ ਇੰਨਾ ਮਤਲਬ ਚੰਗਾ ਮਾਹੌਲ ਸੀ ਬਿਲਕੁਲ ਜਦੋਂ 2010 ਦੇ ਵਿੱਚ ਮਿੱਟੀ ਫਿਲਮ ਆਈ ਸੀ ਤਾਂ ਤੁਹਾਨੂੰ ਤੁਹਾਡੇ ਅਨੁਸਾਰ ਬੈਸਟ ਕੰਪਲੀਮੈਂਟ ਇਹ ਮਿਲਿਆ ਸੀਗਾ ਕਿ ਜਤਿੰਦਰ ਪਿੰਡਾਂ ਦੀ ਅਤੇ ਪਿੰਡਾਂ ਦੇ ਲੋਕਾਂ ਦੀ ਗੱਲ ਕਰਦੇ ਨੇ ਤੇ ਪਿੰਡੂ ਬੋਲੀ ਦੇ ਵਿੱਚ ਕਰਦੇ ਲੇਗੇ ਹਨਾ ਤੇ ਜਦੋਂ ਤੁਹਾਡੀਆਂ ਕਿਸਾ ਪੰਜਾਬ ਤੱਕ ਆਉਂਦੇ ਹੋયા ਇਹ ਵੀ ਧਾਰਨਾ ਬਣ ਗਈ ਕਿ ਜਿਉਂ ਜੀਆਂ ਜਿਹੋ ਜਿਹੇ ਵਿਸ਼ਿਆਂ ਦੇ ਉੱਪਰ ਜਤਿੰਦਰ ਮੋਹਰ ਫਿਲਮਾਂ ਬਣਾਉਂਦੇ ਨੇ ਬੜੇ ਹੌਸਲੇ ਵਾਲੀ ਗੱਲ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਤੁਸੀਂ ਵਾਕਈ ਇੱਕ ਦਲੇਰ ਹਦਾਇਤਕਾਰ ਹੋ ਨਹੀਂ ਮੈਨੂੰ ਲੱਗਦਾ ਕਿ ਦਲੇਰੀ ਦਾ ਨਾਲ ਤਾਂ ਪਤਾ ਨਹੀਂ ਇਹਦਾ ਕੁਝ ਲੈਣਾ ਦੇਣਾ ਹੋਊਗਾ ਇਹ ਤਾਂ ਤੁਹਾਡੇ ਆਪਣੇ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਕਰਦੇ ਹੋ ਬੇਸਿਕਲੀ ਜਾਂ ਜੋ ਤੁਸੀਂ ਸਮਝਦੇ ਹੋ ਕਿ ਮੈਂ ਆਹ ਕਰ ਸਕਦਾ ਸੋ ਇਹਦੇ ਵਿੱਚ ਦਲੇਰੀ ਆ ਜਾਂ ਮਤਲਬ ਹੌਸਲਾ ਹੈ ਤਾਂ ਮੈਨੂੰ ਪਤਾ ਨਹੀਂ ਹੈਗਾ ਪਰ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਹੜਾ ਤੁਹਾਨੂੰ ਵਿਚਾਰ ਫਿਲਮ ਦਾ ਕੋਈ ਵਿਚਾਰ ਤੁਹਾਨੂੰ ਚੰਗਾ ਲੱਗ ਰਿਹਾ ਤੁਹਾਨੂੰ ਲੱਗਦਾ ਕਿ ਮੈਨੂੰ ਆ ਬਣਾਉਣਾ ਚਾਹੀਦਾ ਤੁਸੀਂ ਉਹਦੇ ਆਲੇ-ਦਾਲੇ ਮਤਲਬ ਆਪਣਾ ਫੋਕਸ ਕਰਦੇ ਹੋ ਤੇ ਉਹ ਦਲੇਰੀ ਆ ਜਿਹੜੀ ਉਹ ਤਾਂ ਮੈਨੂੰ ਲੱਗਦਾ ਕਿ ਉਹ ਤਾਂ ਦਰਸ਼ਕ ਦੱਸਦੇ ਨੇ ਕਿ ਉਹ ਉਹਨਾਂ ਨੂੰ ਚੰਗਾ ਲੱਗਿਆ ਜਾਂ ਬੁਰਾ ਜਿਵੇਂ ਵੀ ਲੱਗਿਆ ਪਰ ਮੈਂ ਮੇਰੇ ਲਈ ਤਾਂ ਇਹੀ ਹੈ ਕਿ ਮੈਂ ਸਿਰਫ ਮੈਨੂੰ ਕੋਈ ਚੀਜ਼ ਚੰਗੀ ਲੱਗਦੀ ਹੈ ਤੇ ਮੈਂ ਉੱਤੇ ਫਿਲਮ ਬਣਾਉਣ ਦੀ ਕੋਸ਼ਿਸ਼ ਕਰਦਾ ਜੀ ਨਵੰਬਰ 2019 ਦੇ ਵਿੱਚ ਜਦੋਂ ਹੁਸ਼ਪਾ ਹੁਸ਼ਿਆਰਪੁਰ ਦੀ ਇੱਕ ਸਟੇਜ ਤੋਂ ਪੰਜਾਬੀ ਸਿਨੇਮਾ ਦੇ ਵਰਤਮਾਨ ਤੇ ਭਵਿੱਖ ਬਾਰੇ ਚਰਚਾ ਹੋ ਰਹੀ ਸੀ ਜ ਜਿਹਦੇ ਵਿੱਚ ਡਾਇਰੈਕਟਰ ਅਨੁਰਾਗ ਸਿੰਘ ਹੋਰੀ ਗੁਰਪ੍ਰੀਤ ਖੁੱਗੀ ਹੋਰੀ ਅਤੇ ਨਵਨੀਤ ਢਿਲੋਂ ਹੋਰੀ ਵੀ ਤੁਹਾਡੇ ਨਾਲ ਸਟੇਜ ਸਾਂਝੀ ਕਰ ਰਹੇ ਸਨ ਤਾਂ ਉੱਥੇ ਤੁਸੀਂ ਆਪਣੇ ਸੰਬੋਧਨ ਹੁੰਦੇ ਹੋਏ ਕਿਹਾ ਕਿ ਹਰਕ ਇਨਸਾਨ ਦਾ ਕੋਈ ਨਾ ਕੋਈ ਕਿੱਤਾ ਜ਼ਰੂਰ ਹੁੰਦਾ ਅਤੇ ਅ ਬਦਕਿਸਮਤੀ ਨਾਲ ਮੇਰੇ ਪੱਲੇ ਫਿਲਮ ਮੇਕਿੰਗ ਪੈ ਗਿਆ ਹੈ ਨਾ ਇਹ ਕਿਉਂਕਿ ਉਦੋਂ ਤੱਕ ਤੁਹਾਡੀਆਂ ਖੂਬਸੂਰਤ ਇੰਨੀਆਂ ਕਮਾਲ ਦੀਆਂ ਫਿਲਮਾਂ ਜਦੋਂ ਕਿਤੇ ਵੀ ਪੰਜਾਬੀ ਸਿਨੇਮਾ ਦਾ ਇਤਿਹਾਸ ਪੜਿਆ ਜਾਊਗਾ ਤਾਂ ਤੁਹਾਡੀਆਂ ਫਿਲਮਾਂ ਦਾ ਜ਼ਿਕਰ ਜ਼ਰੂਰ ਹੋਊਗਾ ਹਨਾ ਕਮਾਲ ਦੀਆਂ ਫਿਲਮਾਂ ਤੁਸੀਂ ਦਿੱਤੀਆਂ ਤਾਂ ਇੰਨੀਆਂ ਬਾਕਮਾਲ ਫਿਲਮਾਂ ਦੇਣ ਦੇ ਬਾਵਜੂਦ ਵੀ ਇੱਕ ਡਾਇਰੈਕਟਰ ਏਡੀ ਵੱਡੀ ਸਟੇਜ ਤੋਂ ਇਹ ਗੱਲ ਕਿਉਂ ਕਹਿੰਦਾ ਉਹ ਤਾਂ ਮਤਲਬ ਇੱਕ ਮੂਮੈਂਟ ਹੁੰਦਾ ਬੰਦੇ ਦਾ ਕਿ ਉਹਨੂੰ ਲੱਗ ਮਤਲਬ ਇੱਕ ਕੁਝ ਸਹਿਜ ਸੁਭਾ ਤੁਸੀ ਕੋਈ ਗੱਲ ਕਹਿ ਦਿੰਨੇ ਹੋ ਸਹਿਜ ਮਤੇ ਜੇ ਕਿ ਤੁਹਾਡੇ ਮੂੰਹ ਚੋਂ ਨਿਕਲ ਜਾਂਦੀ ਆ ਪਰ ਨਾ ਤਾਂ ਮੈਂ ਕਿਸਮਤ 'ਚ ਵਿਸ਼ਵਾਸ ਕਰਦਾ ਮਤਲਬ ਮੈਂ ਤਾਂ ਕਿਸਮਤ 'ਚ ਵਿਸ਼ਵਾਸ ਨਹੀਂ ਕਰਦਾ ਪਰ ਇੱਕ ਕਿਉਂਕਿ ਤੁਹਾਡੇ ਮੂੰਹ ਤੇ ਚੜੀ ਹੁੰਦੀ ਆ ਗੱਲ ਤੇ ਉਹ ਬਸ ਮੈਂ ਥੋੜੀ ਸਹਿਜ ਸੁਭਾ ਮੇਰੇ ਮੂੰਹ ਚੋਂ ਨਿਕਲ ਗਈ ਉਂਝ ਮੇਰਾ ਕੋਈ ਉਹਦੇ ਵਿੱਚ ਹੈ ਨਹੀਂ ਸੀ ਇਸ ਤਰ੍ਹਾਂ ਕਿੱਤੇ ਨਾ ਕਿਤੇ ਇਹਨਾਂ ਰਾਸ਼ਾਂ ਤੁਹਾਨੂੰ ਜ਼ਰੂਰ ਹੋਈ ਜਾਂ ਇੱਕ ਡਿਸਪਾਇੰਟਮੈਂਟ ਆਪਾਂ ਕਹਿ ਸਕਦੇ ਹਾਂ ਕਿ ਜੋ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਜਿੰਨਾ ਦਿੱਤਾ ਤਾਂ ਉਹਨਾਂ ਤੁਹਾਡਾ ਨਾਮ ਜਾਂ ਫਿਰ ਉਹਨਾਂ ਤੁਹਾਨੂੰ ਮਾਣ ਸਨਮਾਨ ਨਹੀਂ ਦਿੱਤਾ ਗਿਆ ਨਹੀਂ ਉਹ ਤਾਂ ਮੈਨੂੰ ਲੱਗਦਾ ਮਾਣ ਵੀ ਮੈਂ ਕੀਤਾ ਵੀ ਕੀ ਹੈ ਮਤਲਬ ਇੰਨਾ ਤਾਂ ਕੁਝ ਦੋ ਤਿੰਨ ਫਿਲਮਾਂ ਬਣਾਉਣ ਨਾਲ ਕੋਈ ਕਿਸੇ ਨੂੰ ਐਡਾ ਮਾਣ ਤਣ ਕਿਉਂ ਦੇਊਗਾ ਜੀ ਤੇ ਦੂਜਾ ਇਹ ਹੈ ਕਿ ਮੈਨੂੰ ਤਾਂ ਇਹ ਕਦੇ ਵੀ ਨਹੀਂ ਲੱਗਦਾ ਹੈਗਾ ਕਿ ਕੋਈ ਕਾਮਯਾਬੀ ਜਾਂ ਨਾਕਾਮਯਾਬੀ ਇਸ ਤਰ੍ਹਾਂ ਦੀ ਕੋਈ ਹੁੰਦੀ ਐ ਕਿਉਂਕਿ ਤੁਸੀਂ ਸਭ ਮੈਂ ਵਾਰ-ਵਾਰ ਕਹਿੰਨਾ ਵੀ ਤੁਸੀਂ ਜ਼ਿੰਦਗੀ ਜਿਉਣਾ ਆਏ ਹੋ ਨਾ ਤੇ ਜ਼ਿੰਦਗੀ ਜਿਉਣੀ ਜ਼ਿਆਦਾ ਐ ਮਾ ਹੁਣ ਉਹ ਫਿਲਮਾਂ ਬਣਾਉਣ ਤੋਂ ਬਿਨਾ ਵੀ ਤੁਸੀਂ ਕਿੰਨਾ ਕੁਝ ਜ਼ਿੰਦਗੀ ਚ ਕਰ ਰਹੇ ਹੋ ਤੁਸੀਂ ਕੁਝ ਪੜ ਰਹੇ ਹੋ ਤੁਸੀਂ ਲਿਖ ਰਹੇ ਹੋ ਤੁਸੀਂ ਦੋਸਤਾਂ ਨਾਲ ਗੱਲਾਂ ਕਰ ਰਹੇ ਹੋ ਤੁਸੀਂ ਆਪਣੇ ਘਰਦਿਆਂ ਨਾਲ ਗੱਲਾਂ ਕਰ ਰਹੇ ਹੋ ਇੰਨੀ ਸੋਹਣੀ ਜ਼ਿੰਦਗੀ ਆ ਇੰਨਾ ਸਾਰਾ ਕੁਝ ਤੁਹਾਡੇ ਆਲੇ-ਦੁਆਲੇ ਹੈਗਾ ਮੰਨਣ ਲਈ ਹੈਗਾ ਉਹ ਸ਼ਿਕਵਾ ਕਰਨ ਲਈ ਵੀ ਹੈਗਾ ਕਿ ਨਹੀਂ ਹੋਣਾ ਚਾਹੀਦਾ ਹੈਗਾ ਇੰਨਾ ਤੁਹਾਡੇ ਵਾਲੇ ਵਾਲੇ ਘੋਲ ਚੱਲ ਰਿਹਾ ਜ਼ਿੰਦਗੀ ਦਾ ਤੇ ਉਹ ਸਾਰੇ ਦੇ ਵਿੱਚ ਤੁਸੀਂ ਇੱਕ ਪੂਰੀ ਕਾਇਨਾਤ ਦਾ ਇੱਕ ਛੋਟਾ ਜਿਹਾ ਕਿਣਕਾ ਹੈਗੇ ਹੋ 19 ਕੀ ਤੁਹਾਡੀ ਔਕਾਤ ਆ ਤੇ 19 ਕਿ ਤੁਸੀਂ ਜ਼ਿੰਦਗੀ ਜਿਉਣਾ ਆਏ ਹੋ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਕਿਸੇ ਨਾਲ ਸ਼ਿਕਵਾ ਮਤਲਬ ਖਾਸ ਕਰਕੇ ਫਿਲਮ ਇੰਡਸਟਰੀ ਨਾਲ ਜਾਂ ਕਿਸੇ ਮੈਨੂੰ ਹੀ ਲੱਗਦਾ ਕਿ ਸਾਨੂੰ ਕਰਨਾ ਚਾਹੀਦਾ ਸਾਨੂੰ ਸਿਰਫ ਆਪਣੇ ਕੰਮ ਕਰਦਾ ਰਹਿਣਾ ਰਹਿਣਾ ਚਾਹੀਦਾ ਬਸ ਇਹੀ ਤੁਸੀਂ ਕਿਰਤ ਆ ਜਿਹੜੀ ਕੰਮ ਜਿਹੜਾ ਹਨਰ ਆ ਤੁਹਾਡਾ ਜਿਹੜਾ ਤੁਹਾਡਾ ਕੀਤਾ ਉਹਨੂੰ ਤੁਸੀਂ ਜਿੰਨੀ ਇਮਾਨਦਾਰੀ ਨਾਲ ਕਰ ਸਕਦੇ ਹੋ ਉਹ ਕਰਦੇ ਰਹੋ ਬਾਕੀ ਤਾਂ ਕੋਈ ਮੈਨੂੰ ਲੱਗਦਾ ਮਤਲਬ ਪ੍ਰਵਾਹ ਕਰਨ ਦੀ ਲੋੜ ਨਹੀਂ ਹੈ ਕਿਸੇ ਬਿਲਕੁਲ ਉਸੇ ਸਟੇਜ ਤੋਂ ਇੱਕ ਰਵਾਇਤੀ ਸੋਚ ਨੂੰ ਤੋੜਦੀ ਹੋਈ ਬਹੁਤ ਹੀ ਇੰਪੋਰਟੈਂਟ ਗੱਲ ਤੁਸੀਂ ਹੋਰ ਕਹੀ ਅਸੀਂ ਇਹ ਮੰਨਦੇ ਆ ਰਹੇ ਸੀ ਕਿ ਹੁਣ ਤੱਕ ਕਿ ਜਦੋਂ ਪੰਜਾਬੀ ਸਿਨੇਮਾ ਦੁਬਾਰਾ ਪੈਰਾਂ ਸਿਰ ਹੋਇਆ ਜਦੋਂ ਮਨਮੋਹਨ ਸਿੰਘ ਹੋਰਾਂ ਦਾ ਸਿਨੇਮਾ ਆਇਆ ਜੀ ਆਇਆਂ ਨੂੰ ਆਈ ਉਹਨਾਂ ਦੋਨੋਂ ਪਰ ਤੁਸੀਂ ਕਹਿੰਦੇ ਹੋ ਕਿ ਸਾਨੂੰ ਥੋੜਾ ਜਿਹਾ ਹੋਰ ਪਿੱਛੇ ਜਾਣਾ ਪਊਗਾ ਜਦੋਂ 97 98 ਦੇ ਵਿੱਚ ਸ਼ਹੀਦ ਦੇ ਮੁਹਬਤ ਬੂਟਾ ਸਿੰਘ ਸ਼ਹੀਦ ਉਦਮ ਸਿੰਘ ਅਤੇ ਮਾਹੌਲ ਠੀਕ ਹੈ ਵਰਗੀਆਂ ਫਿਲਮਾਂ ਆਉਂਦੀਆਂ ਨੇ ਤਾਂ ਉਹ ਹਾਊਸਫੁੱਲ ਫਿਲਮਾਂ ਸੀਗੀਆਂ ਤੁਸੀਂ ਜਦੋਂ ਦੇਖੀਆਂ ਤਾਂ ਉਹਨਾਂ ਫਿਲਮਾਂ ਦੇ ਨਾਲ ਅਸੀਂ ਮੰਨ ਸਕਦੇ ਹਾਂ ਕਿ ਪੰਜਾਬੀ ਸਿਨੇਮਾ ਦੁਬਾਰਾ ਤੋਂ ਸੁਰਜੀਤ ਹੋਣ ਲੱਗਿਆ ਪਰ ਜਦੋਂ ਮਨਮੋਹਨ ਸਿੰਘ ਹੋਰਾਂ ਦੀਆਂ ਫਿਲਮਾਂ ਆਈਆਂ ਤਾਂ ਉਹਨਾਂ ਫਿਲਮਾਂ ਦੇ ਆਉਣ ਦੇ ਨਾਲ ਦੌਰ ਰਿਵਰਸ ਹੋ ਗਿਆ ਕਿਉਂਕਿ ਉਹਨਾਂ ਨੇ ਇੱਕ ਨਵੀਂ ਮੰਡੀ ਪੈਦਾ ਕੀਤੀ ਜਿਹੜੀ ਕਿ ਐਨਰਾਈਜ਼ ਦੀ ਮੰਡੀ ਸੀਗੀ ਤੁਹਾਨੂੰ ਇਹ ਕਿਉਂ ਲੱਗਿਆ ਤੁਹਾਨੂੰ ਲੱਗਿਆ ਕਿ ਅਗਰ ਉਸ ਟਾਈਮ ਐਨਰਾਈਜ਼ ਨੂੰ ਟਾਰਗੇਟ ਨਾ ਕੀਤਾ ਜਾਂਦਾ ਜਾਂ ਫਿਲਮਾਂ ਦੇ ਵਿੱਚ ਉਹਦਾ ਦਾ ਕੰਟੈਂਟ ਪ੍ਰੈਜ਼ੈਂਟ ਨਾ ਕੀਤਾ ਜਾਂਦਾ ਤਾਂ ਫਿਲਮ ਇੰਡਸਟਰੀ ਜਾਂ ਫਿਲਮ ਸਿਨੇਮਾ ਪੰਜਾਬੀ ਸਿਨੇਮਾ ਦੀ ਦਸ਼ਾ ਜਾਂ ਦਿਸ਼ਾ ਕੋਈ ਹੋਰ ਹੋਣੀ ਸੀ ਹਾਂਜੀ ਇਹ ਜਿਵੇਂ ਤੁਸੀਂ ਕਿਹਾ ਇਹ ਬਿਲਕੁਲ ਹੋਇਆ ਕਿ ਜਿਹੜੀਆਂ ਸ਼ੀਦ ਮੁਹੱਬਤ ਗੁੱਟਾ ਸਿੰਘ ਫਿਲਮਾਂ ਇੱਕ ਲਵ ਸਟੋਰੀ ਵੀ ਆ ਪੀਰੀਅਡ ਫਿਲਮ ਵੀ ਆ ਸ਼ੀਦ ਉਦਮ ਸਿੰਘ ਆ ਜਿਹੜੀ ਉਹ ਇੱਕ ਬਾਇਓਗ੍ਰਾਫੀ ਆ ਤੇ ਤੀਤਜੀ ਜਿਹੜੀ ਕਾਮੇਡੀ ਫਿਲਮ ਆ ਤੇ ਉਹ ਤਿੰਨੇ ਅਲੱਗ-ਅਲੱਗ ਜਿਹੜੀਆਂ ਵੱਖਰੀ-ਵੱਖਰੀ ਵਨਗੀਆਂ ਫਿਲਮਾਂ ਸੀ ਤੇ ਸਾਰੀਆਂ ਫਿਲਮਾਂ ਨੂੰ ਲੋਕਾਂ ਨੇ ਚੰਗਾ ਰਿਸਪੌਂਸ ਦਿੱਤਾ ਉਹਨਾਂ ਨੂੰ ਸੋ ਮੇਰਾ ਤਾਂ ਇਹੀ ਮੰਨਣਾ ਕਿ ਉਹ ਤੋਂ ਅੱਗੇ ਗੱਲ ਹੋਰ ਤੁਰਨੀ ਚਾਹੀਦੀ ਸੀ ਉਸ ਕਿਉਂਕਿ ਤੁਸੀਂ ਇਹਨੇ ਤਿੰਨ ਤਜਰਬੇ ਕਰ ਲਏ ਉਸ ਤੋਂ ਅੱਗੇ ਹੋਰ ਕਿਹੜੇ ਤਜਰਬੇ ਹੋ ਸਕਦੇ ਨੇ ਜਾਂ ਔਰ ਕਿਹੜੀਆਂ ਕਹਾਣੀਆਂ ਸੁਣਾਈਆਂ ਜਾ ਸਕਦੀਆਂ ਨੇ ਪਰ ਉਹ ਗੱਲ ਠੀਕ ਹੈ ਕਿ ਉਹਨਾਂ ਨੇ ਇੱਕ ਜਿਹੜੀ ਮੰਡੀ ਇੱਕ ਨਵੀਂ ਮਿਲੀ ਬਾਹਰ ਦੀ ਜਿਹੜੀ ਫੋਰਨ ਦੀ ਸੀ ਤਾਂ ਉਹ ਬਾਕੀ ਇਹ ਹੈ ਕਿ ਅਸੀਂ ਕਿਸੇ ਨੂੰ ਕਹਿ ਤਾ ਸਕਦੇ ਨਹੀਂ ਕਿ ਤੁਸੀਂ ਇਹ ਫਿਲਮਾਂ ਕਿਉਂ ਬਣਾਈਆਂ ਸੀ ਜਿਸੇ ਰਿਕ ਪਰਚੋਲ ਕਰ ਸਕਦੇ ਆ ਜਾਂ ਤੁਸੀਂ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ ਜਿਹੜੇ ਮਤਲਬ ਹਰ ਕੋਈ ਨੂੰ ਆਜ਼ਾਦੀ ਹੈ ਬੰਦੇ ਨੂੰ ਸੋ ਉਹ ਉਹ ਫਿਲਮਾਂ ਉਹ ਫਿਰ ਇੱਕ ਤਰ੍ਹਾਂ ਦੀਆਂ ਫਿਲਮਾਂ ਜਦੋਂ ਬਣਨ ਲੱਗੀਆਂ ਜਿਆਦਾ ਐਨ ਆਰ ਆਈਸ ਦੇ ਆਲੇ-ਦੁਆਲੇ ਘੁੰਮਣ ਲੱਗੀਆਂ ਜਾਂ ਉਹ ਇੱਕ ਪੈਟਰਨ ਚਲ ਪਿਆ ਤੇ ਹਾਲਾਂਕਿ ਮਤਲਬ ਸਾਡੇ ਕੋਲ ਇੱਕ ਵਿਰਾਸਤ ਸੀ ਉਹਨਾਂ ਫਿਲਮਾਂ ਦੀ ਉਹਨਾਂ ਤਿੰਨ ਫਿਲਮਾਂ ਦੀ ਜਿਹੜੀ ਬਿਲਕੁਲ ਫੌਰੀ ਸਾਡੇ ਪਿੱਛੇ ਖੜੀ ਸੀ ਉਹ ਵਿਰਾਸਤ ਜਿਹਦੇ ਤੋਂ ਅਸੀਂ ਚੀਜ਼ਾਂ ਲੈ ਕੇ ਅੱਗੇ ਕਹਾਣੀਆਂ ਹੋਰ ਵੱਖਰੀਆਂ ਸੁਣਾ ਸਕਦੇ ਸੀ ਪਰ ਉਧਰ ਅਸੀਂ ਨਹੀਂ ਗਏ ਹੈਗੇ ਜਾਂ ਉਸ ਤਰ੍ਹਾਂ ਦੇ ਤਜਰਬੇ ਜਿਹੜੇ ਨੇ ਉਹ ਹੋ ਨਹੀਂ ਸਕੇ ਹੈਗੇ ਸੋ ਮੇਰਾ ਇਹੀ ਮਤਲਬ ਮੈਨੂੰ ਲੱਗਦਾ ਹੈ ਅ ਸਾਡੇ ਕਿਹਾ ਜਾਂਦਾ ਹੈ ਕਿ ਸਿਨੇਮਾ ਜਿਹੜਾ ਐਂਟਰਟੇਨਮੈਂਟ ਦਾ ਪਿਓਰ ਸੋਰਸ ਹੈ ਹਾਂਜੀ ਕਿ ਉਹ ਕਹਿ ਸਕਦੇ ਆ ਕਿ ਸਿਨੇਮਾ ਮਤਲਬ ਐਂਟਰਟੇਨਮੈਂਟ ਜਦੋਂ ਵਿਦਿਆਰਥੀ ਆਪਣੀ ਕਿਸੇ ਇੱਕ ਫਿਲਮ ਦੇ ਵਿੱਚ ਐਂਟਰਟੇਨਮੈਂਟ 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 ਇਹ ਸ਼ਬਦ ਦਾ ਤਿੰਨ ਵਾਰ ਦਾ ਹਰਾ ਕਰਦੇ ਨੇ ਤਾਂ ਅਸੀਂ ਹੋਰ ਵੀ ਪੱਕੇ ਹੋ ਜਾਂਦੇ ਇਸ ਚੀਜ਼ ਦੇ ਉੱਪਰ ਕਿ ਵਾਕਈ ਸਿਨੇਮਾ ਜਿਹੜਾ ਐਂਟਰਟੇਨਮੈਂਟ ਦਾ ਹੀ ਸੋਰਸ ਹੈ ਪਰ ਤੁਸੀਂ ਕਹਿੰਦੇ ਹੋ ਕਿ ਮੈਂ ਐਂਟਰਟੇਨਮੈਂਟ ਦੇ ਨਾਲੋਂ ਇੰਗੇਜਮੈਂਟ ਦੇ ਵਿੱਚ ਜ਼ਿਆਦਾ ਬਲੀਵ ਕਰਦਾ ਹਾਂ ਤਾਂ ਫਿਰ ਜਿਹੜੀ ਸਿਨੇਮਾ ਦੇ ਵਿੱਚ ਐਂਟਰਟੇਨਮੈਂਟ ਇੱਕ ਸ਼ਬਦ ਦੀ ਪੋਲਿਟਿਕਸ ਆ ਉਹ ਕਿਉਂ ਹੋ ਰਹੀ ਆ ਤੇ ਤੁਸੀਂ ਇਹਨੂੰ ਕਿਵੇਂ ਸਮਝਦੇ ਹੋ ਇਹ ਤਾਂ ਹੁਣ ਇਹ ਗੱਲ ਹੈ ਕਿ ਇੱਕ ਤਾਂ ਉਹ ਕਰਨ ਵਾਲਿਆਂ ਦੀ ਆਪਣੀ ਸਿਆਸਤ ਹੁੰਦੀ ਆ ਕਹਿਣ ਵਾਲਿਆਂ ਦੀ ਦੂਜੀ ਗੱਲ ਆ ਧਾਰਨਾਵਾਂ ਬਹੁਤ ਸਾਰੀਆਂ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਧਾਰਨਾਵਾਂ ਲੋਕ ਤੋੜਦੇ ਵੀ ਹੁੰਦੇ ਨੇ ਧਾਰਨਾਵਾਂ ਬਣਦੀਆਂ ਵੀ ਹੁੰਦੀਆਂ ਨੇ ਧਾਰਨਾਵਾਂ ਤੋੜੀਆਂ ਵੀ ਜਾਂਦੀਆਂ ਹੁੰਦੀਆਂ ਨੇ ਤਾਂ ਜਿਹੜੀ ਉਹ ਐਂਟਰਟੇਨਮੈਂਟ ਵਾਲੀ ਧਾਰਨਾ ਇਹ ਉਹ ਖੂਬ ਮਤਲਬ ਪਿਛਲੇ 100 ਸਾਲ ਤੋਂ ਅਸੀਂ ਬਣਾਈ ਆ ਤੇ ਉਹ ਧਾਰਨਾ ਮਤਲਬ ਟੋਟਲ ਨੂੰ ਵੀ ਹੋ ਸਕਦਾ ਟਾਈਮ ਲੱਗੇ ਪਰ ਅੱਜਕੱਲ ਜਿਹੜੇ ਲੋਕ ਨੇ ਉਹ ਮਤਲਬ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਤਜਰਬੇ ਕਰ ਰਹੇ ਨਹੀਂ ਤੇ ਉਸ ਤਰ੍ਹਾਂ ਦਾ ਮਤਲਬ ਉਸ ਧਾਰਨਾ ਨੂੰ ਤੋੜ ਵੀ ਰਹੇ ਨੇ ਤੇ ਜਿਵੇਂ ਮੈਂ ਇੱਕ ਤੁਸੀਂ ਗੱਲ ਕਹੀ ਸੀ ਕਿ ਮਿੱਟੀ ਲਈ ਮੈਨੂੰ ਬੈਸਟ ਕੰਪਲੀਮੈਂਟ ਹਾਂਜੀ ਉਹ ਮਿਲਿਆ ਸੀ ਪਰ ਉਸ ਤੋਂ ਵੀ ਇੱਕ ਜਿਹੜਾ ਮਤਲਬ ਮੈਨੂੰ ਚੰਗਾ ਕੰਪਲੀਮੈਂਟ ਮਿਲਿਆ ਉਹ ਕਿੱਸਾ ਪੰਜਾਬ ਤੋਂ ਬਾਅਦ ਕਿਸੇ ਨੇ ਮੈਨੂੰ ਫੇਸਬੁੱਕ ਦੇ ਉੱਤੇ ਮੈਸੇਜ ਕੀਤਾ ਸੀ ਉਹ ਬੰਦਾ ਮੇਰੇ ਨਾਲ ਫੇਸਬੁੱਕ ਤੇ ਹੈਵ ਵੀ ਨਹੀਂ ਸੀ। ਮਤਲਬ ਜਿਹੜੀ ਤੁਸੀਂ ਆਪ ਅਸੀਂ ਗੱਲ ਕਹਿੰਦੇ ਆ ਨਾ ਕਿ ਕਿਹੜੀਆਂ ਚੀਜ਼ਾਂ ਤੁਹਾਨੂੰ ਮਤਲਬ ਡਰਾਈਵ ਕਰਦੀਆਂ ਨੇ ਕਿ ਤੁਸੀਂ ਆਪਣਾ ਕੰਮ ਇਹ ਕਰੋ ਤਾਂ ਉਹਦੇ ਵਿੱਚ ਉਹਨਾਂ ਨੇ ਮੈਨੂੰ ਉਹ ਅਨਰਿਡ ਮੈਸੇਜ ਪਿਆ ਰਿਹਾ ਕਿਉਂਕਿ ਮੈਂ ਅਨਰਿਡ ਮੈਸੇਜ ਘੱਟ ਮੈਨੂੰ ਦੇਖੇ ਜਾਂਦੇ ਨੇ ਮੈਨੂੰ ਪਤਾ ਵੀ ਨਹੀਂ ਸੀ ਕਿ ਉਹ ਅਨਰਿਡ ਮੈਸੇਜ ਵੀ ਹੁੰਦੇ ਨੇ ਕੁਝ ਤਾਂ ਉਹਦੇ ਵਿੱਚੋਂ ਇੱਕ ਮੈਨੂੰ ਉਹ ਲੱਬਿਆ ਮੈਸੇਜ ਤੇ ਉਹਦੇ ਵਿੱਚ ਉਹਨੇ ਕਿਹਾ ਕਿ ਮੈਂ ਕਬੱਡੀ ਖੇਡਦਾ ਤੇ ਉਹਨੇ ਮੈਨੂੰ ਕੋਈ ਫਰੈਂਡ ਰਿਕੁਐਸਟ ਨਹੀਂ ਭੇਜੀ ਕੁਝ ਨਹੀਂ ਨਾ ਉਹਨੇ ਮੇਰੇ ਨਾਲ ਕੋਈ ਗੱਲ ਕਰਨੀ ਸੀ ਹੋਰ ਕੋਈ ਮਤਲਬ ਕੋਈ ਚਾਹੁੰਦਾ ਹੋਊਗਾ ਉਹ ਗੱਲ ਕਰਨੀ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਉਹਨੇ ਬੰਦੇ ਨੇ ਕਿਹਾ ਮੈਨੂੰ ਵੀ ਮੈਂ ਕਬੱਡੀ ਖੇਡਦਾ ਤੇ ਮੈਂ ਜਿੱਥੇ ਸਾਡਾ ਕੋਚ ਆ ਜਿਹੜਾ ਉਹ ਸਾਨੂੰ ਤੁਹਾਡੇ ਆ ਫਿਲਮਾਂ ਬਾਰੇ ਉਹਨੇ ਦੱਸਿਆ ਅੱਛਾ ਤੇ ਫਿਰ ਉਹਨੇ ਮਤਲਬ ਸਾਨੂੰ ਫਿਲਮਾਂ ਦਿਖਾਈਆਂ ਫਿਰ ਉਹਨਾਂ ਨੇ ਤੁਹਾਡੇ ਕੋਈ ਆਰਟੀਕਲ ਲਿਖੇ ਹੋਏ ਸੀ ਉਹ ਵੀ ਸਾਨੂੰ ਪੜ੍ਹਾਏ ਨੇ ਤੇ ਬਸ ਮੈਂ ਤੁਹਾਨੂੰ ਇਹ ਕਹਿਣਾ ਉਸ ਮੁੰਡੇ ਨੇ ਲਿਖਿਆ ਵੀ ਤੁਸੀਂ ਇਹ ਬਣਾਉਂਦੇ ਰਹੋ ਹੁਣ ਜਿਹੜਾ ਉਹ ਇੱਕ ਪਿੰਡ ਦਾ ਮੁੰਡਾ ਜਿਹਨੂੰ ਮਤਲਬ ਮੇਰਾ ਫਰੈਂਡ ਬਣ ਦੇ ਵਿੱਚ ਵੀ ਕੋਈ ਲਾਲਚ ਨਹੀਂ ਹੈਗਾ ਇੱਕ ਮੈਸੇਜ ਮੈਨੂੰ ਭੇਜਦਾ ਮੈਨੂੰ ਲੱਗਦਾ ਕਿ ਮੈਂ ਉਸ ਪਿੰਡ ਦੇ ਮੁੰਡੇ ਲਈ ਫਿਲਮ ਬਣਾਉਣਾ ਕਿਉਂਕਿ ਉਹ ਮੈਨੂੰ ਕਹਿ ਰਿਹਾ ਤੂੰ ਬਣਾਉਂਦਾ ਰਹੀਂ ਕਿਉਂਕਿ ਜਿਹੜਾ ਅਗਲਾ ਸ਼ਬਦ ਆ ਉਹਨੇ ਮੇਰੇ ਮਤਲਬ ਉਹਨੇ ਕਿਹਾ ਵੀ ਸਾਨੂੰ ਤੁਹਾਡਾ ਬਹੁਤ ਮਾਣ ਹੁਣ ਜੇ ਕੋਈ ਬੰਦਾ ਇਹ ਕਹੇ ਮਤਲਬ ਤੁਹਾਡੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਤੁਹਾਨੂੰ ਕਦੇ ਉਹਨੇ ਮਿਲਣਾ ਨਹੀਂ ਪਰ ਉਹ ਇੰਨੀ ਛੱਦਰ ਨਾਲ ਕੋਈ ਬੰਦਾ ਤੁਹਾਨੂੰ ਕਹੇ ਤਾਂ ਫਿਰ ਮਤਲਬ ਵੀ ਇਹ ਇਹ ਮੈਨੂੰ ਲੱਗਦਾ ਇਹ ਕੰਪਲੀਮੈਂਟ ਹੈ ਜਿਹੜਾ ਇਹ ਵੀ ਉਨਾਂ ਹੀ ਮੇਰੇ ਲਈ ਅਹਿਮ ਜਿੰਨਾ ਹੋ ਤੇ ਜਿਹੜੀ ਐਂਟਰਟੇਨਮੈਂਟ ਵਾਲੀ ਤੁਸੀਂ ਗੱਲ ਕਰਦੇ ਆਪਾਂ ਗੱਲ ਕਰ ਰਹੇ ਸੀ ਕੱਲ ਇਹ ਹੈ ਕਿ ਬਹੁਤ ਇੱਥੇ ਦੁਨੀਆ ਤੇ 7 ਕਰੋੜ 7 ਅਰਬ ਲੋਕ ਰਹਿੰਦੇ ਨੇ ਅਲੱਗ-ਅਲੱਗ ਉਹਨਾਂ ਦੇ ਕਿੱਤੇ ਨੇ ਅਲੱਗ-ਅਲੱਗ ਉਹਨਾਂ ਦੀ ਸੋਚ ਹੋ ਸਕਦੀ ਆ ਕੋਈ ਬੰਦਾ ਲਈ ਫਿਲਮਾਂ ਐਂਟਰਟੇਨਮੈਂਟ ਲਈ ਹੋ ਸਕਦੀਆਂ ਨੇ ਪਰ ਇਹ ਜ਼ਰੂਰੀ ਨਹੀਂ ਕਿ ਸਾਰਿਆਂ ਲਈ ਹੋਣ ਤੁਸੀਂ ਮੈਂ ਹੋਰ ਕੋਈ ਮਤਲਬ ਜਿਵੇਂ ਜੇ ਮੈਂ ਕੋਈ ਇੰਗੇਜਮੈਂਟ ਕਹਿ ਰਿਹਾ ਤਾਂ ਹੋ ਸਕਦਾ ਕੋਈ ਇੰਗੇਜਮੈਂਟ ਨਾ ਕਹੇ ਕੁਝ ਹੋਰ ਕੁਝ ਕਹਿ ਦੇਵੇ ਸੋ ਸਾਨੂੰ ਹੱਕ ਆ ਨਾ ਸਾਰਿਆਂ ਨੂੰ ਆਪਣੀ ਗੱਲ ਕਰਨ ਦਾ ਸੋ ਅਸੀਂ ਜਿਵੇਂ ਸਾਨੂੰ ਠੀਕ ਲੱਗ ਰਿਹਾ ਅਸੀਂ ਉਹਦੇ ਮੁਤਾਬਕ ਆਪਣੀ ਗੱਲ ਕਹਿ ਰਹੇ ਆ ਐਂਟਰਟੇਨਮੈਂਟ ਵਾਲਿਆਂ ਨੂੰ ਕਹਿਣ ਦਾ ਵੀ ਹੱਕ ਆ ਸਾਨੂੰ ਵੀ ਕਹਿਣ ਦਾ ਹੱਕ ਆ ਇਹ ਤਾਂ ਮਤਲਬ ਸਮਾਂ ਤੇ ਲੋਕ ਡਿਸਾਈਡ ਕਰਨਗੇ ਕਿ ਉਹ ਉਹਨਾਂ ਚੋਂ ਕਿਹੜੀ ਚੀਜ਼ ਆ ਜਿਹੜੀ ਉਹ ਕੋਈ ਮਨੁੱਖੀ ਭਾਵਨਾ ਦੀ ਜਾਂ ਚੇਤਨਾ ਦੀ ਜਾਂ ਕਿਸੇ ਕਿਸੇ ਉਹਦੀ ਬਿਹਤਰ ਜ਼ਿੰਦਗੀ ਦੀ ਕੋਈ ਗੱਲ ਤੁਹਾਡੀ ਕਲਾ ਦੇ ਵਿੱਚੋਂ ਕੋਈ ਫੜ ਲੂਗਾ ਜਾਂ ਜਾਂ ਕੋਈ ਕਲਾਹੇ ਜੀ ਹੋਊਗੀ ਜਿਹੜੀ ਬੰਦੇ ਦੀ ਇੱਜ਼ਤ ਹੀ ਨਹੀਂ ਕਰਨਾ ਸਿਖਾਉਂਦੀ ਹੋਊਗੀ ਉਹਨੂੰ ਕੁਝ ਪਤਾ ਨਹੀਂ ਕੀ ਉਹ ਟਿਕਦੀ ਹੋਊਗੀ ਸੋ ਇਹ ਤਾਂ ਸਾਰਾ ਲੋਕਾਂ ਨੇ ਸਮੇਂ ਨੇ ਸਾਰਾ ਕੁਝ ਮੈਨੂੰ ਲੱਗਦਾ ਕਿ ਇਹਦਾ ਫੈਸਲਾ ਕਰਨਾ ਹੁੰਦਾ ਹੈ ਕਿ ਪਬਲਿਕ ਟੇਸਟ ਨਾਂ ਦੀ ਕੋਈ ਚੀਜ਼ ਹੁੰਦੀ ਆ ਪਬਲਿਕ ਟੇਸਟ ਨਾਂ ਦੀ ਮੈਂ ਉਹਦੇ ਵਿੱਚ ਬਲੀਵ ਨਹੀਂ ਕਰਦਾ ਹੈਗਾ ਜੀ ਮੇਰਾ ਕੋਈ ਪਰੋਸਾ ਨਹੀਂ ਹੈਗਾ ਉਹ ਲੋਕਾਂ ਨੂੰ ਤੁਸੀਂ ਉਹ ਪੇਸ਼ ਕਰਦੇ ਹੋ ਜੋ ਤੁਸੀਂ ਪੇਸ਼ ਕਰਨਾ ਚਾਹੁੰਦੇ ਹੋ ਮਤਲਬ ਮੈਂ ਇਹ ਨਹੀਂ ਕਹਿ ਸਕਦਾ ਕਿ ਫਿਲਮ ਮੈਂ ਬਣਾ ਰਿਹਾ ਤੇ ਮੈਂ ਕਹਾ ਕਿ ਤਾਂ ਮੈਂ ਤਾਂ ਲੋਕਾਂ ਦੇ ਮੁਤਾਬਕ ਬਣਾ ਰਿਹਾ ਇਹ ਨਹੀਂ ਉਹ ਉਹ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਉਹਨਾਂ ਨੇ ਆਪਣੀ ਉਹ ਜੋ ਉਹਨਾਂ ਨੂੰ ਚੰਗਾ ਲੱਗ ਰਿਹਾ ਉਹਨਾਂ ਨੇ ਉਹ ਪੇਸ਼ ਕਰਨਾ ਲੋਕਾਂ ਨੇ ਉਹਦੇ ਵਿੱਚੋਂ ਕੋਈ ਚੋਣ ਕਰ ਲੈਣੀ ਆ ਕਿ ਅਸੀਂ ਆ ਫਿਲਮ ਜ਼ਿਆਦਾ ਦੇਖ ਲਾਂਗੇ ਆ ਫਿਲਮ ਘੱਟ ਦੇਖ ਲਾਂਗੇ ਪਰ ਪਬਲਿਕ ਟੇਸਟ ਇਸ ਤਰ੍ਹਾਂ ਦੀ ਕੋਈ ਮੈਨੂੰ ਹੀ ਲੱਗਦਾ ਸਿਰਫ ਤੇ ਸਿਰਫ ਹੁੰਦੀ ਆ ਤਾਂ ਸਾਹਮਣੇ ਵਾਲੇ ਦੀ ਮਨੁੱਖ ਦੇ ਤੌਰ ਤੇ ਇੱਜ਼ਤ ਕਰਨ ਦੀ ਗੱਲ ਹੁੰਦੀ ਆ ਕਿ ਸਾਹਮਣੇ ਜਿਹੜਾ ਬੰਦਾ ਬੈਠਾ ਉਹ ਮਨੁੱਖਾ ਮੈਂ ਵੀ ਮਨੁੱਖਾ ਮੈਨੂੰ ਵੀ ਦੀ ਇੱਜ਼ਤ ਕਰਨੀ ਚਾਹੀਦੀ ਆ ਹੁਣ ਜਦੋਂ ਇੱਜ਼ਤ ਕਰਨ ਦੀ ਗੱਲ ਕਰੋਗੇ ਤਾਂ ਉਹਦੇ ਵਿੱਚੋਂ ਤੁਸੀਂ ਕਿਸ ਤਰ੍ਹਾਂ ਦੀ ਕਲਾ ਸਿਰਜਣੀ ਆ ਤੁਸੀਂ ਆਪ ਸੋਚੋ ਇਸੇ ਕਰਕੇ ਤੁਸੀਂ ਅਮ ਦਰਸ਼ਕਾਂ ਨੂੰ ਗ੍ਰਾਹਕ ਨਾ ਮੰਨ ਕੇ ਸੰਗਤ ਮੰਨਦੇ ਹੋ ਹਾਂ ਬਿਲਕੁਲ ਮੈਂ ਉਹਨਾਂ ਨੂੰ ਸੰਗਤ ਮੰਨਦੇ ਆ ਜੀ ਗ੍ਰਾਹਕ ਜਾਂ ਕੰਜ਼ਿਊਮਰ ਨਹੀਂ ਹੈਗੇ ਉਹ ਮਤਲਬ ਉਹ ਉਹ ਮਨੁੱਖ ਨੇ ਉਹਨਾਂ ਨੂੰ ਵੀ ਮਤਲਬ ਸੋਚਦੇ ਨੇ ਸਮਝਦੇ ਨੇ ਉਹਨਾਂ ਨੂੰ ਵੀ ਕੁਦਰਤ ਨੇ ਇਹ ਸਾਰੇ ਅੰਗ ਬਖਸ਼ੇ ਨੇ ਤੇ ਇਸ ਕਰਕੇ ਉਹਨਾਂ ਦਾ ਬਿੱਤਰ ਉਹਨਾਂ ਤੋਂ ਉਹ ਕੰਮ ਲੈ ਰਹੇ ਨੇ ਤੇ ਲੈਣਗੇ ਲੈਂਦੇ ਰਹਿਣਗੇ ਸੋ ਮੈਂ ਉਹਨਾਂ ਨੂੰ ਇਹ ਨਹੀਂ ਕਹਿ ਸਕਦਾ ਹੈਗਾ ਕਿ ਵੀ ਤੁਸੀਂ ਦਿਲ ਤੇ ਦਿਮਾਗ ਆਪਣਾ ਘਰ ਰੱਖ ਕੇ ਆਓ ਮੈਂ ਕਿਉਂ કહਾਂ ਉਹਨਾਂ ਨੂੰ ਉਹਨਾਂ ਦਾ ਦਿਲ ਤੇ ਦਿਮਾਗ ਵਰਤਣ ਦਾ ਉਹਨਾਂ ਨੂੰ ਪੂਰਾ ਹੱਕ ਆ ਸੋ ਉਹ ਨਾਲੇ ਸੰਗਤ ਆ ਉਹ ਮੇਰੇ ਮਤਲਬ ਮੇਰੇ ਸਮਕਾਲੀ ਨੇ ਉਹ ਮੇਰੇ ਸਾਰੇ ਭੈਣ ਭਰਾ ਛੋਟੇ ਵੱਡੇ ਸਭ ਉਹ ਨੇ ਤੋ ਮੈਂ ਉਹਨਾਂ ਨੂੰ ਇਹ ਜੀ ਕੋਈ ਗੈਰ ਜ਼ਿੰਮੇਵਾਰ ਜਿਹੜਾ ਮੈਂ ਜਿਹੜਾ ਬਿਆਨ ਆ ਮੈਂ ਉਹਨਾਂ ਲਈ ਨਹੀਂ ਦੇ ਸਕਦਾ ਹੈ ਗਏ ਹੂੰ ਬਿਲਕੁਲ ਤੁਸੀਂ ਅ ਸਿਨਮਾ ਦੀ ਵਿਸ਼ਾਲਤਾ ਨੂੰ ਦਰਸਾਉਂਦੇ ਹੋਏ ਇੱਕ ਲੇਖ ਲਿਖਿਆ ਸੀਗਾ ਜਿਦੇ ਵਿੱਚ ਤੁਸੀਂ 1917 ਦੇ ਲੈਨਨ ਦਾ ਇੱਕ ਕੋਟ ਸਟੇਟਮੈਂਟ ਕੋਟ ਕਰਦੇ ਹੋ ਕਿ ਅ 1917 ਚ ਰੂਸੀ ਇਨਕਲਾਬ ਤੋਂ ਬਾਅਦ ਲੈਨਨ ਕਹਿੰਦਾ ਆ ਕਿ ਲੋਕਾਂ ਦੀ ਗੱਲ ਲੋਕਾਂ ਤੱਕ ਪਹੁੰਚਾਉਣ ਦੇ ਲਈ ਸਿਨੇਮਾ ਸਭ ਤੋਂ ਵੱਡਾ ਮਾਧਿਅਮ ਹੋ ਸਕਦਾ ਹੈ ਤੇ ਜਿਹਦੀ ਵਿਸ਼ਾਲਤਾ ਗਦਰ ਲਹਿਰ ਨੇ ਵੀ ਪਛਾਣੀ ਸੀ ਹਾਂਜੀ ਪਰ ਤੁਹਾਨੂੰ ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਸਿਨੇਮਾ ਨੂੰ ਉਨੀ ਸੰਜੀਦਗੀ ਦੇ ਨਾਲ ਲਿਆ ਜਾਂ ਪੰਜਾਬੀ ਇੰਡਸਟਰੀ ਨੇ ਕਿ ਅਸੀਂ ਪੰਜਾਬ ਦੀ ਸਹੀ ਰਿਪਰੈਜੈਂਟੇਸ਼ਨ ਕਰ ਪਾਈ ਸਿਨੇਮਾ ਦੇ ਥਰੂ ਹਾਂ ਇਹ ਤਾਂ ਮਸਲਾ ਰਿਹਾ ਕਿ ਅਸੀਂ ਨਹੀਂ ਕੀਤੀ ਹੈਗੀ ਜੀ ਤੇ ਜਿਹੜਾ ਮਤਲਬ ਇਸ ਤੋਂ ਵੀ ਜੇ ਪਿੱਛੇ ਤੁਸੀਂ ਜਾਓ ਮਤਲਬ ਲੈਨਨ ਤੋਂ ਪਿੱਛੇ ਗਦਰੀ ਨੇ ਗਦਰੀ ਤੋਂ ਪਿੱਛੇ ਰੂਚੀ ਰਾਮ ਸਾਨੀ ਆ ਰੂਚੀ ਰਾਮ ਸਾਨੀ ਆ ਜਿਹੜਾ ਉਹ ਜਦੋਂ ਸਿਨੇਮਾ ਜਾਂ ਕੈਮਰਾ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਸੀ ਹੁੰਦੀ ਉਹ ਸਲਾਈਡ ਸ਼ੋ ਨਾਲ ਲੋਕਾਂ ਨੂੰ ਤੁਸੀਂ ਦਿਖਾਉਂਦੇ ਹੁੰਦੇ ਸੀ ਜੋ ਵੀ ਜਿਵੇਂ ਸਾਇੰਸ ਦੇ ਨਵੇਂ ਜਿਹੜੇ ਆ ਰਹੇ ਨੇ ਕੋਈ ਯੰਤਰ ਆ ਰਹੇ ਨੇ ਉਹ ਤੁਸੀਂ ਇਹ ਰੂਚੀ ਰਾਮ ਸਾਨੀ ਖੁਦ ਕਿਉਂਕਿ ਸਾਇੰਸਦਾਨ ਸੀ ਤੇ ਉਹਨਾਂ ਨੇ ਪੰਜਾਬ ਵਿਗਿਆਨ ਸੰਸਥਾ ਬਣਾਈ 1882 ਦੇ ਵਿੱਚ ਉਹਨਾਂ ਦਾ ਇਹ ਮੰਨਣਾ ਸੀ ਕਿ ਵਿਗਿਆਨ ਨੂੰ ਲੋਕਾਂ ਦੀ ਬੋਲੀ ਵਿੱਚ ਲੋਕਾਂ ਤੱਕ ਪਹੁੰਚਾਉਣਾ ਤੇ ਉਹ ਜਿਵੇਂ ਲਾਹੌਰ ਗੁਰਦੁਆਰਾ ਬੌਲੀ ਸਾਹਿਬ ਦੇ ਵਿੱਚ ਹਰ ਮਹੀਨੇ ਇੱਕ ਲੈਕਚਰ ਦਿੰਦੇ ਹੁੰਦੇ ਸੀ ਫਿਰ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੇ ਲੈਕਚਰ ਦਿੱਤੇ ਲਗਭਗ 500 ਜਲਸੇ ਜਿਹੜੇ ਨੇ ਉਹਨਾਂ ਨੇ ਕੀਤੇ ਨੇ ਉਹ ਤੇ ਉਹਦੇ ਵਿੱਚ ਉਹ ਮਤਲਬ ਉਹਨਾਂ ਨੇ ਸ਼ਬਦ ਲੱਭੇ ਨੇ ਜਿਹੜੇ ਅੰਗਰੇਜ਼ੀ ਦੇ ਉਹਨਾਂ ਯੰਤਰਾਂ ਲਈ ਸ਼ਬਦ ਹੁੰਦੇ ਸੀ ਮਤਲਬ ਉਹ ਕਹਿਣ ਦਾ ਭਾਵ ਇਹ ਹੈ ਕਿ ਉਹ ਸਿਨੇਮੇ ਦੀ ਪਹਿਲੀ ਜਿਹੜੀ ਇੰਗੇਜਮੈਂਟ ਆ ਜਿਹੜੀ ਪਹਿਲੀ ਸਿਨੇਮੇ ਨਾਲ ਸਾਂਝ ਆ ਪੰਜਾਬੀਆਂ ਦੀ ਉਹ ਰੁਚੀ ਰਾਮ ਸੰਨੀ ਹੋਣਾ ਨੇ ਪਵਾਈਆ ਤੇ ਉਹਨਾਂ ਦਾ ਜਿਹੜਾ ਮੰਨਣਾ ਹੋਏ ਆ ਕਿ ਲੋਕਾਂ ਦੀ ਗੱਲ ਲੋਕਾਂ ਤੱਕ ਮਤਲਬ ਵਿਗਿਆਨ ਆ ਜਿਹੜਾ ਸੌਰੀ ਉਹ ਲੋਕਾਂ ਤੱਕ ਲੋਕਾਂ ਦੀ ਬੋਲੀ ਚ ਪਹੁੰਚਣਾ ਚਾਹੀਦਾ ਸੋ ਉਹ ਉਹ ਜਿਹੜਾ ਮਤਲਬ ਵੱਡਾ ਐਡਾ ਸਿਰੇ ਦਾ ਜਿਹੜਾ ਵਿਗਿਆਨੀ ਆ ਪੰਜਾਬ ਦਾ ਜਿਹੜਾ ਬਾਅਦ ਦੇ ਵਿੱਚ ਜੇ ਸਾਇੰਸ ਨੂੰ ਮੁਕਾਮੀ ਬੋਲੀਆਂ ਦੇ ਵਿੱਚ ਜਿਨ੍ਹਾਂ ਨੂੰ ਲੋਕਲ ਬੋਲੀਆਂ ਕਹਿੰਦੇ ਆ ਉਹਨਾਂ ਦੇ ਵਿੱਚ ਪੜਾਇਆ ਗਿਆ ਤਾਂ ਉਹ ਰੁਚੀ ਰਾਮ ਸੰਨੀ ਵਰਗੇ ਲੋਕਾਂ ਦਾ ਦੇਣ ਆ ਤੇ ਉਸ ਤੋਂ ਬਾਅਦ ਜਿਹੜੇ ਗਦਰੀ ਨੇ ਉਹ ਜਿਹੜੀ ਪ੍ਰੋਜੈਕਟਰਾਂ ਨਾਲ ਹੀ ਫਿਲਮਾਂ ਦਿਖਾਉਂਦੇ ਨੇ ਤੇ ਲੋਕਾਂ ਨੂੰ ਅ ਅੰਗਰੇਜ਼ੀ ਵਿਸਥਾਨਾਂ ਦੇ ਖਿਲਾਫ ਉਹ ਕਰ ਰਹੇ ਨੇ ਖੜਾ ਕਰ ਰਹੇ ਨੇ ਤਾਂ ਉਹਨਾਂ ਦੀ ਇੱਕ ਵਿਰਾਸਤ ਆ ਸੋ ਇਹ ਜਿਹੜੀ ਸਾਰੀ ਵਿਰਾਸਤ ਸਾਡੀ ਸਿਨੇਮੇ ਨਾਲ ਜੁੜੀ ਹੋਈ ਇਹਨੂੰ ਬਾਅਦ ਦੇ ਵਿੱਚ ਉਹ ਜਿਹੜਾ ਸਿਨੇਮਾ ਸੀ ਉਹ ਕਿੰਨਾਂ ਦੇ ਹੱਥ ਚ ਆਇਆ ਤੇ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਫਿਲਮਾਂ ਬਣਾਈਆਂ ਇਹ ਸਾਰਾ ਮਸਲਾ ਤਾਂ ਸਾਡੇ ਸਾਹਮਣੇ ਖੜਾ ਹੀ ਆ ਪਰ ਇਹ ਕਿਉਂਕਿ ਅਸੀਂ ਇਹ ਕਹਿੰਦੇ ਰਹੀਏ ਕਿ ਅਸੀਂ ਬਣਾਈਆਂ ਹੀ ਇਹ ਜਿਹੀਆਂ ਫਿਲਮਾਂ ਇਸ ਕਰਕੇ ਅੱਗੇ ਨਹੀਂ ਬਣਾ ਸਕਦੇ ਇਸ ਤਰ੍ਹਾਂ ਨਹੀਂ ਹੈਗਾ ਲੋਕ ਨਵੀਂ ਸੋਚ ਦੇ ਨਾਲ ਨਵੀਂ ਮੰਨ ਲੱਗਦਾ ਕਿ ਹਨਰ ਦੇ ਨਾਲ ਲੈਸੋ ਕੇ ਆਉਂਦੇ ਨੇ ਤੇ ਉਹ ਪੁਰਾਣੀਆਂ ਧਾਰਨਾਵਾਂ ਤੋੜ ਦੇਣ ਨੇ ਤੇ ਨਮੀਆਂ ਨਵੀਂ ਕਲਾ ਜਿਹੜੀ ਜਿਹੜੀ ਲੋਕਾਂ ਲਈ ਆ ਉਹ ਸਿਰਜਣਗੇ ਜੀ ਸਾਲ ਪਹਿਲਾਂ ਆਪਾਂ ਕਿੱਤੇ ਮਿਲੇ ਸੀਗੇ ਤਾਂ ਉਹ ਸਾਲ ਪਹਿਲਾਂ ਕਹੀ ਗੱਲ ਮੇਰੀ ਹਲੇ ਵੀ ਦਿਮਾਗ ਦੇ ਵਿੱਚ ਆ ਤੁਹਾਡੀ ਕਿ ਤੁਸੀਂ ਕਿਹਾ ਕਿ ਐਸ ਟਾਈਮ ਪੰਜਾਬ ਨੂੰ ਨਾਨ ਫਿਕਸ਼ਨਲ ਸਿਨੇਮਾ ਦੀ ਜ਼ਰੂਰਤ ਆ ਤੁਸੀਂ ਇਹ ਕਿਉਂ ਮਹਿਸੂਸ ਕੀਤਾ ਸੀ ਨਹੀਂ ਮੈਂ ਸਿਨੇਮਾ ਲਈ ਨਹੀਂ ਸੀ ਕਿਹਾ ਮੈਂ ਕਿਹਾ ਸੀ ਵੀ ਨਾਨ ਫਿਕਸ਼ਨ ਦੀ ਫਿਕਸ਼ਨ ਦੀ ਲੋੜ ਨਹੀਂ ਹੈਗੀ ਨਾਨ ਫਿਕਸ਼ਨ ਦੀ ਲੋੜ ਹੈ ਕਿਉਂਕਿ ਜਿਹੜੇ ਤੱਥ ਨੇ ਜਿਹੜਾ ਉਹ ਲੋਕਾਂ ਨੂੰ ਦੇ ਸਾਹਮਣੇ ਆਉਣੇ ਚਾਹੀਦੇ ਨੇ ਤੇ ਉਹਦੇ ਲਈ ਇਹ ਹੈ ਕਿ ਕੁਝ ਵੀ ਚੀਜ਼ ਜਿਹੜੀ ਮਤਲਬ ਤੁਸੀਂ ਫਿਕਸ਼ਨ ਬਣਾ ਕੇ ਪੇਸ਼ ਕਰ ਰਹੇ ਹੋ ਉਹਦੇ ਤੇ ਕੁਐਸਚਨ ਹੋ ਸਕਦੇ ਨੇ ਉਹਦੇ ਤੇ ਸਵਾਲ ਕੀਤਾ ਜਾ ਸਕਦਾ ਪਰ ਜਿਹੜੇ ਤੱਥਾਂ ਦੇ ਨਾਲ ਚੀਜ਼ਾਂ ਸਾਹਮਣੇ ਆਉਣਗੀਆਂ ਚਾਹੇ ਉਹ ਇਤਿਹਾਸ ਹੋਵੇ ਪੰਜਾਬ ਦਾ ਪੰਜਾਬ ਦਾ ਮੁੱਢਕਦੀਮ ਇਤਿਹਾਸਾ ਜਿਹੜਾ ਉਹ ਹੋਵੇ ਚਾਹੇ ਉਹ ਮਤਲਬ ਕੋਈ ਵੀ ਹੋਵੇ ਜਦੋਂ ਤੱਥ ਨਾਲ ਤੁਸੀਂ ਗੱਲ ਕਰੋਗੇ ਤਾਂ ਤੁਹਾਨੂੰ ਉਹ ਬੰਦਿਆਂ ਨੂੰ ਜਿਹੜੇ ਤੁਹਾਨੂੰ ਕੱਟਣਾ ਚਾਹੁੰਦੇ ਹੋਣਗੇ ਉਹਨਾਂ ਨੂੰ ਫਿਰ ਤੱਥ ਨਾਲ ਹੀ ਗੱਲ ਕਰਨੀ ਪੈਗੀ ਇਸ ਕਰਕੇ ਪੰਜਾਬ ਨੂੰ ਤੱਥ ਦੀ ਲੋੜ ਹੈ ਉਹ ਸਾਰੀ ਖੋਜ ਹੋਣੀ ਚਾਹੀਦੀ ਹੈ ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ ਹੋਵੇ ਫਿਕਸ਼ਨ ਆ ਜਿਹੜਾ ਉਹਦੇ ਵਿੱਚ ਫਿਰ ਵੀ ਮਤਲਬ ਚੀਜ਼ਾਂ ਨੂੰ ਤੁਸੀਂ ਡਰਾਮਟਾਈਜ਼ ਕਰਕੇ ਜਾਂ ਉਹ ਕਰਕੇ ਪੇਸ਼ ਕਰਦੇ ਹੋ ਉਹ ਸਿਰਫ ਫਿਲਮ ਲਈ ਨਹੀਂ ਮੈਂ ਕਹਿ ਰਿਹਾਗਾ ਸਾਰੇ ਮਤਲਬ ਖੇਤਰਾਂ ਦੇ ਵਿੱਚ ਨਾਨ ਫਿਕਸ਼ਨ ਆ ਜਿਹੜੀ ਜਾਂ ਜਿਹੜਾ ਤੱਥਮੂਲਕ ਜਿਹੜੇ ਉਹ ਖੋਜ ਆਉ ਹੋਣੀ ਚਾਹੀਦੀ ਹੈ ਬਿਲਕੁਲ ਤੁਹਾਡੀ ਪਹਿਲੀ ਫਿਲਮ ਮਿੱਟੀ ਅਤੇ ਪਿੰਡ ਚੜੀ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ ਪਿੰਡ ਚੜੀ ਮੇਰਾ ਬਿਲਕੁਲ ਗਵੰਡੀ ਪਿੰਡ ਆ ਜੀ ਦੂਰ 1.5 2 ਕਿਲੋਮੀਟਰ ਆ ਤੇ ਉੱਥੇ ਇੱਕ ਪਹਿਲੀ ਇਹ ਹੀ ਹੈ ਕਿ ਮੇਰੇ ਫਾਦਰ ਉੱਥੇ ਪੜੇ ਨੇ ਮਿਡਲ ਸਕੂਲ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਮੈਂ ਛੋਟੇ ਹੁੰਦਿਆਂ ਦੀ ਫੋਟੋ ਦੇਖੀ ਆ ਇੱਕੋ ਹੀ ਇੱਕ ਫੋਟੋ ਆ ਤਾਂ ਉਹ ਸਿਰਫ ਚੜੀ ਪਿੰਡ ਦੀ ਜਿਹੜਾ ਮਿਡਲ ਸਕੂਲ 'ਚ ਉਹਨਾਂ ਦੀ 8ਵੀਂ ਕਲਾਸ ਦੀ ਫੋਟੋ ਸੀ ਉਸ ਤੋਂ ਬਾਅਦ ਉਹਨਾਂ ਦੀ ਕੋਈ ਫੋਟੋ ਮਤਲਬ ਜਵਾਨੀ ਤੱਕ ਹੈ ਨਹੀਂ ਮੈਂ ਕਦੇ ਦੇਖੀ ਨਹੀਂ ਹੈਗੀ ਹੈ ਵੀ ਨਹੀਂ ਉਹ 8ਵੀਂ ਕਲਾਸ ਚ ਇੱਕ ਤਾਂ ਚੜੀ ਦਾ ਮਤਲਬ ਇਹ ਵੀ ਮੇਰੇ ਨਾਲ ਜੁੜਿਆ ਹੋਇਆ ਦੂਜਾ ਉੱਥੇ ਕਾਮਰੇਡ ਰੌਣਕ ਸਿੰਘ ਚੜੀ ਹੁੰਦੇ ਸੀ ਜਿਹੜੇ नक्सਲਵਾੜੀ ਲਹਿਰ ਦੇ ਵਿੱਚ ਸ਼ਹੀਦ ਹੋ ਗਏ ਸੀ ਤੇ ਉਹਨਾਂ ਦੇ ਉਹ ਉਹ ਪਿੰਡ ਦੇ ਸਰਪੰਚ ਰਹੇ ਨੇ ਕਾਫੀ ਦੇਰ ਤੇ ਉਹ ਉੱਥੇ ਉਹ ਜਦੋਂ ਸਰਪੰਚ ਹੁੰਦੇ ਸੀ ਤਾਂ ਮਤਲਬ ਸਾਡੇ ਲਈ ਸਰਪੰਚ सरपंच सरपंच ਹੁੰਦਾ ਹੈ ਮਤਲਬ ਜਦੋਂ ਲੋਕਾਂ ਨੇ ਬਣਾਈ ਦਿੱਤਾ ਜੀ ਤੇ ਉਹ ਇੰਨੇ ਇਮਾਨਦਾਰ ਸੀ ਮੰਨਿਆ ਜਾਂਦਾ ਸੀ ਕਿ ਪੀਓ ਪੁਲਿਸ ਸੀ ਜਿਹੜੀ ਉਹਨਾਂ ਦੇ ਪਿੰਡ ਚ ਵੜ ਨਹੀਂ ਸੀ ਸਕਦੀ ਜਾਂ ਉਹ ਉਹਨੂੰ ਪੁਲਿਸ ਨੂੰ ਇਹ ਕਿਹਾ ਸੀ ਵੀ ਤੁਸੀਂ ਪੰਚਾਇਤ ਦੀ ਆਗਿਆ ਦੇ ਨਾਲ ਪਿੰਡ ਚ ਆਉਣਾ ਆਦਰਵਾਇਜ਼ ਤੁਸੀਂ ਆ ਨਹੀਂ ਸਕਦੇ ਹੈਗੇ ਤਾਂ ਉਹ ਮਤਲਬ ਉਹਨਾਂ ਨੂੰ ਕਿਸੇ ਥਾਣੇਦਾਰ ਨੇ ਕਹਿਤਾ ਸੀ ਕਿ ਉਹ ਆ ਗਿਆ ਜਿਹੜਾ ਬੰਦਾ ਨਵਾਂ ਨਵਾਂ ਆਇਆ ਸੀ ਤੇ ਉਹਨੂੰ ਕਹਿਤਾ ਵੀ ਤਰੀ ਮੈਂ ਦਾੜੀ ਪੜ ਦੂੰਗਾ ਤਾਂ ਉਹ ਜਿਹੜਾ ਮਿੱਟੀ ਦੇ ਵਿੱਚ ਡਾਇਲਗ ਆ ਵੀ ਤੂੰ ਇੱਕ ਦਾੜੀ ਪਟਕੇ ਦਿਖਾਈ ਬੇਸਿਕਲੀ ਰੌਣਕ ਸਿੰਘ ਉਹਨਾਂ ਦਾ ਬੋਲਿਆ ਹੋਇਆ ਦਾੜੀ ਛੱਡੀ ਕਵਾਲ ਪਟਕੇ ਦੇ ਤੂੰ ਹਾਂ ਜਿਹੜਾ ਉਹਨਾਂ ਨੇ ਕਿਹਾ ਸੋ ਇਹ ਸਾਡੇ ਇਲਾਕੇ ਚ ਵੀ ਕਾਫੀ ਮਸ਼ਹੂਰ ਸੀ ਇਹ ਗੱਲ ਉਹਦੀ ਉਹਨਾਂ ਦੀ ਬਹਾਦਰੀ ਵੀ ਤੇ ਸਾਰੀ ਗੱਲ ਤਾਂ ਉਹ ਮਿੱਟੀ ਦੇ ਨਾਲ ਜਿਹੜਾ ਮਤਲਬ ਕਨੈਕਸ਼ਨ ਆ ਮੈਨੂੰ ਲੱਗਦਾ ਕਿ ਉਹ ਇਹੀ ਹੈ ਜੇ ਮਿੱਟੀ ਉਦੋਂ ਬਣੀ ਸੀਗੀ ਜਦੋਂ ਪੰਜਾਬ ਦੇ ਵਿੱਚ ਜ਼ਮੀਨਾਂ ਇੱਕ ਵਾਰ ਇਕਵਾਇਰ ਹੋ ਰਹੀਆਂ ਸੀ ਖਾਸ ਕਰ ਬਰਨਾਲੀ ਬਰਨਾਲੀ ਨੇੜੇ ਹੈ ਨਾ ਤਾ ਅੱਜ ਵੀ 2010 ਚ ਬਣੀ ਸੀ 10 ਸਾਲਾਂ ਬਾਅਦ ਇੱਕ ਦਹਾਕੇ ਬਾਅਦ ਵੀ ਪੰਜਾਬ ਦੇ ਵਿੱਚ ਹਾਲਾਤ ਉੱਥੇ ਹੀ ਖੜੇ ਨੇਗੇ ਤਾਂ ਅੱਜ ਵੀ ਕਿਸਾਨ ਆਪਣੇ ਹੱਕਾਂ ਲਈ ਆਪਣੀਆਂ ਜ਼ਮੀਨਾਂ ਲਈ ਲੜਾਈ ਲੜ ਰਿਹਾ ਹਨ ਤੇ ਤੁਸੀਂ ਉਸ ਤੋਂ ਬਾਅਦ ਇੱਕ ਨੋਟ ਲਿਖਿਆ ਸੀਗਾ ਜਿਹਦੇ ਵਿੱਚ ਤੁਸੀਂ ਕਾਫੀ ਚੀਜ਼ਾਂ ਦਾ ਹਵਾਲਾ ਦਿੱਤਾ ਅਦੇ ਉਹਦੇ ਵਿੱਚ ਲਿਖਿਆ ਕਿ ਉਹ ਸਿਕੰਦਰ ਦੇ ਆਉਣ ਤੋਂ ਬਾਅਦ ਦੀਆਂ ਗੱਲਾਂ ਨੇ ਕਿ ਅੱਜ ਵੀ ਜਿਵੇਂ ਮੋਰਚਿਆਂ ਦੇ ਵਿੱਚ ਕਿਸਾਨ ਬੈਠਾ ਕਹਿ ਰਿਹਾ ਕਿ ਜੇ ਕਿਸਾਨ ਖਤਮ ਹੋ ਜਾਊਗਾ ਤਾਂ ਆੜਤੀਏ ਖਤਮ ਹੋ ਜਾਊ ਕਿਉਂਕਿ ਆੜਤੀਏ ਤੇ ਕਿਸਾਨ ਦਾ 9 ਮਾਸ ਦਾ ਰਿਸ਼ਤਾ ਆੜਤੀਏ ਸਾਡੇ ਦੁੱਖ ਸੁੱਖ ਦੇ ਵਿੱਚ ਕੰਮ ਆਉਂਦਾ ਜਾਂ ਖੜਦਾ ਹੈ ਨਾ ਪਰ ਤੁਹਾਡੇ ਇੱਕ ਨੋਟ ਦੇ ਵਿੱਚ ਤੁਸੀਂ ਹਵਾਲਾ ਦਿੱਤਾ ਕਿ ਇੱਕ ਰਪਟ ਛਪੀ ਹੈ ਕਿ ਆੜਤੀਏ ਦੇ ਮੁਨਾਫੇ ਅਤੇ ਕਿਸਾਨਾਂ ਦੀ ਮੰਦ ਹਾਲੀ ਦੇ ਵਧਣ ਦਾ ਆਪਸ ਵਿੱਚ ਇੱਕ ਗੂੜਾ ਰਿਸ਼ਤਾ ਹੈ ਹਾਂਜੀ ਬਿਲਕੁਲ ਮਤਲਬ ਜਦੋਂ ਸਰਕਾਰ ਸਿੱਧਾ ਤੁਹਾਡੇ ਤੋਂ ਖਰੀਦ ਸਕਦੀ ਹੈ ਜਿੰਸ ਖਰੀਦ ਰਹੀ ਆ ਤਾਂ ਉਹਦੇ ਵਿੱਚ ਕੋਈ ਜਿਹੜਾ ਕਮਿਸ਼ਨ ਏਜੰਟ ਆ ਜਾਂ ਜਿਹੜਾ ਵੀ ਕੋਈ ਵਿੱਚ ਦਲਾਲ ਆ ਉਹ ਨਹੀਂ ਹੋਣਾ ਚਾਹੀਦਾ ਹੈਗਾ ਸਿੱਧੀ ਜੀ ਗੱਲ ਆ ਇਹ ਤਾਂ ਮਤਲਬ ਤੇ ਦੂਜਾ 9 ਮਾਸ ਦਾ ਰਿਸ਼ਤਾ ਮਤਲਬ ਮੈਂ ਇਸ 9 ਮਾਸ ਦੇ ਰਿਸ਼ਤੇ ਚ ਵਾਲਾ ਯਕੀਨੀ ਨਹੀਂ ਕਰਦਾ ਹੈਗਾ ਕਿਉਂਕਿ ਜਿਹੜਾ ਵੀ ਕਮਿਸ਼ਨ ਬੰਦਾ ਜਿਹੜਾ ਵੀ ਦਲਾਲ ਹੈਗਾ ਉਸ ਉਹਦੇ ਵਿੱਚ ਜਿਹੜਾ ਕਿਸਾਨ ਦੇ ਸਰਕਾਰ ਦੇ ਵਿਚਕਾਰ ਤੇ ਉਹ ਦਲਾਲ ਨਹੀਂ ਹੋਣਾ ਚਾਹੀਦਾ ਇਹ ਮੇਰਾ ਮੰਨਣਾ ਹੈ ਤੇ ਬਾਕੀ ਉਹ ਤੋਂ ਬਿਨਾ ਜਿਹੜੇ ਮਤਲਬ ਕਿਸਾਨਾਂ ਸਰ ਕਰਜ਼ੇ ਨੇ ਜਾਂ ਉਹਨਾਂ ਦੇ ਵਿੱਚੋਂ ਕਿੰਨੇ ਪਰਸੈਂਟ ਉਹ ਬੈਂਕਾਂ ਦਾ ਕਿੰਨੇ ਫੀਸ ਦੀ ਜਿਹੜਾ ਹੈਗਾ ਉਹ ਆੜਤੀਆਂ ਦਾ ਇਹ ਤਾਂ ਸਾਰੀਆਂ ਜਿਹੜੀਆਂ ਖੋਜਾਂ ਨੇ ਉਹ ਲੋਕਾਂ ਦੇ ਸਾਹਮਣੇ ਨੇ ਸੋ ਉਹ ਲੋਕ ਕਿਸਾਨ ਦੀ ਲੁੱਟ ਦੇ ਵਿੱਚ ਆੜਤੀ ਦਾ ਵੀ ਇੱਕ ਹਿੱਸਾ ਹੈਗਾ ਸੋ ਮੇਰਾ ਇਹ ਮੰਨਣਾ ਹੈ ਅੱਜ ਵੀ ਤੁਹਾਡੇ ਫੇਸਬੁੱਕ ਤੇ ਕਵਰ ਪੇਜ ਤੇ ਸਰਸਰ ਦਿਸਣ ਦਾ ਕੀ ਕਾਰਨ ਹੈ ਉਹ ਕਈ ਮਤਲਬ ਮੈਨੂੰ ਉਹਦੀ ਕਦੇ ਲੋੜ ਨਹੀਂ ਪਈ ਹੈਗੀ ਉਹ ਹਟਾਉਣ ਦੀ ਮਤਲਬ ਮੈਂ ਕਦੇ ਵੀ ਉੱਥੇ ਧਿਆਨ ਨਹੀਂ ਗਿਆ ਹੈਗਾ ਕਿ ਮੈਂ ਇਹ ਫੋਟੋ ਹਟਾ ਦਮਾ ਕਈ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਾਂ ਜਿਹੜੇ ਵੀ ਉਹ ਹੁੰਦੇ ਨੇ ਕਿ ਉਹ ਉੱਥੇ ਰਹਿਣੀ ਚਾਹੀਦੀ ਨੇ ਮੈਨੂੰ ਇਹ ਲੱਗਦਾ ਵੀ ਸਰਸਾ ਦੀ ਜਿਹੜੀ ਫੋਟੋ ਆ ਉਹ ਮੇਰਾ ਕਵਰ ਪੇਜ ਹੀ ਰਹਿਣੀ ਚਾਹੀਦੀ ਆ ਮੈਨੂੰ ਇਹ ਨਹੀਂ ਪਤਾ ਕਿੰਨੀ ਦੇਰ ਰਹੂਗੀ ਪਰ ਪਰ ਮੇਰਾ ਹਟਾਉਣ ਬਾਰੇ ਕਦੇ ਵੀ ਮਤਲਬ ਨਾ ਮੈਨੂੰ ਕਿਸੇ ਮੇਰੇ ਦੋਸਤ ਮਿੱਤਰ ਨੇ ਆਕੇ ਕਿਹਾ ਤੇ ਨਾ ਮੈਂ ਕਦੇ ਸੋਚਿਆ ਮਤਲਬ ਤੁਸੀਂ ਮਤਲਬ ਤੁਸੀਂ ਹੈਰਾਨ ਮੰਨੋਗੇ ਕਿ ਤੁਸੀਂ ਮੈਨੂੰ ਇਹ ਗੱਲ ਕਹੀ ਅੱਜ ਮਤਲਬ ਪਤਾ ਨਹੀਂ ਕਿੰਨੀ ਦੇਰ ਤੋਂ ਮੈਂ ਸੋਚਿਆ ਹੀ ਨਹੀਂ ਸੀ ਕਿ ਮੈਂ ਇਹ ਮਤਲਬ ਮੇਰੇ ਉੱਤੇ ਫੋਟੋ ਜਿਹੜੀ ਆ ਉਹ ਹਟਾਉਣ ਦੀ ਉਹਦੀ ਕੋਈ ਲੋੜ ਆ ਜਾਂ ਮਤਲਬ ਉਹ ਕਾਫੀ ਪੁਰਾਣੀ ਹੋਗੀ ਪਰ ਉਹ ਕਈ ਵਾਰ ਉਹ ਰਹਿਣੀ ਚਾਹੀਦੀ ਹੈ ਉਹ ਜਿਹੜੀ ਚੀਜ਼ ਤੁਹਾਡੇ ਅੰਦਰ ਹੋਵੇ ਉਹ ਬਾਹਰ ਵੀ ਕਿਤੇ ਨਾ ਕਿਤੇ ਰਹਿਣੀ ਚਾਹੀਦੀ ਹੁੰਦੀ ਹੈ ਬਿਲਕੁਲ ਕਿ ਕਿੰਨੇ ਕਿ ਕੰਟੈਂਟ ਚੇਂਜ ਹੋਣ ਦੇ ਨਾਲ ਜਿਹੜਾ ਫਿਲਮ ਦੀ ਇੱਕ ਫਿਲਮ ਦਾ ਇੱਕ ਜਿਹੜਾ ਬੁਨਿਆਦੀ ਵਿਚਾਰ ਹੁੰਦਾ ਉਹ ਬਦਲ ਜਾਂਦਾ ਜੇ ਸਿਕੰਦਰ ਨਾ ਹੋ ਕੇ ਸਰਸਾ ਰਿਲੀਜ਼ ਹੋਈ ਹੁੰਦੀ ਤਾਂ ਉਹਦੇ ਆਫਟਰ ਇਫੈਕਟਸ ਕੀ ਰਹੇ ਨੇ ਸੀ ਤੁਹਾਡੇ ਮੁਤਾਬਿਕ ਆ ਮੇਰੇ ਮੁਤਾਬਕ ਇਹ ਹੈ ਜੀ ਕਿ ਉਹ ਜ਼ਿਆਦਾ ਹਿਮਨ ਫਿਲਮ ਹੁੰਦੀ ਜ਼ਿਆਦਾ ਵੀ ਬਹੁਤ ਹੀ ਮਨੁੱਖੀ ਜਿਹੜਾ ਉਹਦਾ ਸੁਭਾਅ ਹੁੰਦਾ ਫਿਲਮ ਦਾ ਤੇ ਦੂਜਾ ਇਹ ਹੈ ਕਿ ਜਿਹੜੀ ਇੱਕ नायक ਨੂੰ ਵੜਿਆਉਣ ਦੀ ਜਿਹੜੀ ਮਤਲਬ ਲਗਾਤਾਰ ਜਿਹੜੀ ਰਵਾਇਤ ਰਹੀ ਆ ਉਹ 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 ਫਿਲਮ ਜਦੋਂ ਸਕੰਦਰ ਬਣਦੀ ਹੈ ਤਾਂ ਉਹਦੇ ਵਿੱਚ ਉਹ ਉੱਬਰ ਉਗੜਵੇਂ ਰੂਪ ਚ ਆ ਜਾਂਦੀ ਆ ਪਰ ਜਦੋਂ ਉਹ ਸਰਸਾ ਤਾਂ ਉਹ ਜ਼ਿਆਦਾ ਲੇਅਰਡ ਫਿਲਮ ਆ ਜ਼ਿਆਦਾ ਉਹਦੀਆਂ ਪਰਤਾਂ ਨੇ ਸੋ ਉਹ ਜਿਹੜੀ ਦੂਜਾ ਜਦੋਂ ਅਸੀਂ ਉਹਦੇ ਬਾਰੇ ਪ੍ਰਚਾਰ ਕਰਦੇ ਮੈਨੂੰ ਲੱਗਦਾ ਕਿ ਉਹਦੀ ਬੋਲੀ ਦੇ ਉੱਤੇ ਬੋਲਿਆ ਜਾ ਸਕਦਾ ਬਹੁਤ ਕੁਝ ਉਹਦੇ ਵਿੱਚ ਕਿਵੇਂ ਕੁਝ ਨਵੇਂ ਮੁਹਾਵਰੇ ਘੜੇ ਗਏ ਤੇ ਉਹਦੇ ਵਿੱਚ ਮਤਲਬ ਕਿਵੇਂ ਕੀ ਸੋਚ ਕੇ ਚੀਜ਼ਾਂ ਕੀਤੀਆਂ ਗਈਆਂ ਉਹਦੇ ਤੇ ਬਹੁਤ ਕੁਝ ਅਸੀਂ ਬੋਲ ਸਕਦੇ ਸੀ ਜਿਹੜਾ ਮੌਕਾ ਸਾਨੂੰ ਮਤਲਬ ਉਹ ਸਾਰਾ ਜਿਹੜਾ ਵੀ ਵਿਵਾਦ ਹੋਇਆ ਉਹ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਮਤਲਬ ਉਵੇਂ ਉਹ ਫਿਲਮ ਨਹੀਂ ਤੁਸੀਂ ਦੇਖ ਸਕਦੇ ਜਿਵੇਂ ਅਸੀਂ ਉਹ ਤੇ ਬੋਲਣਾ ਚਾਹੁੰਦੇ ਸੀ ਸੋ ਮੈਨੂੰ ਇਹ ਲੱਗਦਾ ਵੀ ਇਹਦੇ ਇਹੀ ਇਹੀ ਦੋ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਤੁਹਾਨੂੰ ਲੱਗਦੀਆਂ ਤੇ ਜਿਵੇਂ ਮੈਂ ਕਿਹਾ ਵੀ ਉਹ ਜ਼ਿਆਦਾ ਜ਼ਿਆਦਾ ਮਨੁੱਖੀ ਲੱਕ ਦੀ ਫਿਲਮ ਉਹ ਜ਼ਿਆਦਾ ਪਰਤ ਵਾਲੀ ਹੁੰਦੀ ਹੈ ਬਿਲਕੁਲ 2016 ਦੇ ਵਿੱਚ ਜਦੋਂ ਐਸ ਐਫ ਐਸ ਦੀਆਂ ਕਾਰਵਾਈਆਂ ਜ਼ੋਰਾਂ ਸ਼ੋਰਾਂ ਤੇ ਸੀਗੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤੁਸੀਂ ਕਿਹਾ ਕਿ ਜਦੋਂ ਵਿਦਿਆਰਥੀ ਚੋਣਾਂ ਦੇ ਵਿੱਚ ਐਸ ਐਫ ਐਸ ਨੂੰ ਇੱਡਾ ਵੱਡਾ ਹੰਗਾਰਾ ਮਿਲਿਆ ਕਿਉਂਕਿ ਉਹਨਾਂ ਨੇ ਅਮ ਸੋਸ਼ਲ ਇਕੁਐਲਿਟੀ ਅਤੇ ਬੇਇਨਸਾਫੀ ਦੇ ਮੁੱਦਿਆਂ ਦੇ ਉੱਪਰ ਯੂਨੀਵਰਸਿਟੀ ਅਤੇ ਚੰਡੀਗੜ੍ਹ ਦੇ ਵਿੱਚ ਖੁੱਲ੍ਹ ਕੇ ਗੱਲ ਕੀਤੀ ਹੈ ਬੇਇਨਸਾਫੀ ਦੇ ਮੁੱਦਿਆਂ ਦੇ ਉੱਪਰ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਸਰਸਾ ਤੇ ਸਿਕੰਦਰ ਹੋ ਜਾਣ ਤੇ ਹੋਰ ਵੀ ਜ਼ਿਆਦਾ ਹਾਂ ਬਿਲਕੁਲ ਕਿਉਂਕਿ ਉਹ ਜਿਹੜੀ ਫਿਲਮ ਦੇ ਵਿੱਚ ਜੋ ਉਹਦਾ ਫਿਲਮ ਦਾ ਅੰਤ ਸੀ ਜਾਂ ਹੋਰ ਉਹਦੇ ਵਿੱਚ ਹੈਗੇ ਸੀ ਕਈ ਹਿੱਸੇ ਸੀ ਉਹ ਉਹ ਤੁਹਾਨੂੰ ਯਾਦ ਆਉਂਦੇ ਨੇ ਵੀ ਇਸ ਤਰ੍ਹਾਂ ਦੇ ਹੋਣੇ ਸੀ ਉਹ ਜਿਹੜਾ ਦਰਸ਼ਕ ਹੁਣ ਦੇਖ ਰਿਹਾ ਉਹ ਕੁਝ ਹੋਰ ਦੇਖਣਾ ਸੀ ਉਹਨਾਂ ਨੇ ਕੁਝ ਹੋਰ ਨਾਲ ਲੈ ਕੇ ਜਾਣਾ ਸੀ ਸੋ ਜਦੋਂ ਉਹ ਉੱਥੇ ਉਹ ਵਿਦਿਆਰਥੀ ਜਿਹੜਾ ਸਮੂਹ ਆ ਉਹ ਜਿੱਤ ਗਿਆ ਤਾਂ ਤੁਹਾਨੂੰ ਲੱਗਦਾ ਕਿ ਮਤਲਬ ਅਸੀਂ ਹੋਰ ਕੁਝ ਦਿਖਾ ਰਹੇ ਸੀ ਉਹਦੇ ਵਿੱਚ ਜਿਹੜਾ ਹੁਣ ਸ਼ਾਇਦ ਕਦੇ ਉਹ ਪਹੁੰਚ ਨਹੀਂ ਸਕੂਗਾ ਲੋਕਾਂ ਰੱਕੇ ਲੋਕੀ ਇਹ ਵੀ ਕਹਿੰਦੇ ਨੇ ਕਿ ਜਤਿੰਦਰ ਮੋਹਰ ਸਮੇਤ ਤੋਂ ਐਡਵਾਂਸ ਫਿਲਮਾਂ ਬਣਾ ਰਹੇ ਨੇਗੇ ਉਹ ਕਿਉਂ ਕਹਿੰਦੇ ਨੇ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਇਸ ਚੀਜ਼ ਨੂੰ ਸਮਝਾ ਸਕਾਂ ਤੁਹਾਨੂੰ ਕਿਉਂਕਿ ਜਦੋਂ 2010 ਦੇ ਵਿੱਚ ਮਿੱਟੀ ਫਿਲਮ ਦੇ ਵਿੱਚ ਇੱਕ ਕਿਸਾਨ ਆਗੂ ਦਾ ਕਤਲ ਹੋ ਜਾਂਦਾ ਅਤੇ ਫਿਲਮ ਦੇ ਰਿਲੀਜ਼ ਤੋਂ ਬਾਅਦ ਬਹੁਤ ਸਵਾਲ ਹੋਏ ਸੀਗੇ ਕਿ ਐਂ ਕਿਸਾਨ ਆਗੂ ਨੂੰ ਕੋਈ ਕਿਵੇਂ ਮਾਰ ਸਕਦਾ ਦਿਨ ਦਿਹਾੜੇ ਕਤਲ ਕਿਵੇਂ ਹੋ ਸਕਦਾ ਪਰ ਕਹਿੰਦੇ ਨੇ ਮੇਰੇ ਸੁਣਨ ਦੇ ਵਿੱਚ ਆਈ ਆ ਪਤਾ ਨਹੀਂ ਇਹ ਗੱਲ ਸੱਚੀ ਹੈ ਜਾਂ ਝੂਠੀ ਹੈ ਕਿ ਮਿੱਟੀ ਫਿਲਮ ਦੇ ਕੁਝ ਸਾਲਾਂ ਬਾਅਦ ਨਿਹਾਲੇਵਾਲ ਦੇ ਕੋਲ ਕਿਸੇ ਕਿਸਾਨ ਆਗੂ ਦਾ ਉਵੇਂ ਹੀ ਦਿਨ ਦਿਹਾੜੇ ਕਤਲ ਹੋਇਆ ਜਦੋਂ ਸਿਕੰਦਰ ਦੇ ਵਿੱਚ SUS ਨੂੰ ਰਿਪਰੈਜ਼ੈਂਟ ਕਰਦੀ ਹੋਈ ਬੇਅੰਤ ਯੂਨੀਵਰਸਿਟੀ ਦੀ ਪਹਿਲੀ ਪ੍ਰੈਜ਼ੀਡੈਂਟ ਕੁੜੀ ਬਣਦੀ ਆ ਤਾਂ ਉਹ ਵੀ ਇੱਕ ਇਮੇਜਿਨੇਸ਼ਨ ਤੋਂ ਬਾਹਰ ਦੀਆਂ ਗੱਲਾਂ ਸੀ ਅਤੇ ਉਹੀ ਇਤਿਹਾਸ ਦੁਹਰਾਇਆ ਗਿਆ 2018 ਦੇ ਵਿੱਚ ਜਦੋਂ SFS ਨੂੰ ਰਿਪਰੈਜ਼ੈਂਟ ਕਰਦੀ ਹੋਈ ਕੁੜੀ ਕਨੂ ਪ੍ਰਿਆ ਯੂਨੀਵਰਸਿਟੀ ਦੀ ਪਹਿਲੀ ਕੁੜੀ ਪ੍ਰੈਜ਼ੀਡੈਂਟ ਬਣਦੀ ਆ ਤੁਹਾਨੂੰ ਇਹ ਲੁੱਕ ਜਿਵੇਂ ਕਿਸੇ ਚੀਜ਼ ਨੂੰ ਸਮਝਣ ਦੇ ਵਿੱਚ ਹਰ ਇੱਕ ਦਰਸ਼ਕ ਦਾ ਆਪਣਾ ਵਿਚਾਰ ਹੁੰਦਾ ਹੈ ਇੱਕ ਅਲੱਗ ਪਰਸਪੈਕਟਿਵ ਤੋਂ ਤੁਹਾਨੂੰ ਸਮਝਣਗੇ ਮੈਂ ਤੁਹਾਨੂੰ ਇੱਕ ਅਲੱਗ ਪਰਸਪੈਕਟਿਵ ਤੋਂ ਸਮਝਾਉਂਗੀ ਤਾਨੂੰ ਲੱਗਦਾ ਹੈ ਕਿ ਜੋ ਇਹ ਇੱਕ ਤੁਹਾਡੀਆਂ ਫਿਲਮਾਂ ਤੋਂ ਬਾਅਦ ਧਾਰਨਾ ਬਣੀ ਹੈ ਕਿ ਜਤਿੰਦਰ ਸਮੇ ਤੋਂ ਐਡਵਾਂਸ ਫਿਲਮਾਂ ਬਣਾ ਰਹੇ ਨੇ ਤੁਸੀਂ ਇਸ ਚੀਜ਼ ਨਾਲ ਸਹਿਮਤੀ ਰੱਖਦੇ ਹੋ ਨਹੀਂ ਇਹ ਬਿਲਕੁਲ ਨਹੀਂ ਹੈਗਾ ਜੀ ਮੈਂ ਤੁਸੀਂ ਹੈਰਾਨ ਮੰਨੋਗੇ ਬਈ ਮੈਨੂੰ ਪਿਛਲੇ ਹਫਤੇ ਕਿਸੇ ਨੇ ਕਿਹਾ ਬਈ ਤੁਸੀਂ ਆ ਜਿਹੜੀ ਗੱਲ ਕੋਈ ਗੱਲ ਕਰ ਰਹੇ ਹੋ ਇਹ ਇਹ ਤਾਂ 15 ਸਾਲ ਬਾਅਦ ਫਿਲਮ ਬਣੂ ਤਾਂ 10 ਸਾਲ ਬਾਅਦ ਫਿਲਮ ਬਣੂਗੀ ਤਾਂ ਚੰਗਾ ਹੋਊਗਾ ਇਹ ਜੇ ਕੁਝ ਉਹਨਾਂ ਨੇ ਗੱਲ ਕੀਤੀ ਮਤਲਬ ਮਿੱਟੀ ਨੂੰ ਵੀ ਰਿਲੀਜ਼ 10 ਸਾਲ ਹੋ ਗਏ ਨੇ ਮਤਲਬ ਅਜੇ ਉਹ ਮੈਂ 10 10 ਸਾਲ ਕਿੰਨਾ ਕੁ ਡੀਕਰਾਂ ਮੈਨੂੰ ਨਹੀਂ ਪਤਾ ਹੈਗਾ ਭਈ ਹਰ ਹਰ ਵਾਰ ਕੋਈ 10 ਸਾਲ ਬਾਅਦ ਜਾਂ 5 ਸਾਲ ਬਾਅਦ ਕਹਿਂਦਾ ਵੀ ਅਜੇ 10 ਸਾਲ ਰੁਕ ਜਾ ਤੇ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਜੀ ਉਹ ਤਾਂ ਤੁਹਾਨੂੰ ਉਹੀ ਗੱਲ ਆ ਵੀ ਤੁਹਾਨੂੰ ਜਿਹੜੀ ਜੰਗੀ ਲੱਗ ਰਹੀ ਹੈ ਚੀਜ਼ ਤੁਸੀਂ ਉਹ ਬਣਾਉਣੀ ਆ ਫਿਲਮ ਤੇ ਉਹ ਤੇ ਇੱਕ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜੀ ਉਹ ਦੋ ਉਸ ਸਮਿਆਂ ਦੇ ਵਿੱਚ ਜਿਹੜੇ ਕਤਲ ਹੋਏ ਨੇ ਇੱਕ ਪ੍ਰਥੀ ਸਿੰਘ ਚੱਕਲੀ ਸ਼ੇਰ ਕਿਸਾਨ ਯੂਨੀ ਕਿਸਾਨ ਯੂਨੀਅਨ ਲੀਡਰ ਸੀ ਉਹ ਮਾਨਸੇ ਕੋਲ ਸੀ ਉਹਨਾਂ ਦੀ ਸ਼ਹੀਦੀ ਹੋਈ ਸੀ ਉਸ ਤੋਂ ਬਾਅਦ ਜਦੋਂ ਮਿੱਟੀ ਜਨਵਰੀ 2010 ਚ ਰਿਲੀਜ਼ ਹੋਈ ਆ ਤੇ ਫਰਵਰੀ ਜਾਂ ਮਾਰਚ ਦੇ ਵਿੱਚ ਸਾਧੂ ਸਿੰਘ ਤਕਤੂਪਰਾ ਉਹ ਮਾਝੇ ਦੇ ਵਿੱਚ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਉਹ ਤੇ ਜਿਹੜੀਆਂ ਇਹ ਇਹਨਾਂ ਤੋਂ ਇਹ ਦੋਵੇਂ ਚੀਜ਼ ਮਤਲਬ ਤੁਹਾਨੂੰ ਹਾਲਾਤ ਤਾਂ ਪਤਾ ਹੀ ਹੁੰਦੇ ਨੇ ਨਾ ਕਿ ਸਾਡੇ ਸਮਾਜ ਦੇ ਵਿੱਚ ਕੀ ਹਾਲਾਤ ਚੱਲ ਰਹੇ ਨੇ ਤੇ ਉਵੇਂ ਤੁਹਾਨੂੰ ਇਹ ਵੀ ਥੋੜਾ ਬਹੁਤ ਇਸ਼ਾਰਾ ਹੋਊਗਾ ਕਿ ਯੂਨੀਵਰਸਿਟੀ ਚ ਕੀ ਹਾਲਾਤ ਚੱਲ ਰਹੇ ਨੇ ਸੋ ਕਈ ਚੀਜ਼ਾਂ ਦੇ ਵਿੱਚ ਜਿਹੜੀ ਕਲਾ ਹੁੰਦੀ ਹੈ ਉਹਦੇ ਇਸ਼ਾਰੇ ਹੁੰਦੇ ਨੇ ਵੀ ਇਹ ਜੇ ਆ ਜੋ ਬਣੀ ਹੋਈ ਆ ਇੱਕ ਜਮੂਦ ਬਣਿਆ ਹੋਇਆ ਜੇ ਟੁੱਟੂਗਾ ਤਾਂ ਕੁਝ ਟਕਰਾਅ ਹੋਏਗਾ ਯਾ ਨਵੀ ਨਵੀ ਸੋਚ ਆਉਗੀ ਅੱਗੇ ਤੇ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਕੁਝ ਤਾਂ ਉਹ ਸਾਨੂੰ ਸਾਰਿਆਂ ਨੂੰ ਹੀ ਪਤਾ ਹੁੰਦਾ ਅਸਲ ਦੇ ਵਿੱਚ ਉਹ ਇਹ ਆ ਕਿ ਉਹ ਮੈਂ ਪਹਿਲਾਂ ਫਿਲਮ ਬਣਾਤੀ ਤਾਂ ਉਹ ਮਤਲਬ ਬੰਦਾ ਮੈਨੂੰ ਕਹਿਣ ਲੱਗ ਗਿਆ ਅਦਰਵਾਈਜ਼ ਤਾਂ ਸਭ ਨੂੰ ਹੀ ਪਤਾ ਵੀ ਇਹ ਕੁਛ ਇਸ ਤਰ੍ਹਾਂ ਦਾ ਕਦੇ ਵੀ ਕੁਝ ਵੀ ਹੋ ਸਕਦਾ ਹੁੰਦਾ ਕਿਉਂਕਿ ਲੋਕ ਤਾਂ ਲਗਾਤਾਰ ਉਹਨਾਂ ਦਾ ਜਿਹੜਾ ਘੋਲ ਆ ਉਹ ਲਗਾਤਾਰ ਚੱਲ ਰਿਹਾ ਤੇ ਸਦੀਆਂ ਤੋਂ ਚੱਲ ਰਿਹਾ ਉਹ ਤਾਂ ਤੇ ਉਹਨਾਂ ਦੇ ਵਿੱਚ ਉਹ ਜਿਹੜੇ ਲੁਟੇਰੇ ਨੇ ਉਹ ਵੀ ਨਵੇਂ-ਨਵੇਂ ਰੂਪ ਚਾਉਂਦੇ ਨੇ ਤੇ ਜਿਹੜੇ ਲੜਨ ਵਾਲੇ ਹੁੰਦੇ ਨੇ ਉਹ ਵੀ ਆਪਣੇ ਨਵੇਂ-ਨਵੇਂ ਰੂਪਾਂ ਚ ਆਉਂਦੇ ਨੇ ਤੇ ਇਸ ਕਰਕੇ ਜਿਹੜੀ ਉਹ ਲਗਾਤਾਰਤਾ ਦੇ ਵਿੱਚ ਬਿਹਤਰ ਮਨੁੱਖੀ ਜ਼ਿੰਦਗੀ ਦੀ ਲੜਾਈ ਆ ਜਿਹੜੀ ਜਿੱਥੇ ਮਨੁੱਖ ਦੀ ਮਨੁੱਖ ਹੱਥੋਂ ਇੱਜ਼ਤ ਹੋਊਗੀ ਲੁੱਟ ਨਹੀਂ ਹੋਊਗੀ ਉਹ ਲੜਾਈ ਲਗਾਤਾਰ ਚੱਲ ਰਹੀ ਆ ਉਸ ਲੜਾਈ ਦੇ ਵਿੱਚ ਉਹ 2010 ਚ ਵੀ ਚੱਲ ਰਹੀ ਸੀ ਉਹ 2020 ਚ ਵੀ ਚੱਲ ਰਹੀ ਆ ਇਹ ਤਾਂ ਜਦੋਂ ਤੱਕ ਮਤਲਬ ਆਖਰੀ ਬੰਦੇ ਨੂੰ ਜਿਹੜਾ ਵੀ ਇਸ ਮਤਲਬ ਖਿੱਤੇ 'ਚ ਰਹਿੰਦਾ ਜਾਂ ਇਸ ਦੁਨੀਆ 'ਤੇ ਰਹਿੰਦਾ ਉਹਨੂੰ ਇਨਸਾਫ ਨਹੀਂ ਮਿਲੂਗਾ ਜਾਂ ਉਹਦੇ ਲਈ ਇਨਸਾਫ ਯਕੀਨੀ ਨਹੀਂ ਹੋਊਗਾ ਉਦੋਂ ਤੱਕ ਕੋਈ ਲੜਾਈ ਚੱਲਦੀ ਰਹੂਗੀ ਸੋ ਉਹਦੇ ਵਿੱਚੋਂ ਮਤਲਬ ਮੈਨੂੰ ਲੱਗਦਾ ਇਸ਼ਾਰੇ ਨੇ ਜਿਹੜੇ ਉਹ ਕਲਾ ਤਾਂ ਕਿਤੇ ਵੀ ਤੁਹਾਨੂੰ ਮਿਲ ਜਾਂਦੇ ਬਿਲਕੁਲ ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਆ ਕਿ ਜਿਹੜੀਆਂ ਫਿਲਮਾਂ ਨੇ ਉਸ ਸਮਾਜ ਦੇ ਵਿੱਚੋਂ ਨਿਕਲਦੀਆਂ ਨੇ ਪਰ ਪਹਿਲੀ ਵਾਰੀ ਸ਼ਾਇਦ ਕਿਸੇ ਨਾਲ ਗੱਲ ਕਰਨ ਦੇ ਬਾਅਦ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਜਤਿੰਦਰ ਸਮੇ ਤੋਂ ਐਡਵਾਂਸ ਫਿਲਮਾਂ ਬਣਾ ਨੇ ਮੈਂ ਵੀ ਇਸ ਚੀਜ਼ ਬਾਰੇ ਸੋਚਿਆ ਕਿ ਪਹਿਲੀਆਂ ਇਹ ਫਿਲਮਾਂ ਹੋਣਗੀਆਂ ਜਿਦੇ ਵਿੱਚੋਂ ਸਮਾਜ ਦੀਆਂ ਕੁਝ ਘਟਨਾਵਾਂ ਨਿਕਲੀਆਂ ਨੇ ਤੇ ਸ਼ੁਰੂ ਤੋਂ ਹੀ ਤੁਹਾਡਾ ਸਿਨੇਮਾ ਜਾਂ ਤੁਹਾਡੀ ਥਿੰਕਿੰਗ ਇਹ யਥਾਰਤਵਾਦ ਦੇ ਜ਼ਿਆਦਾ ਨੇੜੇ ਰਹੀ ਕਿਉਂਕਿ ਜਦੋਂ ਛੇਮੀ ਚ ਪੜਦੇ ਹੋ ਤੁਸੀਂ ਪਹਿਲਾਂ ਨਾਵਲ ਲਿਖਿਆ ਸੀ ਨਾਟਕ ਨਾਟਕ ਲਿਖਿਆ ਸੀ ਤਾਂ ਉਹ ਵੀ ਤੁਹਾਡੇ ਪਿੰਡ ਦੀ ਹੀ ਕਿਸੇ ਸੱਚੀ ਘਟਨਾ ਤੇ ਅਧਾਰਿਤ ਸੀਗਾ ਤੁਸੀਂ ਮੰਨਦੇ ਹੋ ਕਿ ਤੁਹਾਡਾ ਸਿਨੇਮਾ ਜਾਂ ਤੁਹਾਡੀਆਂ ਕਹਾਣੀਆਂ ਤੁਹਾਡੇ ਪਾਤਰ யਥਾਰਤਵਾਦ ਦੇ ਜ਼ਿਆਦਾ ਨੇੜੇ ਹੁੰਦੇ ਨੇ ਅ ਮਤਲਬ ਭਾਵੇਂ ਉਹਨ ਵਿੱਚ ਨਕਲੀ ਵੀ ਹੁੰਦੇ ਨੇ ਉਹ ਸਾਰਾ ਕੁਝ ਸੱਚ ਨਹੀਂ ਹੁੰਦਾ ਹੈਗਾ ਜੀ ਮਤਲਬ ਮੈਂ ਪਰ ਇਹ ਆ ਵੀ ਥੋੜਾ ਜਿ ਤੁਸੀਂ ਥੋੜਾ ਜਿ ਮਤਲਬ ਰੀਅਲ ਰਹਿਣ ਦੀ ਕੋਸ਼ਿਸ਼ ਕਰਦੇ ਹੋ ਜਿਹੜਾ ਬੰਦੇ ਨੂੰ ਲੱਗੇ ਉਹਨੂੰ ਇਹ ਸਿਨੇਮਾ ਜਿਹੜਾ ਉਹ ਇੱਕ ਇਹ ਵੀ ਜਿਚਾਉਣ ਦਾ ਹੁੰਦਾ ਸੁਭਬ ਬਣਦਾ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਚੀਜ਼ ਹੋਈ ਨਹੀਂ ਪਰ ਹੋ ਸਕਦੀ ਹੋ ਸਕਦੀ ਇੱਕ ਸੰਕੇਤ ਦਿੱਤਾ ਹਾਂ ਜਿਹੜੀ ਹੋ ਸਕਦੀ ਵਾਲਾ ਜਿਹੜਾ ਇੱਕ ਮਤਲਬ ਇੱਕ ਵਿਚਾਰ ਤੁਹਾਡੇ ਅੰਦਰ ਚੱਲਣ ਲਾ ਦੂਗਾ ਬੰਦਾ ਫਿਲਮ ਉਹ ਅਗਲਾ ਉਹ ਵੀ ਹਾਂ ਇਹ ਹੋਈ ਨਹੀਂ ਹੈਗੀ ਇਹ ਤਾਂ ਮਾਰ ਰਿਹਾ ਗਾਪੀ ਪਰ ਇਹ ਹੋ ਸਕਦੀ ਆ ਉਹੀ ਕਲਾ ਜਿਹੜੀ ਤੁਹਾਨੂੰ ਇਹ ਕਹੇ ਵੀ ਹਾਂ ਇਹ ਹੋ ਤਾਂ ਸਕਦੀ ਹੈ ਵੀ ਤੇ ਹੋਈ ਆ ਜਾਂ ਨਹੀਂ ਹੋਈ ਇਹ ਇੱਕ ਅਲੱਗ ਗੱਲ ਹੋ ਸਕਦੀ ਆ ਤੇ ਬਸ ਇਹ ਹੈ ਇਹ ਸਵਾਲ ਤੁਹਾਨੂੰ ਪਹਿਲਾਂ ਵੀ ਕੀਤਾ ਗਿਆ ਸੀਗਾ ਜਦੋਂ ਸੁਰਿੰਦਰ ਸਿੰਘ ਹੁਰੀ ਸਰਸਾ ਤੇ ਇੱਕ ਕੰਟ੍ਰੋਵਰਸੀ ਤੋਂ ਬਾਅਦ ਤੁਹਾਨੂੰ ਇੰਟਰਵਿਊ ਕਰ ਰਹੀ ਸੀ ਡੇ ਅੰਡ ਨਾਈਟ ਤੇ ਉਹਨਾਂ ਨੇ ਵੀ ਕਿਹਾ ਕਿ ਤੁਹਾਡੀਆਂ ਫਿਲਮਾਂ ਦੇ ਵਿੱਚ ਗਾਲਾਂ ਦੀ ਭਰਪੂਰ ਵਰਤੋਂ ਕੀਤੀ ਜਾਂਦੀ ਆ ਇਹ ਸਿਕੰਦਰ ਟਾਈਮ ਕਹੀ ਹੋਈ ਗੱਲ ਸੀ ਜਦੋਂ ਹੁਣ ਅੱਜ ਸਾਡੇ ਕੋਲੇ OTT ਪਲੇਟਫਾਰਮਸ ਨੇਗੇ ਤਾਂ ਉੱਥੇ ਹੁਣ ਬਹੁਤ ਸਾਰੀਆਂ ਚੀਜ਼ਾਂ ਨੂੰ ਕ੍ਰਿਟਿਕਾਈਜ਼ ਕੀਤਾ ਜਾਂਦਾ ਹੈ ਕਿ ਇੱਥੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਸੀ ਜਾਂ ਕੁਝ ਦ੍ਰਿਸ਼ ਦਿਖਾਉਣ ਦੀ ਜ਼ਰੂਰਤ ਨਹੀਂ ਸੀਗੀ ਪਰ ਸਰਸੋਤ ਤੋਂ ਪਹਿਲਾਂ ਵੀ ਮਿੱਟੀ ਫਿਲਮ ਦੇ ਕੁਝ ਜਿਹੜੇ ਸੀਨ ਜਿਹੜੇ ਫਿਲਮਾਏ ਗਏ ਜੋ ਉਹਦੇ ਵਿੱਚ ਜੋ ਸੰਵਾਦ ਕਿਰਦਾਰਾਂ ਦੇ ਰਹੇ ਉਹਦੇ ਵਿੱਚ ਮੈਨੂੰ ਲੱਗਿਆ ਕਿ ਅਸੀਂ ਇਹ ਇੱਕ ਬੱਚੇ ਨੂੰ ਨਹੀਂ ਦਿਖਾ ਸਕਦੇ ਹਾਂਜੀ ਮੈਂ ਇੱਕ ਹਵਾਲਾ ਦੇ ਦਿੰਨੀ ਹਾਂ ਕਿ ਜਦੋਂ ਫਿਲਮ ਦੇ ਵਿੱਚ ਟੁੰਡੇ ਨੂੰ ਦੂਜੇ ਗਰੁੱਪ ਵੱਲੋਂ ਕਿਸੇ ਕੁੜੀ ਨਾਲ ਛੇੜਖਾਨੀ ਕਰਨ ਕਰਕੇ ਕੁੱਟਿਆ ਜਾਂਦਾ ਤਾਂ ਉੱਥੇ ਜਿਹੜਾ ਕਿ ਹਾਂ ਜੋ ਸੰਵਾਦ ਤਾਂ ਕੀ ਤੁਹਾਡਾ ਸਿਨੇਮਾ ਜਿਹੜਾ ਉਹ ਨਾਬਾਲਗ ਔਡੀਅנס ਦੇ ਲਈ ਨਹੀਂ ਹੈਗਾ ਅ ਗੱਲ ਇਹ ਹੈ ਕਿ ਜਦੋਂ ਮੈਂ ਉਹ ਫਿਲਮ ਬਣਾਈ ਸੀ ਮਤਲਬ ਬਿਲਕੁਲੀ ਮੈਂ ਹੁਣ ਤੁਸੀਂ ਪਿੰਡੋਂ ਉੱਠ ਕੇ ਆ ਗਏ ਹੋ ਫਿਲਮ ਬਣਾਉਣਾ ਹੈ ਤੇ ਤੇ ਫਿਲਮ ਦਾ ਵੀ ਤੁਹਾਨੂੰ ਕੋਈ ਤਜਰਬਾ ਹੈ ਨਹੀਂ ਜ਼ਿਆਦਾ ਤੇ ਫਿਲਮ ਇੰਡਸਟਰੀ ਦਾ ਤਾਂ ਬਿਲਕੁਲ ਵੀ ਨਹੀਂ ਹੈਗਾ ਜੀ ਤੇ ਤੁਸੀਂ ਆ ਗਏ ਤੇ ਬਹੁਤ ਸਾਰਾ ਖਰੂਦਖਾਨਾ ਤੁਸੀਂ ਆਪਣੇ ਅੰਦਰ ਭਰ ਕੇ ਲੈ ਕੇ ਆਏ ਹੋ ਕਈ ਤੁਹਾਡੇ ਅੰਦਰ ਮਤਲਬ ਕਈ ਤਰ੍ਹਾਂ ਦੇ ਜਿਹੜੇ ਵਿਚਾਰ ਨੇ ਉਹ ਲੈ ਕੇ ਆਉਨੇ ਹੋ ਫਿਰ ਉਸ ਵੇਲੇ ਜਦੋਂ ਤੁਸੀਂ ਕੋਈ ਫਿਲਮ ਬਣਾਉਣ ਦਾ ਤੁਹਾਨੂੰ ਮੌਕਾ ਮਿਲਦਾ ਤਾਂ ਤੁਸੀਂ ਬਹੁਤ ਕੁਝ ਮਤਲਬ ਜਿਹੜਾ ਅ ਲਿਖਦੇ ਹੋ ਕਰਦੇ ਹੋ ਜੀ ਜੇ ਤੁਸੀਂ ਸਰਸਾ ਦੇਖੋਗੇ ਮਤਲਬ ਜਿਹੜੀ ਸਕੰਦਰ ਬਣ ਗਈ ਉਹ ਉਹਦਾ ਦੇਖੋਗੇ ਤਾਂ ਉਹਦੇ ਵਿੱਚ ਨਹੀਂ ਹੈਗਾ ਉਹ ਹੂੰ ਜੇ ਤੁਸੀਂ ਸਾਡੇ ਕਿੱਸਾ ਪੰਜਾਬ ਆ ਕਿੱਸਾ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਬਿਲਕੁਲ ਹੀ ਨਹੀਂ ਬਹੁਤ ਘੱਟ ਸਾਡੇ ਵਾਲੇ ਜਿਹੜੀ ਹੈਗੀ ਆ ਉਹਦੇ ਵਿੱਚ ਕਿਤੇ ਵੀ ਨਹੀਂ ਹੈਗਾ ਹੂੰ ਉਹਦਾ ਸਾਡੇ ਵਾਲੇ ਬਣਾਉਣ ਦਾ ਇੱਕ ਇਹ ਵੀ ਹੈ ਕਿ ਮਤਲਬ ਜੇ ਉਹਦੇ 'ਚ ਨਾ ਹੋਣ ਦਾ ਕਾਰਨ ਇਹ ਵੀ ਆ ਕਿਉਂਕਿ ਉੱਥੇ ਲੋਡ ਨਹੀਂ ਹੈਗੀ ਉੱਥੇ ਤੁਸੀਂ ਮੋਹ ਮੁਹੱਬਤ ਦੀ ਫਿਲਮ ਬਣਾ ਰਹੇ ਹੋ ਜਿਸ ਤਰ੍ਹਾਂ ਦਾ ਉਹ ਸਾਰਾ ਤੁਸੀਂ ਸਿਰਜਿਆ ਜਿਹੜਾ ਮਾਹੌਲ ਆ ਉਸ ਫਿਲਮ ਦਾ ਉਹਦੇ ਵਿੱਚ ਗਾਲ ਦੀ ਲੋਡ ਨਹੀਂ ਹੈਗੀ ਜੇ ਤੁਸੀਂ ਮੈਨੂੰ ਇਹ ਕਹੋਗੇ ਕਿ ਬਿਲਕੁਲ ਹੀ ਮਤਲਬ ਉਹਦੇ 'ਚੋਂ ਨਿਕਲ ਸਕਦੀ ਆ ਬਿਲਕੁਲ ਤਾਂ ਮਤਲਬ ਨਹੀਂ ਕੋਈ ਵੀ ਚੀਜ਼ ਮਤਲਬ ਬਹੁਤ ਹੁੰਦਾ ਕਿ ਸ਼ਬਦ ਰਹਿ ਜਾਂਦੇ ਹੁੰਦੇ ਨੇ ਪਰ ਉਹ ਜਿਹੜੀ ਮਤਲਬ ਉਹ ਜੇ ਅਵਾਇਡ ਹੁੰਦੀ ਹੈ ਤਾਂ ਕਰ ਲੈਣੀ ਚਾਹੀਦੀ ਆ ਜਿਹੜਾ ਮੈਂ ਸਿੱਖਿਆ ਕਿ ਅਵਾਇਡ ਹੁੰਦੀ ਆ ਤਾਂ ਉਹ ਕਰ ਲਓ ਜੇ ਅਵਾਇਡ ਹੋ ਹੀ ਨਹੀਂ ਰਹੀ ਹੈਗੀ ਤਾਂ ਲੱਗ ਰਿਹਾ ਕਿ ਇਹ ਤੋਂ ਬਿਨਾ ਨਹੀਂ ਗੱਲ ਬਣਨੀ ਹੈਗੀ ਤਾਂ ਫਿਰ ਉਹ ਲੋਕ ਰੱਖ ਲੈਂਦੇ ਨੇ ਸੋ ਮਤਲਬ ਹੁਣ ਨਹੀਂ ਹੈਗੀਆਂ ਘਟਨੇ ਤੁਹਾਡੇ ਪਹਿਲੇ ਪ੍ਰੋਜੈਕਟ ਤੋਂ ਲੈ ਕੇ ਹੁਣ ਤੱਕ ਤੁਸੀਂ ਜਿਵੇਂ ਤੁਸੀਂ ਕਿਹਾ ਫਿਲਮ ਨਹੀਂ ਬਣਾ ਰਹੇ ਤਾਂ ਵੀ ਤੁਸੀਂ ਕੁਝ ਪੜਦੇ ਹੋ ਜਾਂ ਕੁਝ ਨਾ ਕੁਝ ਚਲਦਾ ਰਹਿੰਦਾ ਹੈ ਨਾ ਤਾਂ ਤੁਸੀਂ ਬਤੌਰ ਹਦਾਇਤਕਾਰ ਤੁਹਾਨੂੰ ਲੱਗਦਾ ਕਿ ਤੁਸੀਂ ਇੱਕ ਰਿਫਾਰਮ ਦੀ ਸਟੇਜ ਦੇ ਵਿੱਚੋਂ ਲੰਗੇ ਹੋ ਰਿਫਾਰਮ ਬੰਦਾ ਤਾਂ ਹਰ ਰੋਜ਼ ਜਿਹੜਾ ਮੈਂ ਅੱਜ ਤੁਹਾਡੇ ਨਾਲ ਬੈਠਾ ਗੱਲ ਕਰ ਰਿਹਾ ਦੋ ਘੰਟੇ ਬਾਅਦ ਮੈਂ ਬੰਦਾ ਹੋਰ ਹੋਊਗਾ ਮਤਲਬ ਉਹ ਤੋਂ ਭਾਵ ਕਿ ਮੇਰੇ ਮੇਰੇ ਕੁਝ ਜੁੜ ਗਿਆ ਹੋਊਗਾ ਮੇਰੇ ਤਜਰਬੇ ਦੇ ਵਿੱਚ ਕਿਸੇ ਨੇ ਮੈਨੂੰ ਕੋਈ ਗੱਲ ਦੱਸਤੀ ਹੋਊਗੀ ਮੈਂ ਕਿਸੇ ਨਾਲ ਗੱਲ ਕਰ ਲਈ ਹੋਊਗੀ ਉਹਨੇ ਮੈਨੂੰ ਕੁਝ ਅੱਗੇ ਹੋ ਕੇ ਤਾ ਹੋਏਗਾ ਕਿ ਇਹ ਗੱਲ ਐ ਨਹੀਂ ਹੈਗੀ ਇਹ ਸੋ ਅਸੀਂ ਤਾਂ ਹਰ ਰੋਜ਼ ਮਤਲਬ ਰਿਫਾਰਮ ਤਾਂ ਬਹੁਤ ਹੀ ਮੈਨੂੰ ਲੱਗਦਾ ਕਿ ਉਹ ਸ਼ਬਦ ਹੋ ਜਾਏਗਾ ਕਿ ਬੰਦਾ ਮਤਲਬ ਉਹਦੀ ਕੋਈ ਧਰਮ ਪਰਿਵਰਤਨ ਹੋ ਗਿਆ ਬਦਲੀ ਹੋ ਗਈ ਉਹ ਹਰ ਰੋਜ਼ ਸਿੱਖ ਰਿਹਾ ਬੰਦਾ ਹੈ ਤੇ ਉਵੇਂ ਹੀ ਮੈਂ ਵੀ ਹਾਂ ਜਿਹੜਾ ਮਤਲਬ ਜਿਹੜੀਆਂ ਗੱਲਾਂ ਮੈਨੂੰ ਅੱਜ ਤੋਂ ਸਾਲ ਪਹਿਲਾਂ ਪਤਾ ਨਹੀਂ ਸੀ ਉਹ ਅੱਜ ਮੈਨੂੰ ਪਤਾ ਲੱਗ ਰਹੀਆਂ ਨੇ ਬਹੁਤ ਸਾਰੀਆਂ ਪਤਾ ਹੀ ਨਹੀਂ ਹੈਗੀਆਂ ਸੋ ਅਸੀਂ ਹਰ ਰੋਜ਼ ਬਦਲ ਰਹੇ ਹਾਂ ਹਰ ਰੋਜ਼ ਸਿੱਖ ਰਹੇ ਹਾਂ ਮੈਨੂੰ ਤਾਂ ਹੀ ਲੱਗਦਾ ਬਿਲਕੁਲ ਮਿੱਟੀ ਹੋਵੇ ਭਾਵੇਂ ਸਰਸਾ ਸਿਕੰਦਰ ਹੋਵੇ ਜਾਂ ਕਿੱਸਾ ਪੰਜਾਬ ਹੋਵੇ ਤੁਹਾਡੀ ਆਉਣ ਵਾਲੀ ਫਿਲਮ ਸਾਡੇ ਵਾਲੇ ਹੋਵੇ ਜਾਂ ਫਿਰ ਚਲੋ ਅਧ ਚੰਨਣੀ ਰਾਦਾ ਸੀ ਜ਼ਿਕਰ ਇਥੇ ਨਹੀਂ ਕਰਾਂਗੇ ਕਿਉਂਕਿ ਤੁਹਾਡੀ ਹਿਦਾਇਤਕਾਰੀ ਹੈ ਨਹੀਂ ਉਹਦੇ ਵਿੱਚ ਹਨਾ ਤਾਂ ਜਦੋਂ ਅਸੀਂ ਪੰਜਾਬੀ ਫਿਲਮਾਂ ਜਾਂ ਬਾਲੀਵੁੱਡ ਦੀ ਵੀ ਅਸੀਂ ਗੱਲ ਕਰ ਲਈ ਤਾਂ ਉਹਦੇ ਵਿੱਚ ਜਿਹੜੇ ਤੁਹਾਡੀਆਂ ਫਿਲਮਾਂ ਕਿਰਦਾਰਾਂ ਦੀਆਂ ਫਿਲਮਾਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਕਿਰਦਾਰ ਜਾਂ ਤਾਂ ਚੰਗਾ ਹੁੰਦਾ ਜਾਂ ਮਾੜਾ ਹੁੰਦਾ ਵਾ ਟੋਡੇ ਕਿਰਦਾਰ ਦੇ ਵਿੱਚ ਹਰ ਰੰਗ ਹੁੰਦਾ ਕਿਸੇ ਗੱਲ ਤੇ ਉਹ ਚੰਗਾ ਵੀ ਹੁੰਦਾ ਕਿਸੇ ਗੱਲ ਤੇ ਉਹ ਬਿਲਕੁਲ ਮਾੜਾ ਵੀ ਹੋ ਸਕਦਾ ਹੈ ਹਨਾ ਤੁਹਾਨੂੰ ਲੱਗਦਾ ਕਿ ਬੰਦੇ ਅਸਲ ਦੇ ਵਿੱਚ ਐਂ ਹੁੰਦੇ ਨੇ ਹਾਂਜੀ ਹਰ ਬੰਦੇ ਦੇ ਅੰਦਰ ਕਮਜ਼ੋਰੀਆਂ ਨੇ ਹਰ ਬੰਦੇ ਦੀਆਂ ਤਾਕਤਾਂ ਨੇ ਤੇ ਬੰਦੇ ਦੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਉਹ ਲਗਾਤਾਰ ਮਤਲਬ ਸਿੱਖੇ ਤੇ ਉਹ ਹੋਰਾਂ ਨਾਲ ਵੀ ਚੰਗਾ ਬਿਹੇਵ ਕਰੇ ਉਹ ਉਹ ਬਿਹੇਵ ਕਰੇ ਜਿਹੜਾ ਮੈਂ ਮਤਲਬ ਆਪਣੇ ਲਈ ਚਾਹਨਾ ਕਿ ਉਹ ਬੰਦਾ ਮੇਰੇ ਨਾਲ ਕਰੇ ਸੋ ਇਹ ਮਤਲਬ ਹਰ ਕਿਰਦਾਰ ਜਿਹੜਾ ਮੇਰੇ ਲਈ ਕਿਰਦਾਰ ਆ ਉਹ ਕੋਈ ਰਾਮ ਦਾ ਅਵਤਾਰ ਤਾਂ ਹੈ ਨਹੀਂ ਜੋ ਹੀਰੋ ਆ ਤੇ ਉਹ ਹਰ ਕਿਰਦਾਰ ਦੀਆਂ ਆਪਣੀਆਂ ਦਿੱਕਤਾਂ ਨੇ ਆਪਣੀਆਂ ਕਮਜ਼ੋਰੀਆਂ ਨੇ ਆਪਣੇ ਹਾਲਾਤ ਨੇ ਆਪਣਾ ਮਾਹੌਲ ਆ ਸੋ ਜਿਹੜੇ ਉਹਨਾਂ ਇੰਨੇ ਅਨਸਰਟਨ ਤੇ ਇੰਨੇ ਜ਼ਿਆਦਾ ਹਾਲਾਤ ਦੇ ਵਿੱਚੋਂ ਆਉਂਦੇ ਨੇ ਬੰਦੇ ਉਹ ਉਹਨਾਂ ਦੇ ਕਿਰਦਾਰ ਵੀ ਬਲੈਕ ਐਂਡ ਵਾਈਟ ਨਹੀਂ ਹੋ ਸਕਦੇ ਹੈਗੇ ਉਹ ਵੀ ਉਹਨਾਂ ਹੀ ਗ੍ਰੇਸ਼ੀਏਟ ਦੇ ਹੋਣਗੇ ਜਾਂ ਉਹਨਾਂ ਹੀ ਸਲੇਟੀ ਰੰਗ ਦੇ ਹੋਣਗੇ 19 ਹੀ ਉਹਨਾਂ ਦੀਆਂ ਲੇਅਰਸ ਹੋਣਗੀਆਂ ਪਰਤਾਂ ਹੋਣਗੀਆਂ ਸੋ ਇਸ ਕਰਕੇ ਮੈਂ ਬਹੁਤ ਮਤਲਬ ਉਹਨਾਂ ਦੇ ਵਿੱਚ ਭਰੋਸਾ ਨਹੀਂ ਕਰਦਾ ਕਿਰਦਾਰਾਂ ਦੇ ਉਹਦੇ ਵਿੱਚ ਪਰ ਮੈਂ ਚਾਹੁੰਦਾ ਮੈਂ ਇਹ ਹੈ ਕਿ ਸਾਰੇ ਜਿਹੜੇ ਬੰਦੇ ਨੇ ਉਹ ਚੰਗੇ ਹੀ ਹੋਣੇ ਚਾਹੀਦੇ ਨੇ ਮਤਲਬ ਐਜੇ ਸਮਾਜ ਹੋਣਾ ਚਾਹੀਦਾ ਜਿੱਥੇ ਬੰਦਾ ਬੰਦੇ ਦੀ ਇੱਜ਼ਤ ਕਰੇ ਬਿਲਕੁਲ ਇੱਕ ਚੀਜ਼ ਹੋ ਰਿਹਾ ਕਿ ਤੁਹਾਡੀਆਂ ਫਿਲਮਾਂ ਦਾ ਜਿਹੜਾ ਕੈਰੈਕਟਰ ਮੈਨਰਿਜ਼ਮ ਹੁੰਦਾ ਉਹ ਬਹੁਤ ਰਿਚ ਹੁੰਦਾ ਜਦੋਂ ਸਿਕੰਦਰ ਦੇ ਵਿੱਚ ਖੜ ਕੇ ਉਹ ਤਕਰੀਰਾਂ ਕਰਦੇ ਨੇ ਭਾਸ਼ਣ ਦਿੰਦੇ ਨੇ ਜਾਂ ਫਿਰ ਮਿੱਟੀ ਆ ਜਾਂ ਫਿਰ ਕਿੱਸਾ ਪੰਜਾਬਾ ਤਾਂ ਉਹਨਾਂ ਦਾ ਕੈਰੈਕਟਰ ਮੈਨਰਿਜ਼ਮ ਬਹੁਤ ਰਿਚਾ ਉਹਨੇ ਕਿਵੇਂ ਖੜਨਾ ਬਾਡੀ ਲੈਂਗੁਏਜ ਕੀ ਹੁੰਦੀ ਆ ਇਹਦੇ ਤੇ ਖਾਸ ਇਹ ਜ਼ਰੂਰੀ ਕਿਉਂ ਆ ਕਿ ਕੈਰੈਕਟਰ ਮੈਨਰਿਜ਼ਮ ਹੋਣਾ ਕਿਉਂ ਜ਼ਰੂਰੀ ਆ ਫਿਲਮਾਂ ਦੇ ਵਿੱਚ ਉਹਦੇ ਵਿੱਚ ਇਹ ਕਿ ਤਾ ਉਹ ਰੀਅਲ ਲੱਗੇ ਉਹ ਸੱਚਾ ਜਾ ਲੱਗੇ ਕਿ ਹਾਂ ਜੇ ਕੋਈ ਮੁੰਡਾ ਜਾਂ ਕੋਈ ਲੈਕਚਰ ਕਰਨ ਵਾਲਾ ਬੰਦਾ ਉਹਦੀ ਉਹਦਾ ਉਹ ਆਮ ਜ਼ਿੰਦਗੀ 'ਚ ਹਾਂ ਇਸ ਤਰ੍ਹਾਂ ਦਾ ਹੋਏਗਾ ਇੱਕ ਤਾਂ ਇਹ ਹੁੰਦਾ ਤੇ ਦੂਜਾ ਇਹ ਹੈ ਕਿ ਐਕਟਰ ਉਹਦੇ ਤੇ ਆਪਣੇ ਆਪ ਤੇ ਕਿੰਨਾ ਕੰਮ ਕਰਦਾ ਸੋ ਜਿਹੜੇ ਅਦਾਕਾਰ ਨੇ ਉਹ ਆਪਣੇ ਵੱਲੋਂ ਵੀ ਚੰਗਾ ਕੰਮ ਕਰਕੇ ਲੈ ਕੇ ਆਉਂਦੇ ਨੇ ਕਿ ਮੈਂ ਤੇ ਮੈਨੂੰ ਜਿਹੜੀ ਮੈਨੂੰ ਇਹੀ ਲੱਗਦਾ ਕਿ ਉਹ ਕਿਰਦਾਰ ਆ ਜਿਹੜਾ ਉਹ ਸੱਚਾ ਜਾ ਲੱਗੇ ਕਿ ਹਾਂ ਇਹ ਜਿਹਾ ਬੰਦਾ ਹੈ ਹੋਏਗਾ ਸੋ ਇਸ ਕਰਕੇ ਉਹਦੇ ਜਿਹੜਾ ਉਹ ਕੀ ਚੀਜ਼ਾਂ ਕਰ ਰਿਹਾ ਨਾਲ ਆਪਣੇ ਮਤਲਬ ਡਾਇਲੌਗ ਬੋਲਣ ਤੋਂ ਬਿਨਾ ਉਹਦੀ ਉਹਦਾ ਜੈਸਚਰ ਕੀ ਆ ਉਹਦੇ ਉਹਦੀ ਬੋਡੀ ਕਿਵੇਂ ਹਿੱਲ ਰਹੀ ਆ ਉਹਦੇ ਹੱਥ ਕਿਵੇਂ ਮਿਲ ਰਹੇ ਨੇ ਇਹਨਾਂ ਉੱਤੇ ਐਕਟਰ ਨੂੰ ਵੀ ਬਹੁਤ ਧਿਆਨ ਦੇਣਾ ਚਾਹੀਦਾ ਤੇ ਬਿਦੌਸ ਹਦਾਇਤਕਾਰ ਤਾਂ ਮਤਲਬ ਸਾਨੂੰ ਦੇਣਾ ਹੀ ਚਾਹੀਦਾ ਜੀ ਜਦੋਂ ਰਾਜੀਵ ਕੁਮਾਰ ਹੋਰਾਂ ਦੀ ਨਾਬਰ ਫਿਲਮ ਹਰਪ੍ਰੀਤ ਸਿੰਘ ਕਾਨੂੰਨ ਜਿਹੜੀ ਕਿ ਇਸ ਟਾਈਮ ਜਗਬਾਣੀ ਦੇ ਵਿੱਚ ਪ੍ਰਿੰਸੀਪਲ ਕੋਰਸਪੋਨਡੈਂਟ ਨੇ ਉਹਨਾਂ ਨੇ ਦੇਖੀ ਤਾਂ ਉਹਦੋਂ ਉਹਨਾਂ ਨੇ ਇੱਕ ਛੋਟਾ ਜਾਂ ਨੋਟ ਲਿਖਿਆ ਸੀ ਜਿਹਦੇ ਵਿੱਚ ਉਹਨਾਂ ਨੇ ਨਾਬਰ ਜੀਤ ਮਠਾਰੂ ਹਰਾਂ ਦੀ ਕੁਦੇਸਣ ਗੁਰਵਿੰਦਰ ਸਿੰਘ ਹਰਾਂ ਦੀ ਅਨੇਕ ਕੋੜੇ ਦਾ ਦਾਨ ਅਤੇ ਤੁਹਾਡੀ ਸਰਸਾ ਦਾ ਜ਼ਿਕਰ ਕੀਤਾ ਕਿ ਇਹ ਫਿਲਮਾਂ ਸੰਗੀਤਿਕ ਤੌਰ ਤੇ ਲਕੀਰਾਂ ਤੋੜ ਰਹੀਆਂ ਨੇ ਤੇ ਜਦੋਂ ਇਦਾਂ ਦੇ ਐਕਸਪੈਰੀਮੈਂਟ ਸਿਨੇਮਾ ਦੇ ਵਿੱਚ ਹੁੰਦੇ ਨੇ ਤਾਂ ਵਿਰਾਸਤ ਹੋਰ ਅਮੀਰ ਹੋ ਜਾਂਦੀ ਹੈ ਤੁਸੀਂ ਵੀ ਇਹ ਕੋਟ ਕਰ ਦਿਓ ਕਿ ਜਿਹੜਾ ਫਿਲਮ ਦਾ ਸੰਗੀਤ ਹੁੰਦਾ ਉਹ ਫਿਲਮ ਦੀ ਸੰਪਾਦਕੀ ਹੁੰਦੀ ਆ ਕਿ ਕੌਨਸ਼ੀਅਸਲੀ ਇਹਨਾਂ ਚੀਜ਼ਾਂ ਦੇ ਉੱਪਰ ਧਿਆਨ ਦਿੱਤਾ ਜਾਂਦਾ ਆ ਜਾਂ ਫਿਰ ਤੁਹਾਨੂੰ ਲੱਗਦਾ ਕਿ ਇੱਕ ਹਿਦਾਇਤਕਾਰ ਦੀ ਜ਼ਿੰਮੇਵਾਰੀ ਆ ਨਹੀਂ ਉਹ ਉਹ ਤਾਂ ਜਿਹੜੇ ਫਿਲਮ ਦਾ ਜਿਹੜਾ ਸੰਗੀਤ ਕਿਸ ਮੁਤਾਬਕ ਹੈ ਇੱਕ ਤਾਂ ਤੁਸੀਂ ਉਹ ਧਿਆਨ ਰੱਖੋਗੇ ਦੂਜਾ ਇਹ ਕਿ ਜਿਹੜੀਆਂ ਆਵਾਜ਼ਾਂ ਕਈ ਵਾਰ ਮਤਲਬ ਸਾਹਮਣੇ ਨਹੀਂ ਬਹੁਤੀਆਂ ਆ ਸਕੀਆਂ ਹੈਗੀਆਂ ਖਾਸ ਕਰਕੇ ਫਿਲਮਾਂ ਚ ਨਹੀਂ ਆ ਸਕੀਆਂ ਜਿਵੇਂ ਉਹਦੇ ਵਿੱਚ ਡਾਕਟਰ ਜਗਤਾਰ ਹੋਣਾ ਦੀ ਗੱਲ ਸੀ ਮਿੱਟੀ ਦੇ ਵਿੱਚ ਸੰਤ੍ਰਮ ਦਾਸੀ ਦੇ ਗੀਤ ਸੀ ਸੋ ਇਹ ਜਿਹੜੀਆਂ ਪਪੂਲਰ ਸਿਨੇਮੇ ਦੇ ਵਿੱਚ ਹੈ ਨਹੀਂ ਜਿਹੜਾ ਆਮ ਅਸੀਂ ਜਿਹੜਾ ਚਾਲੂ ਸਿਨੇਮਾ ਉਹਦੇ ਵਿੱਚ ਦੇਖਦੇ ਹਾਂ ਤਾਂ ਇਹ ਵਾਜਾਂ ਨੂੰ ਵੀ ਤੁਸੀਂ ਮੂਰੇ ਲੈ ਕੇ ਆਉਨੇ ਹੋ ਪਰ ਤੁਸੀਂ ਲੈ ਕੇ ਉਹੀ ਗੀਤ ਆਉਂਗੇ ਨਾ ਜਿਹੜਾ ਸਿਚੁਏਸ਼ਨ ਦੇ ਉੱਤੇ ਫਿੱਟ ਬੈਠਦਾ ਹੋਊਗਾ ਤੇ ਉਹ ਦੋਵੇਂ ਚੀਜ਼ਾਂ ਆਉਣੀਆਂ ਸਿਚੁਏਸ਼ਨ ਦੇ ਉੱਤੇ ਮਿਊਜ਼ਿਕ ਤੁਹਾਡਾ ਜਿਹੜਾ ਗੀਤ ਸੰਗੀਤ ਕਿਸ ਤਰ੍ਹਾਂ ਦਾ ਪਲੱਸ ਤੁਸੀਂ ਇਹ ਕੋਸ਼ਿਸ਼ ਕਰੋਗੇ ਕਿ ਕਿ ਉਹਨਾਂ ਉਹ ਜਿਹੜੇ ਬੰਦਿਆਂ ਨੇ ਬਹੁਤ ਚੰਗਾ ਲਿਖਿਆ ਹੋਇਆ ਜਿਹੜਾ ਸਾਡੇ ਕੋਲ ਆਲਰੇਡੀ ਅਵੇਲੇਬਲ ਆ ਉਹ ਵੀ ਅਸੀਂ ਸਾਹਮਣੇ ਲੈ ਕੇ ਆਈਏ ਮਤਲਬ ਇਹ ਦੋ ਦੋਵੇਂ ਪਾਸੇ ਤੁਹਾਡੀ ਇਹ ਪਹੁੰਚ ਹੋ ਗਈ ਬਿਲਕੁਲ ਕਿਸੇ ਨੇ ਕਿਹਾ ਵੀ ਜਤਿੰਦਰ ਨੂੰ ਕਿਸੇ ਨੇ ਕਿਹਾ ਅੱਗਿਓ ਕਿ ਤੁਸੀਂ ਡਰਾਈ ਸਿਨੇਮਾ ਬਣਾਉਂਦੇ ਹੋ ਤੁਹਾਡੀਆਂ ਫਿਲਮਾਂ ਡਰਾਈ ਹੁੰਦੀਆਂ ਨੇ ਮੈਂ ਪਹਿਲੀ ਵਾਰੀ ਇਹ ਟਰਮ ਸੁਣੀ ਸੀਗੀ ਕਿ ਤੁਸੀਂ ਸਮਝ ਸਕਦੇ ਕਿ ਡਰਾਈ ਸਿਨੇਮਾ ਕੀ ਹੁੰਦਾ ਕਿ ਬਾਕੀ ਤੁਹਾਡੀਆਂ ਫਿਲਮਾਂ ਡਰਾਈ ਕੰਟੈਂਟ ਨੇ ਮੈਂ ਮੈਂ ਆਪੇ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਜੀ ਕਿ ਇਹ ਜਿਹੜਾ ਰੁੱਖਾ ਸਿਨੇਮਾ ਮਤਲਬ ਡਰਾਈ ਨੂੰ ਮੈਂ ਪੰਜਾਬੀ ਚ ਜੇ ਉਹਦਾ ਤਰਜਮਾ ਕਰਨਾ ਹੋਵੇ ਤਾਂ ਰੁੱਖਾ ਸਿਨੇਮਾ ਕਿਹਾ ਜਾਊਗਾ ਅ ਰੁੱਖਾ ਸਿਨੇਮਾ ਕਿਵੇਂ ਆ ਮੈਨੂੰ ਸੱਚੀ ਗੱਲ ਸਮਝ ਨਹੀਂ ਆਈ ਹੈਗੀ ਪਰ ਮੈਨੂੰ ਇਹ ਲੱਗਦਾ ਵੀ ਅਸਲ ਦੇ ਵਿੱਚ ਅਸੀਂ ਨਾ ਇੱਕ ਦੂਜੇ ਨੂੰ ਨਾ ਉਹ ਨਹੀਂ ਕਰਦੇ ਹੈਗੇ ਸਾਨੂੰ ਨਾ ਇੱਕ ਦੂਜੇ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜੇ ਕੋ ਜਿਹੜਾ ਵੀ ਕੋਈ ਬੰਦਾ ਵੱਖਰਾ ਕੋਈ ਕੋਈ ਮੇਤੋਂ ਅਲੱਗ ਫਿਲਮ ਬਣਾ ਰਿਹਾ ਤਾਂ ਮੈਨੂੰ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੇ ਇੱਕ ਮਤਲਬ ਸਾਰੇ ਜਿਹੜੇ ਸਾਡੇ ਸਮਕਾਲੀ ਫਿਲਮ ਮੇਕਰਸ ਨੇ ਉਹਨਾਂ ਨੂੰ ਇੱਕ ਦੂਜੇ ਦੀ ਮਤਲਬ ਇੱਕ ਮੰਚ ਤੇ ਵੀ ਮੈਨੂੰ ਲੱਗਦਾ ਖੜੇ ਹੋਣਾ ਚਾਹੀਦਾ ਹੁੰਦਾ ਕਿਸੇ ਟਾਈਮ ਤੇ ਜਦੋਂ ਤੁਸੀਂ ਅ ਆਪਣੇ ਤੁਹਾਨੂੰ ਲੱਗਦਾ ਕਿ ਫਿਲਮ ਆਹੀ ਹੁੰਦੀ ਆ ਬਸ ਫਿਲਮ ਇਨ ਇਸ ਚੌਕਟੇ ਚ ਹੀ ਹੋਣੀ ਚਾਹੀਦੀ ਆ ਜੇ ਕੋਈ ਕੋਈ ਬੰਦਾ ਉਸ ਚੌਕਟੇ ਤੋਂ ਬਾਹਰ ਜਾ ਕੇ ਜਾ ਕੇ ਕੋਈ ਕੁਝ ਬਣਾਉਣ ਦੀ ਕੋਸ਼ਿਸ਼ ਕਰੇਗਾ ਤਾਂ ਤੁਹਾਨੂੰ ਇਹ ਲੱਗੇਗਾ ਕਿ ਇਹ ਸਾਡੇ ਚੌਕਟੇ ਚ ਫਿੱਟ ਨਹੀਂ ਆਉਂਦੀ ਉਹ ਉਹ ਬੰਦੇ ਦੀ ਇੰਟੈਂਸ਼ਨ ਬਿਲਕੁਲ ਸਹੀ ਹੁੰਦੀ ਆ ਜਿਹੜਾ ਕਹਿ ਰਿਹਾ ਕਿ ਤੇਰੀ ਫਿਲਮ ਮੇਰੇ ਚੌਕਟੇ ਚ ਫਿੱਟ ਨਹੀਂ ਆਉਂਦੀ ਕਿਉਂਕਿ ਉਹਨੂੰ ਤਾਂ ਪੈਸਾ ਉਹਦੇ ਉਸ ਵੇਲੇ ਹੋ ਸਕਦਾ ਉਹ ਇਹ ਸੋਚ ਰਿਹਾ ਵੀ ਕਿ ਯਾਰ ਮੈਂ ਪੈਸਾ ਕਿਵੇਂ ਕੱਢੂੰਗਾ ਹੁਣ ਜਿਹੜੇ ਚੌਕਟੇ ਚ ਉਹਨੂੰ ਲੱਗ ਰਿਹਾ ਕਿ ਪੈਸਾ ਨਿਕਲ ਸਕਦਾ ਤੇ ਜੇ ਮੇਰੀ ਫਿਲਮ ਉਹ ਕੁਛ ਉਹਦੀ ਲਤਵਾ ਉਸ ਚੌਕੜੇ ਤੋਂ ਬਾਹਰ ਆ ਤਾਂ ਉਹ ਕਹੇਗਾ ਕਿ ਲਤਵਾ ਕੱਟ ਤੇ ਚੌਕਟੇ ਦੇ ਅੰਦਰ ਆ ਸੋ ਇਹ ਮਤਲਬ ਮੈਨੂੰ ਲੱਗਦਾ ਕਿ ਉਹ ਉਦਾਂ ਦਾ ਵੀ ਕਸੂਰ ਨਹੀਂ ਹੁੰਦਾ ਹੈਗਾ ਜਿੰਨਾ ਸਾਡੀ ਮਤਲਬ ਕੀ ਇੱਕ ਸਾਡਾ ਐਕਸਪੋਜ਼ਰ ਆ ਜਿੰਨਾ ਸਾਨੂੰ ਸਾਰੀਆਂ ਚੀਜ਼ਾਂ ਦੀ ਜਿੰਨੀ ਸਾਡੀ ਸਮਝ ਆ ਉਸ ਮੁਤਾਬਕ ਮੈਂ ਵੀ ਉਸ ਮੁਤਾਬਕ ਹੀ ਗੱਲ ਕਰੂੰਗਾ ਸੋ ਇਸ ਕਰਕੇ ਸਾਡੀਆਂ ਸਾਰਿਆਂ ਦੀਆਂ ਆਪਣੀਆਂ ਇੱਕ ਚੌਕਟੇ ਹੁੰਦੇ ਨੇ ਜ ਜਸੀਂ ਉਹਨਾਂ ਤੋਂ ਬਾਹਰ ਜਦੋਂ ਜਾਣਦੇ ਆ ਤਾਂ ਸਾਨੂੰ ਜਾਂ ਕੋਈ ਹੋਰ ਜਾਣਦਾ ਤਾਂ ਸਾਨੂੰ ਥੋੜਾ ਜਿਹਾ ਉਹ ਰੁੱਖਾ ਲੱਗਣ ਲੱਗ ਜਾਂਦਾ ਸੋ ਮੇਰਾ ਮੈਨੂੰ ਲੱਗਦਾ ਬਾਕੀ ਮੈਂ ਇਹ ਇਹ ਲਗਾਤਾਰ ਲੱਭ ਰਹੇ ਹਾਂ ਕਿ ਮੇਰੀ ਮੇਰੀਆਂ ਫਿਲਮਾਂ 'ਚ ਤਾਂ ਬਹੁਤ ਰੰਗ ਵਾਲੇ ਕਿਰਦਾਰ ਹੁੰਦੇ ਨੇ ਮਤਲਬ ਤਾਂ ਹੱਸਦੇ ਖੇਡਦੇ ਵੀ ਬਹੁਤ ਨੇ ਉਹ ਤਾਂ ਮਤਲਬ ਮਿੱਟੀ ਤੋਂ ਗਾਲਾਂ ਵੀ ਬਹੁਤ ਕੱਢ ਲੈਂਦੇ ਸੀ ਸੋ ਉਹਦੇ ਤਾਂ ਬਹੁਤ ਰੰਗ ਨੇ ਹੂੰ ਤੇ ਜੇ ਉਹ ਰੁੱਖੇ ਨੇ ਤਾਂ ਮੈਨੂੰ ਲੱਗਦਾ ਵੀ ਫਿਰ ਕੌਣ ਆ ਇੱਥੇ ਜਿਨ੍ਹਾਂ ਦੀ ਜ਼ਿੰਦਗੀ ਚ ਰੰਗ ਹੈ ਬਿਲਕੁਲ ਤੁਹਾਨੂੰ ਲੱਗਦਾ ਕਿ ਜਿਹੜੇ ਲੋਕਾਂ ਦੀਆਂ ਗੱਲ ਕਰਦੀ ਜਾਂ ਫਿਰ ਜਿਹੜੇ ਲੋਕਾਂ ਲਈ ਤੁਸੀਂ ਫਿਲਮਾਂ ਬਣਾਈਆਂ ਉਹ ਉਹਨਾਂ ਲੋਕਾਂ ਤੱਕ ਨਹੀਂ ਪਹੁੰਚ ਸਕੀਆਂ ਮੈਨੂੰ ਲੱਗਦਾ ਪਹੁੰਚੀਆਂ ਨੇ ਮਤਲਬ ਤੁਸੀਂ ਥੀਏਟਰ ਦੇ ਵਿੱਚ ਕਿੰਨੇ ਲੋਕਾਂ ਨੇ ਦੇਖੀਆਂ ਇਹ ਲੱਗ ਮਸਲਾ ਹੋ ਸਕਦਾ ਅਦਰਵਾਈਜ਼ ਮਤਲਬ YouTube ਦੇ ਉੱਤੇ CD's ਦੇ ਉੱਤੇ DVD's ਦੇ ਉੱਤੇ ਕਿੰਨੇ ਲੋਕਾਂ ਨੇ ਉਹ ਫਿਲਮਾਂ ਦੇਖੀਆਂ ਨੇ ਜਿਵੇਂ ਇੱਕ ਵਾਰੀ ਮੈਨੂੰ ਯਾਦ ਆ ਕਿ ਉੱਥੇ ਜਲੰਧਰ ੁਰੰਤੀ ਰਾਏ ਉਹਨਾਂ ਦੇ ਆਉਣਾ ਸੀ ਤੇ ਮੈਂ ਉੱਥੇ ਗਿਆ ਹੋਇਆ ਸੀ ਤਾਂ ਦੋ ਕਿਸਾਨ ਖੜੇ ਸੀ ਉੱਥੇ ਕੁਰਤਾ ਜਾਦਰਾ ਜਾਂ ਬੜੇ ਦੇਸੀ ਜੇ ਉਹਨਾਂ ਦੇ ਕੱਪੜੇ ਪਾਏ ਹੋਏ ਤੇ ਉਹ ਮੈਂ ਉਹਨਾਂ ਦੇ ਕੋਲ ਜੀ ਲੰਘਿਆ ਤੇ ਮੈਂ ਤਾਂ ਲੰਘ ਗਿਆ ਅੱਗੇ ਮੇਰੇ ਨਾਲ ਮੇਰੇ ਦੋਸਤ ਸੀ ਰਣਦੀਪ ਫੋਟੋਗ੍ਰਾਫਰ ਨੇ ਉਹ ਜੀ ਉਹਨੇ ਮੈਨੂੰ ਵਾਪਸ ਆ ਕੇ ਕਿਹਾ ਕਹਿੰਦਾ ਵੀ ਤੁਹਾਨੂੰ ਪਤਾ ਹੁੰਦਾ ਤੂੰ ਜਦੋਂ ਲੰਘਿਆ ਉਹਨਾਂ ਨੇ ਕੀ ਕਿਹਾ ਕਹਿੰਦੇ ਉਹਨਾਂ ਨੇ ਕਿਹਾ ਵੀ ਉਹ ਜਤਿੰਦਰ ਜੰਦਾ ਜਿਹਨੇ ਮਿੱਟੀ ਬਣਾਈ ਆ ਸੋ ਜੇ ਬੰਦੇ ਨੇ ਉਹਨਾਂ ਨੇ ਕਿਸਾਨਾਂ ਦੇ ਪਿੰਡਾਂ ਨੇ ਦੇਖੀ ਹੋਈ ਆ ਫਿਲਮ ਇਹਦਾ ਮਤਲਬ ਕਾਫੀ ਲੋਕਾਂ ਨੇ ਦੇਖੀ ਹੋਈ ਆ ਸੋ ਉੱਥੇ ਤੱਕ ਤਾਂ ਜਿੰਨੀ ਕੁ ਮਤਲਬ ਪਹੁੰਚ ਹੁੰਦੀ ਆ ਉਹ ਹੋਈ ਹੋਈ ਆਪਾਂ ਪਹੁੰਚ ਤਾ ਫਿਰ باوجود ਤੁਹਾਡੀਆਂ ਫਿਲਮਾਂ ਬਖਫੀਨ ਦੇ ਨਾਲ ਕਿਉਂ ਆਉਂਦੀਆਂ ਨੇ ਤਿੰਨ ਤਿੰਨ ਚਾਰ ਚਾਰ ਸਾਲਾਂ ਦਾ ਗੈਪ ਨਾ ਕਿ ਇਹਦੇ ਵਿੱਚ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਵੀ ਕਿਉਂ ਆਉਂਦੀਆਂ ਨੇ ਪਰ ਤੁਹਾਡੇ ਲਈ ਇਹ ਵੀ ਧਾਰਨਾਵਾਂ ਬਣੀਆਂ ਹੋਈਆਂ ਨੇ ਕਿ ਜਤਿੰਦਰ ਬਾਉ ਬਹੁਤ ਟਫ ਡਾਇਰੈਕਟਰ ਨੇ ਉਹਨਾਂ ਦੇ ਨਾਲ ਕੰਮ ਕਰਨਾ ਬਹੁਤ ਔਖਾ ਉਹ ਅੜ ਜਾਂਦੇ ਨੇ ਹਾਂਜੀ ਅ ਇੱਕ ਤਾਂ ਇਹ ਹੈ ਕਿ ਫਿਲਮਾਂ ਮੈਨੂੰ ਘੱਟ ਮਿਲਦੀਆਂ ਨੇ ਇਦਾਂ ਤੇ ਕੋਈ ਇਹੀ ਮਤਲਬ ਲੌਜੀਕਲ ਦਾ ਇਹੀ ਹਾਂਜੀ ਉਹੀ ਮੈਂ ਦੱਸ ਰਿਹਾ ਚਿੰਦੀਆਂ ਚੀਜ਼ਾਂ ਬਣਾਉਣ ਦੇ ਬਾਵਜੂਦ ਵੀ ਕਿਉਂ ਘੱਟ ਮਿਲ ਰਹੀਆਂ ਨੇ ਅ ਉਹਦਾ ਇਹ ਹੈ ਕਿ ਉਹ ਸਾਡੇ ਮੀਟਿੰਗ ਪੁਆਇੰਟ ਨਹੀਂ ਬਣਦੇ ਹੈਗੇ ਕਈ ਵਾਰ ਇੱਕ ਦੂਜੇ ਨਾਲ ਮਤਲਬ ਜੋ ਉਹ ਸੋਚ ਕੇ ਆਏ ਨੇ ਜਾਂ ਉਹ ਮੇਰੇ ਤੋਂ ਕੁਝ ਬਣਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹੋ ਸਕਦਾ ਮੈਂ ਉਹ ਉਨਾ ਹੁਨਰਮੰਦ ਹੈ ਨਹੀਂ ਜਿੰਨੇ ਜੋ ਮੇਰੇ ਤੋਂ ਚਾਹ ਰਹੇ ਨੇ ਹੋ ਸਕਦਾ ਉਹਨਾਂ ਨੂੰ ਮੇਰੇ ਆਈਡੀਆਜ਼ ਪਸੰਦ ਨਹੀਂ ਆਉਂਦੇ ਹੈਗੇ ਮਤਲਬ ਸਾਰੀਆਂ तमाम ਤਰ੍ਹਾਂ ਦੀਆਂ ਇਹਦੇ ਵਿੱਚ ਗੱਲਾਂ ਮੌਜੂਦ ਨੇ ਬਈ ਅ ਮਤਲਬ ਇਹ ਉਹਨਾਂ ਦੀ ਕਿਉਂਕਿ ਜਿਹੜਾ ਬੰਦਾ ਪੈਸੇ ਲਾ ਰਿਹਾ ਜਾਂ ਜਿਹੜਾ ਉਹਨੂੰ 100 ਤਰ੍ਹਾਂ ਗੱਲਾਂ ਸੋਚਣੀਆਂ ਨੇ ਸੋ ਇਸ ਕਰਕੇ ਉਹ ਉਹਨਾਂ ਦੀ ਆਜ਼ਾਦੀ ਆ ਕਿ ਉਹਨਾਂ ਤੇ ਮੈਂ ਆਪਣਾ ਕੰਮ ਕਰਦਾ ਰਹਿਣਾ ਮੈਂ ਜਿੰਨੀਆਂ ਕਰੂੰਗਾ ਮੈਂ ਆਪਣਾ ਕਰਦਾ ਰਹੂੰਗਾ ਬਿਲਕੁਲ ਮਿੱਟੀ ਤੁਸੀਂ ਲਿਖੀ ਤੁਸੀਂ ਡਾਇਰੈਕਟ ਕੀਤੀ ਅ ਸਰਸਾ ਸਿਕੰਦਰ ਤੁਸੀਂ ਡਾਇਰੈਕਟ ਕੀਤੀ ਕੋਰ ਆਊਟ ਕੋ ਰਾਈਟਰ ਤੁਹਾਡੇ ਨਾਲ ਦਲਜੀਤ ਅਮੀ ਹੁਣੀ ਸਨ ਪਰ ਤੀਜੀ ਫਿਲਮ ਆਪਣੇ ਸਾਡੇ ਵਾਲੇ ਤੇ ਉਹਦੇ ਵਿੱਚ ਜੀ ਅ ਸਿਕੰਦਰ ਸਿਕੰਦਰ ਸਾਹ ਸਰਸਾ ਤੇ ਸਾਡੇ ਵਾਲੇ ਦੇ ਵਿੱਚ ਹਾਂਜੀ ਹਾਂਜੀ ਕਿੱਸਾ ਪੰਜਾਬ ਉਹਦੇ ਪ੍ਰਤਾਪ ਹੁਣੀ ਲਿਖਦੇ ਲਏਗੇ ਹਾਂਜੀ ਹਾਂਜੀ ਅ ਉਹਦੇ ਪ੍ਰਤਾਪ ਹੁਣ ਦੀ ਕਹਾਣੀ ਨੂੰ ਫਿਲਮਾਉਣ ਦਾ ਤੋਡਾ ਸਭ ਤੋਂ ਵੱਡਾ ਰੀਜ਼ਨ ਕੀ ਸੀਗਾ ਕਿਉਂਕਿ ਤੁਸੀਂ ਇੱਕ ਖੁਦ ਬਹੁਤ ਵਧੀਆ ਰਾਈਟਰ ਹੋ ਮੈਂ ਕੋਈ ਬੰਦਾ ਮੈਨੂੰ ਕੋਈ ਪ੍ਰੋਡਿਊਸਰ ਆ ਕੇ ਕਹੇ ਵੀ ਅਸੀਂ ਆ ਫਿਲਮ ਬਣਾ ਰਹੇ ਹਾਂ ਉਹਦੇ ਵਿੱਚ 6 ਅਲੱਗ-ਅਲੱਗ ਕਹਾਣੀਆਂ ਨੇ ਪਹਿਲਾਂ ਤਾਂ ਮੈਂ ਉੰਝ ਹੀ ਖੁਸ਼ ਹੋ ਜਾਊਂਗਾ ਵੀ ਇਹ ਬੰਦਾ ਆ ਗਿਆ ਮਤਲਬ ਕੋਈ ਬੰਦਾ ਪੰਜਾਬੀ ਚ ਇਸ ਤਰ੍ਹਾਂ ਦੀ ਫਿਲਮ ਬਣਾਉਣ ਵਾਲਾ ਸੋ ਮੈਂ ਉਹਨੂੰ ਮੰਨਣਾ ਤਾਂ ਬਿਲਕੁਲ ਵੀ ਨਹੀਂ ਕਰ ਸਕਦਾ ਪਰ ਜਦੋਂ ਆਈਡੀਆ ਉਹਨਾਂ ਨੇ ਸੁਣਾਇਆ ਉਹ ਆਈਡੀਆ ਬਹੁਤ ਵਧੀਆ ਆਈਡੀਆ ਸੀ ਤੇ ਇਸ ਕਰਕੇ ਮਤਲਬ ਮੈਨੂੰ ਲੱਗਦਾ ਕਿ ਉਹ ਜਿਹੀਆਂ ਫਿਲਮਾਂ ਤਾਂ ਕਰਨੀਆਂ ਹੀ ਚਾਹੀਦੀਆਂ ਨੇ ਬੰਦਿਆਂ ਨੂੰ ਜੀ ਸੋ ਉਹਦਾ ਕੋਈ ਹੈ ਨਹੀਂ ਸੀ ਮੇਰੇ ਕੋਲ ਕਾਰਨ ਵੀ ਮੈਂ ਉਹਨੂੰ ਮਨਾ ਕਰਾਂ ਕਿਉਂਕਿ ਇੰਨੀ ਜਿਹੜੀ ਜਿਵੇਂ ਉਹ ਮੈਨੂੰ ਅੱਜ ਵੀ ਜ਼ਿਆਦਾ ਮੈਡਮ ਅਨੂ ਬੈਂਸੀ ਜਿਹੜੇ ਪ੍ਰੋਡਿਊਸਰ ਦੀ ਫਿਲਮ ਦੇ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਕੋਈ ਇਹਦੇ ਵਿੱਚ ਕੋਈ ਵੱਡਾ ਸਟਾਰ ਲੈ ਰਹੇ ਹੋ ਜਾਂ ਕੀ ਸੋਚ ਰਹੇ ਹੋ ਕਹਿੰਦੇ ਵੀ ਨਹੀਂ ਜਤਿੰਦਰ ਕੋਈ ਸਟਾਰ ਨਹੀਂ ਲੈਣਾ ਜਿਹੜਾ ਤੈਨੂੰ ਲੱਗਦਾ ਕਿ ਰੋਲ ਦੇ ਵਿੱਚ ਫਿੱਟਾ ਉਹੀ ਬੰਦਾ ਲੈਣਾ ਹੁਣ ਏਡੀ ਵੱਡੀ ਗਲਤੀ ਕੋਈ ਮਤਲਬ ਕਹਿਣੀ ਕਿਸੇ ਪ੍ਰੋਡਿਊਸਰ ਲਈ ਤੇ ਉਹ ਤਾਂ ਫਿਰ ਚੰਗੀ ਮੈਨੂੰ ਲੱਗਦਾ ਕਿ ਬਿਲਕੁਲ 2017 ਦੇ ਵਿੱਚ ਸਾਡੇ ਵਾਲੀ ਸ਼ੂਟ ਹੋਈ ਸੀਗੀ ਤੇ ਫਿਲਮ ਦੀ ਪਹਿਲੀ ਲੁੱਕ ਕਾਂਸ ਫਿਲਮ ਫੈਸਟੀਵਲ ਦੇ ਵਿੱਚ ਰਿਲੀਜ਼ ਹੁੰਦੀ ਹੈ ਹਾਂਜੀ ਪਰ 2020 ਤੱਕ ਉਹ ਫਿਲਮ ਰਿਲੀਜ਼ ਕਿਉਂ ਨਹੀਂ ਹੁੰਦੀ? ਇਹ ਮੈਂ ਨਹੀਂ ਇਹ ਤਾਂ ਮਤਲਬ ਸਾਡੇ ਪ੍ਰੋਡਿਊਸਰ ਹੀ ਦੱਸ ਸਕਦੇ ਨੇ ਕਿਉਂਕਿ ਮੈਂ ਮਤਲਬ ਮੈਂ ਰਿਲੀਜ਼ਿੰਗ ਦੇ ਵਿੱਚ ਉਸ ਦੇ ਵਿੱਚ ਤਾਂ ਹੈ ਨਹੀਂ ਉਹ ਉਹਨਾਂ ਨੇ ਉਹਨਾਂ ਦੇ ਕੁਝ ਦਿੱਕਤਾਂ ਹੋਣਗੀਆਂ ਜੀ ਕਿਉਂਕਿ ਪ੍ਰੋਡਿਊਸਰ ਨੂੰ ਸੌ ਕੁਝ ਜਿਹੜਾ ਉਹ ਆ ਉਹ ਆਪਣਾ ਉਹਨਾਂ ਦੀ ਗਿਣਤੀਆਂ ਮਿੰਟੀਆਂ ਨੇ ਉਹਨਾਂ ਦੀ ਮਤਲਬ ਉਹ ਸਾਰਾ ਪ੍ਰੋਸੈਸ ਆ ਵੇਚਣ ਦਾ ਸੋ ਉਹ ਕਿਉਂ ਨਹੀਂ ਹੋ ਰਹੀ ਮੈਨੂੰ ਲੱਗਦਾ ਇਹ ਉਹ ਬਿੱਤਰ ਦੱਸ ਸਕਦੇ ਨਹੀਂ ਮੈਂ ਉਹਦੇ ਲਈ ਸਹੀ ਬੰਦਾ ਨਹੀਂ ਹੈਗਾ ਜੀ ਦੱਸਣ ਵਾਲਾ ਬਿਲਕੁਲ ਬੀਬੀਸੀ ਦੀ ਡਾਕੂਮੈਂਟਰੀ ਸਮਝੌਤਾ ਐਕਸਪ੍ਰੈਸ ਦਾ ਤੁਸੀਂ ਬਤੌਰ ਰਿਸਰਚਰ ਪੜ੍ਹ ਰਹੇ ਉਹ ਤਜਰਬਾ ਕਿਵੇਂ ਦਾ ਸੀਗਾ ਉਹ ਤਜਰਬਾ ਇਸ ਤਰ੍ਹਾਂ ਸੀ ਜੀ ਵੀ ਉਹ ਤਾਂ ਮਤਲਬ ਮੈਂ ਉਹਦੇ ਵਿੱਚ ਸਪੌਟ ਬாய் ਵੀ ਸੀ ਉਹਦੇ ਵਿੱਚ ਮੈਂ ਪ੍ਰੋਡਕਸ਼ਨ ਹਾਊਸ ਆਪਣਾ ਪ੍ਰੋਡਕਸ਼ਨ ਵੀ ਮੈਂ ਕਰਦਾ ਸੀ ਉਹਦੇ ਵਿੱਚ ਲੋਕੇਸ਼ਨ ਵੀ ਮੈਂ ਮਤਲਬ ਸਾਰਾ ਕੁਝ ਸਿਰਫ ਉਹ ਜਿਹੜਾ ਡਾਇਰੈਕਟਰ ਸੀ ਉਹ ਗੋਰਾ ਸੀ ਉਹ ਉਹ ਸਿਰਫ ਸ਼ੂਟ ਕਰਨ ਆਉਂਦੇ ਹੁੰਦੇ ਸੀ ਤੇ ਬਾਕੀ ਉਹਨਾਂ ਨੂੰ ਰੋਟੀ ਖਿਲਾਉਣ ਤੱਕ ਮੈਂ ਕਰਨਾ ਹੁੰਦਾ ਸੀ ਮਤਲਬ ਮੈਨੂੰ ਨਹੀਂ ਸੀ ਪਤਾ ਕਿ ਰਿਸਰਚਰ ਦਾ ਇਹ ਕੰਮ ਹੁੰਦਾ ਪਰ ਮੈਂ ਉਹ ਵੀ ਕਿੰਨੇ ਦਿਨ ਸ਼ੂਟ ਹੋਈ ਉਹ ਲਗਭਗ 1 ਜਨਵਰੀ ਤੋਂ ਲੈ ਕੇ 12 ਚਾਰ ਹਫਤੇ ਦੀ ਫਿਲਮ ਸੀ ਸੌਰੀ ਚਾਰ ਹਫਤੇ ਉਹਨਾਂ ਨੇ ਮੈਨੂੰ ਹਾਇਰ ਕੀਤਾ ਸੀ ਉਹਦੇ ਵਿੱਚ ਮੈਂ ਮੈਨੂੰ ਲੱਗਦਾ ਕਿ ਹਰ ਰੋਜ਼ ਇੱਕ ਵਾਰ ਤਾਂ ਮੈਂ 23 ਘੰਟੇ ਜਾਗਿਆ ਤੇ ਹਰ ਦੂਜੇ ਤੀਜੇ ਦਿਨ ਇਸ ਤਰ੍ਹਾਂ ਹੁੰਦਾ ਸੀ ਵੀ ਤੁਸੀਂ ਪੌਣਾ ਪੌਣਾਂ ਘੰਟਾ ਸੌਂਦੇ ਸੀ ਉਧਰੋਂ ਜਿਵੇਂ ਲੁਧਿਆਣੇ ਮਲੇਰ ਮਾਲਵਾ ਸੀ ਜਿਹੜਾ ਉਹ ਸਾਰਾ ਉੱਥੇ ਮੈਂ ਰਿਸਰਚ ਕਰ ਰਿਹਾ ਸੀ ਤੇ ਜਿਵੇਂ ਲੁਧਿਆਣੇ ਜਦੋਂ ਟੀਮ ਆਉਂਦੀ ਸੀ ਤਾਂ ਟ੍ਰੇਨ ਕਿੰਨੇ ਵਜੇ ਆਉਣੀ ਆ ਸਮਝੌਤਾ ਐਕਸਪ੍ਰੈਸ ਜਾਂ ਕੋਈ ਹੋਰ ਉਹ ਉਹਨਾਂ ਨੇ ਸਭਨੇ ਸੌ ਜਾਣਾ ਮੈਂ ਇਕੱਲਾ ਟ੍ਰੇਨ ਸਟੇਸ਼ਨ ਦੇ ਉੱਤੇ ਬੈਠ ਕੇ ਮੈਂ ਉਹਨੂੰ ਮਾਸਟ੍ਰੇਨ ਉਹ ਜਿਹੜਾ ਸਟੇਸ਼ਨ ਮਾਸਟਰ ਨੂੰ ਪੁੱਛਦੇ ਰਹਿਣਾ ਕਿ ਕਦੋਂ ਆ ਰਹੀ ਹੈ ਉਹਨੇ ਕਿਹਾ ਉਹ ਲੇਟ ਹੋ ਗਈ ਹੈ ਹੋਗੀ ਮੈਂ ਉੰਨੀ देर ਨੀ ਸੌ ਸਕਦਾ ਹੈਗਾ ਸੋ ਉਹ ਜਿਹੜਾ ਮਤਲਬ ਇੰਨਾ ਵਰਕ ਲੋਡ ਆ ਜਿਹੜਾ ਇੰਨਾ ਕੰਮ ਆ ਉਹ ਉਹਨਾਂ ਜਿੰਨਾ ਮੈਂ ਉਹਨਾਂ ਦਿਨਾਂ 'ਚ ਕੀਤਾ ਮੈਂ ਜ਼ਿੰਦਗੀ 'ਚ ਕਦੇ ਇੰਨਾ ਕੰਮ ਨਹੀਂ ਕੀਤਾ ਜਿੱਥੇ ਤੁਸੀਂ ਪੌਣਾ ਘੰਟਾ ਸੌ ਰਹੇ ਹੋ ਤੁਸੀਂ ਮਤਲਬ ਸਵਾ 2 ਘੰਟੇ ਤੁਸੀਂ ਸਿਰਫ ਕਮ ਦੇ ਫਿਰਦੇ ਹੋ ਤੇ ਉਹ ਤੇ ਹਰ ਕੰਮ ਕਰ ਰਹੇ ਹੋ ਤੇ ਤੁਹਾਨੂੰ ਇਹ ਪਤਾ ਲੱਗਦਾ ਵੀ ਵੀ ਕੰਮ ਹੁੰਦਾ ਕੀ ਆ ਬੇਸਿਕਲੀ ਸੋ ਉਹ ਤਜਰਬਾ ਮੇਰੇ ਮੈਨੂੰ ਇਹ ਲੱਗਦਾ ਕਿ ਜਿਹੜਾ ਉਹ ਕੰਮ ਹੈ ਉਹਨਾਂ ਦਿਨਾਂ ਚ ਕੀਤਾ ਉਹਨੇ ਉਹ ਉਹ ਜਦੋਂ ਫਿਲਮ ਮੈਂ ਕਰਕੇ ਆਇਆ ਤਾਂ ਮੈਂ ਬਾਅਦ ਚ ਆਪਣੇ ਦੋਸਤਾਂ ਨੂੰ ਕਹਿ ਰਿਹਾ ਸੀ ਵੀ ਅਗਲੀ ਫਿਲਮ ਦਾ ਪ੍ਰੋਡਕਸ਼ਨ ਤੇ ਮੈਨੂੰ ਰੱਖੋ ਮੈਂ ਤੁਹਾਨੂੰ ਦੱਸੂਗਾ ਪ੍ਰੋਡਕਸ਼ਨ ਕਿਵੇਂ ਹੁੰਦੀ ਹੁੰਦੀ ਆ ਹਾਲਾਂਕਿ ਮਤਲਬ ਮੈਂ ਬਿਲਕੁਲ ਪ੍ਰੋਡਕਸ਼ਨ ਦਾ ਮਤਲਬ ਨਲਾਇਕ ਬੰਦਾ ਮੰਨਦਾ ਮੈਂ ਆਪਣੇ ਆਪ ਨੂੰ ਪਰ ਉਹ ਜਿੰਨਾ ਤੁਸੀਂ ਕੰਮ ਕਰਕੇ ਆ ਜਾਂਦੇ ਹੋ ਤਾਂ ਤੁਹਾਡਾ ਜਿਹੜਾ ਜਿਹੜਾ ਹੌਸਲਾ ਉਹ ਵੱਧ ਜਾਂਦਾ ਹੈ ਜਿੱਥੇ 2019 ਦੇ ਵਿੱਚ ਸਮਝੌਤਾ ਐਕਸਪ੍ਰੈਸ ਬੰਦ ਕਰ ਦਿੱਤੀ ਜਾਂਦੀ ਹੈ ਮੁਕੰਮਲ ਤੌਰ ਤੇ ਉਦੋਂ ਤੁਸੀਂ ਕੀ ਮਹਿਸੂਸ ਕੀਤਾ ਮੈਨੂੰ ਲੱਗਦਾ ਕਿ ਜਿਹੜੀ ਸਾਡੀ ਸਾਡੇ ਦੋਵੇਂ ਦੇਸ਼ਾਂ ਦੀ ਦੋਵੇਂ ਮੁਲਕਾਂ ਦੀ ਜਿਹੜੀ ਆਵਾਮ ਦੇ ਵਿੱਚ ਕੋਈ ਵੀ ਜਿਹੜੀ ਜਿਹੜੀ ਆਵਾਜ਼ ਆਈ ਹੈ ਉਹ ਤਾਂ ਲਗਾਤਾਰ ਰਹਿਣੀ ਚਾਹੀਦੀ ਆ ਇਹ ਤਾਂ ਖੁੱਲਣਾ ਚਾਹੀਦਾ ਬਾਰਡਰ ਤਾਂ ਮੈਂ ਤਾਂ ਉਹਦੇ ਮਤਲਬ ਹੱਕ ਦਾ ਬੰਦਾ ਕਿ ਚਾਹੀਦੀ ਆ ਤੇ ਇਹ ਚਾਹੇ ਉਹ ਵਪਾਰ ਹੋਵੇ ਚਾਹੇ ਉਹ ਲੋਕਾਂ ਦਾ ਆਉਣਾ ਜਾਣਾ ਹੋਵੇ ਚਾਹੇ ਉਹ ਮਤਲਬ ਲਾਹੌਰ ਵਾਲੇ ਚੰਡੀਗੜ੍ਹ ਯੂਨੀਵਰਸਿਟੀ ਕਿਉਂ ਨਹੀਂ ਆ ਕੇ ਪੜ ਸਕਦੇ ਜਾਂ ਸਾਡੇ ਅਸੀਂ ਉੱਥੇ ਜਾ ਕੇ ਕਿਉਂ ਨਹੀਂ ਪੜ ਸਕਦੇ ਹੈਗੇ ਸੋ ਉਹ ਤਾਂ ਸਾਡਾ ਮਤਲਬ ਜਦੋਂ ਅਸੀਂ ਇੱਕ ਨਸਲ ਇੱਕਾਂ ਇੱਕ ਅਸੀਂ ਮਤਲਬ ਬੋਲੀ ਬੋਲਦੇ ਆ ਤੇ ਸਾਡਾ ਸਾਰਾ ਕੁਝ ਇੱਕਾ ਤਾਂ ਸਾਨੂੰ ਤਾਂ ਇੱਕ ਦੂਜੇ ਨੂੰ ਮਿਲਣਾ ਹੀ ਚਾਹੀਦਾ ਬਿਲਕੁਲ ਯਕੀਨਨ ਸਿਨੇਮੇ ਚੀਤੀ ਖੋਲ ਜਾਣਗੇ ਤੇ ਸਿਨੇਮਾ ਦੇ ਵਿੱਚ ਜਤਿੰਦਰ ਮਹਾਰੂਰ ਨੂੰ ਅਸੀਂ ਸਭ ਤੋਂ ਪਹਿਲਾਂ ਕਿਸ ਰੂਪ ਚ ਦੇਖਾਂਗੇ ਇੱਕ ਅਦਾਕਾਰ ਦੇ ਰੂਪ ਦੇ ਵਿੱਚ ਜਾਂ ਤੁਹਾਡੀ ਹਦਾਇਤਕਾਰੀ ਦੇ ਵਿੱਚ ਕੋਈ ਆਈ ਫਿਲਮ ਸਭ ਤੋਂ ਪਹਿਲਾਂ ਦੇਖੋ ਸਾਡੇ ਵਾਲੇ ਸ਼ਾਇਦ ਉਹ ਰਿਲੀਜ਼ ਕਰ ਦੇਣ ਮੈਨੂੰ ਇਹਦੇ ਬਾਰੇ ਪੱਕਾ ਨਹੀਂ ਪਤਾ ਹੈਗਾ ਮੈਨੂੰ ਪਤਾ ਨਹੀਂ ਹੈਗਾ ਜਿਹੜੀ ਅਦਚੰਨੀ ਰਾਤ ਆ ਉਹ ਮੈਨੂੰ ਲੱਗਦਾ ਅਗਲੇ ਸਾਲ ਰਿਲੀਜ਼ ਹੋਊਗੀ ਉਹ ਤਾਂ ਅੱਛਾ ਤੇ ਉਸ ਤੋਂ ਪਹਿਲਾਂ ਮਤਲਬ ਜੇ ਸਾਡੇ ਵਾਲੇ ਆਉਂਦੀ ਹੈ ਤਾਂ ਉਹ ਆ ਸਕਦੀ ਹੈ ਉਹ ਸਿਨੇਮਾ ਚ ਪਰਦਾ ਪੇਸ਼ ਹੋਏ ਕਿ জাফর ਗੁਰਵਿੰਦਰ ਦੀਆਂ ਪਹਿਲੀਆਂ ਫਿਲਮਾਂ ਵਾਂਗ ਉਹ ਫਿਲਮ ਫੈਸਟੀਵਲਸ ਦੀਆਂ ਸਕਰੀਨਾਂ ਤੱਕ ਹੀ ਰਹੇਗੀ ਨਹੀਂ ਉਹ ਉਹ ਤਾਂ ਉਹ ਬਿਹਤਰ ਜਾਣਦੇ ਨੇ ਉਹ ਉਹਨਾਂ ਦੀ ਪਿਛਲੀ ਫਿਲਮ ਚੌਥੀ ਕੁਟਾ ਤਾਂ ਥੀਏਟਰ ਦੇ ਵਿੱਚ ਆਈਵੀਸੀ ਲੱਗੀ ਸੀ ਇਹ ਫਿਲਮ ਕਿਵੇਂ ਆਉਂਦੀ ਆ ਇਹ ਮੈਨੂੰ ਲੱਗਦਾ ਕਿ ਤਾਂ ਉਹਨਾਂ ਦਾ محکمہ ਉਹ ਜਿਆਦਾ ਜਾਣਦੇ ਨਹੀਂ ਕਿੱਥੇ ਕਿੱਥੇ ਲਾਉਣੀ ਆ ਕੀ ਕਰਨਾ ਹੁੰਦਾ ਜੀ ਪੰਜਾਬੀ ਕਲਾ ਵੇੜ ਦੇ ਜ਼ਰੀਏ ਤੁਸੀਂ ਆਲਮੀ ਸਿਨੇਮਾ ਦੇ ਉੱਪਰ ਲਿਖਿਆ ਫਿਲਮਾਂ ਦੇ ਉੱਪਰ ਲਿਖਿਆ ਤੁਸੀਂ ਇਹ ਹਮੇਸ਼ਾ ਸ਼ਿਕਾਇਤ ਕਰਦੇ ਹੋ ਕਿ ਪੰਜਾਬੀ ਸਿਨੇਮਾ ਕੋਲ ਕ੍ਰਿਟਿਕਸ ਨਹੀਂ ਹੈਗੇ ਹਾਂਜੀ ਕਿ ਤੁਸੀਂ ਕਦੇ ਪੰਜਾਬੀ ਫਿਲਮਾਂ ਬਾਰੇ ਲਿਖਣ ਦਾ ਸੋਚਿਆ ਜਾਂ ਮੈਂ ਪੰਜਾਬੀ ਸਿਨੇਮਾ ਦੇ ਉੱਤੇ ਮਤਲਬ ਸ ওভারঅল ਸਿਨੇਮੇ ਦੇ ਉੱਤੇ ਲਗਭਗ 100 ਆਰਟੀਕਲ ਲਿਖਿਆ ਹੋਊਗਾ ਜਿਹੜਾ ਜਿੰਨਾ ਵਿੱਚੋਂ ਬਹੁਤ ਸਾਰੇ ਪੰਜਾਬ ਟਾਈਮਜ਼ ਦੇ ਵਿੱਚ ਪੰਜਾਬੀ ਟ੍ਰਿਬਿਊਨ ਚ ਵੀ ਛਪੇ ਨੇ ਸਪੋਕਸਮੈਨ ਚ ਸਪੋਕਸਮੈਨ ਤਾਂ ਮੈਨੂੰ ਪਤਾ ਨਹੀਂ ਹੋਰ ਵੀ ਕਈ ਜਗ੍ਹਾ ਦੇ ਉੱਤੇ ਉਹ ਛਪੇ ਨੇ ਤੇ ਮੈਂ ਪਰ ਓਵਰਆਲ ਮਤਲਬ ਵਰਲਡ ਸਿਨੇਮਾ ਬਾਰੇ ਲਿਖਿਆ ਜੀ ਜਿਹੜਾ ਪਰਚੋਲੀਆਂ ਦੀ ਫਿਲਮ ਬੜਚੋਲੀਆਂ ਦੀ ਜਿਹੜੀ ਗੱਲ ਆ ਕ੍ਰਿਟਿਕਸ ਦੀ ਗੱਲ ਆ ਉਹ ਸੱਚਮੁੱਚ ਪੰਜਾਬੀ ਚ ਹੈ ਨਹੀਂ ਜੇ ਜਿਨ੍ਹਾਂ ਦਾ ਜਿਨ੍ਹਾਂ ਦਾ ਅਲਮੀ ਸਿਨੇਮੇ ਦੇ ਉੱਤੇ ਪਕੜ ਹੋਵੇ ਕਰੰਟ ਇਸ਼ੂਜ਼ ਦੇ ਉੱਤੇ ਜਿਹੜੇ ਮੁੱਦੇ ਨੇ ਉਹਨਾਂ ਤੇ ਹੋਵੇ ਉਸ ਤਰ੍ਹਾਂ ਲਿਖਣ ਵਾਲੇ ਬੰਦੇ ਹੈ ਨਹੀਂ ਪੰਜਾਬੀ ਅਖਬਾਰਾਂ ਦੇ ਵਿੱਚ ਤੇ ਘੱਟ ਨੇ ਮਤਲਬ ਤੇ ਇਸ ਕਰਕੇ ਜਿਉ ਹੁੰਦੇ ਤਾਂ ਸਾਨੂੰ ਬਿਹਤਰ ਫਿਲਮ ਉਹ ਸਮਝਾ ਦਿੰਦੇ ਸੀ ਮਤਲਬ ਜਾਂ ਸਮਝਾਉਣ 'ਚ ਮਦਦ ਕਰਦੇ ਬਿਲਕੁਲ ਬਹੁਤ ਮਿਹਰਬਾਨੀ ਤੁਸੀਂ ਸਾਡੇ ਲਈ ਸਮਾਂ ਕੱਢਿਆ ਅਗਰ ਤੁਸੀਂ ਜਾਂਦੇ ਹੋ ਕੁਝ ਕਹਿਣਾ ਚਾਹੋ ਆਪਣੇ ਵੱਲੋਂ ਅ ਬਸ ਮੈਂ ਤਾਂ ਮੈਨੂੰ ਲੱਗਦਾ ਕਿ ਮੈਂ ਤਾਂ ਇਹੀ ਕਹਿ ਸਕਦਾ ਵੀ ਬਸ ਜਿੰਨੀ ਇੱਕ ਦੂਜੇ ਨੂੰ ਮਨੁੱਖ ਦੇ ਤੌਰ ਤੇ ਮਨੁੱਖ ਜਿੰਨੀ ਇੱਜ਼ਤ ਕਰ ਸਕਦਾ ਉਹ ਉਹਦੇ ਵੱਲ ਸਾਨੂੰ ਵਧਣਾ ਚਾਹੀਦਾ ਕਿਉਂਕਿ ਇਸ ਸਾਨੂੰ ਲੱਗਦਾ ਇਸ ਵੇਲੇ ਵੀ ਤੇ ਹਰ ਸਮੇਂ ਸਾਨੂੰ ਮਤਲਬ ਏਸੇ ਚੀਜ਼ ਦੀ ਲੋੜ ਰਹੀ ਆ ਤੇ ਦੂਜਾ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਜਦੋਂ ਘੋਲ ਚੱਲ ਰਹੇ ਨੇ ਕਿਸਾਨਾਂ ਦੇ ਮਜ਼ਦੂਰਾਂ ਦਾ ਜਿਹੜਾ ਉਹਦੇ ਤੇ ਸਾਨੂੰ ਉਹਨਾਂ ਲੋਕਾਂ ਦਾ ਸਾਥ ਦੇਣਾ ਚਾਹੀਦਾ ਸਾਡੇ ਆਪਣੇ ਲੋਕ ਨੇ ਸਾਡੀ ਆਪਣੀ ਲੜਾਈ ਆ ਸੋ ਮਤਲਬ ਜਿੱਥੇ ਵੀ ਹੋ ਸਕੇ ਉਹ ਸਾਨੂੰ ਉਹਨਾਂ ਦੇ ਨਾਲ ਮਤਲਬ ਸਾਂਝ ਦੇ ਵਿੱਚ ਆਉਣਾ ਚਾਹੀਦਾ ਹੈ ਤੇ ਮੈਂ ਤਾਂ ਇਹੀ ਮਤਲਬ ਬੇਨਤੀ ਕਰ ਸਕਦਾ ਬਹੁਤ ਮਿਹਰਬਾਨੀ ਕਿ ਤੁਸੀਂ ਵੀ ਸੋਸ਼ੀਅਲੀ ਟਾਈਮ ਕੰਡਿਆ ਤੇ ਪ੍ਰੋਗਰਾਮ ਸਿਗਨੇਚਰਸ ਦੇ ਜ਼ਰੀਏ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਸਤਿ ਸ਼ਕਾ ਸਤਿ ਸ਼੍ਰੀ ਅਕਾਲ ਜੀ